ਇਹਦੇ ਬੱਚਿਆਂ ਨੂੰ ਅਸੀਂ ਇਨਾਮ ਦੇ ਰਹੇ ਸੀ ਫਰਸਟ ਆਏ ਸੀ ਉਹ ਪੋਸਟ ਮੈਟ੍ਰਿਕ ਚੋਂ ਜਿਆਦਾ ਸੀ ਤੇ ਉਹਨਾਂ ਦੇ ਚਪਲਾਂ ਵੀ ਟੁੱਟੀਆਂ ਪਈਆਂ ਸੀ ਇਹ ਬੱਚਿਆਂ ਦੇ ਵਰਦੀਆਂ ਜਿਹੜੀਆਂ ਉਹ ਵਿਚਾਰੀ ਨੇ ਘਸੀਆਂ ਪਟੀਆਂ ਸੀ ਕਰਦੇ ਹਾਲਾਤ ਮਾੜੇ ਸੀ ਹਾਲਾਤ ਬਹੁਤ ਬਹੁਤ ਜਿਆਦਾ ਮਾੜੇ ਤੇ ਮੈਂ ਉੱਥੇ ਕਾਲਜ ਦੇ ਚੇਅਰਮੈਨ ਨੂੰ ਪੁੱਛਿਆ ਮੈਂ ਕਿ ਬੱਚੇ ਦੀ ਇੱਕ ਵਰਦੀ ਬਹੁਤ ਪੱਟੀ ਹੈ ਕਿਦਾਂ ਫਿਰ ਉਹ ਪ੍ਰਿੰਸੀਪਲ ਨੇ ਦੱਸਿਆ ਵੀ ਸਰ ਇਹਨਾਂ ਨੂੰ ਸੈਕੰਡਰ ਵਰਦੀਆਂ ਲਾ ਕੇ ਦਿੱਤੀਆਂ ਇਹ ਗਰੀਬ ਬਹੁਤ ਵਾਹ ਤੁਸੀਂ ਫੀਸ ਤੇ ਮਾਫ ਕਰਾਤੀ ਇਹਨਾਂ ਨੂੰ ਬੂਟ ਕਿੱਥੋਂ ਲੈ ਕੇ ਦੇਈਏ ਜੁੱਤੇ ਤੁਮਰੀ ਮੈਂ ਬੱਚੀਆਂ ਸੀ ਉਹਨਾਂ ਨੂੰ ਅਸੀਂ ਦੌੜਾਂ ਚ ਫਸਟ ਟਾਈਮ ਹੈ ਤੇ ਉਹ ਸਟੇਟ ਜਿੱਤ ਲਈ ਹੈ ਜਿੱਤੇ ਕਿ ਨਹੀਂ ਜਾਂਦੇ ਪਰ ਉਹਨਾਂ ਦੀ ਚਪਲਾ ਬਣੀ ਚਲੂੰਗਾਸ ਟਾਈਮ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਸੀ ਜਿਨ੍ਹਾਂ ਦੀ ਐਸਾ ਦੇ ਤੀਜੀ ਚੌਥੀ ਪੀੜ੍ਹੀ ਵਧੀਆ ਪੜਨ ਲੱਗ ਪਈ ਹੈ ਪਰ ਬਹੁਤ ਸਾਰੇ ਇਦਾਂ ਦੇ ਪਰਿਵਾਰ ਵੀ ਹੈ ਜਿਹੜੇ ਹੱਲੇ ਤੱਕ ਸਕੂਲਾਂ 'ਚ ਪਹੁੰਚੇ ਨਹੀਂ ਉਹ ਪੋਸਟ ਮੈਟ੍ਰਿਕ ਇੱਕ ਚਮਤਕਾਰ ਕਰਕੇ ਸਾਨੂੰ ਦਿਖਾਇਆ ਹੈ ਤੇ ਬਹੁਤ ਸਾਰੇ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਕਾਬਲੀਅਤ ਹੈ ਪਰ ਉਹਨਾਂ ਦੇ ਘਰ ਦੇ ਵਿੱਚ ਆਰਥਿਕ ਮੰਦੀ ਹੋਣ ਕਰਕੇ ਸਕੂਲ ਜਾਣ ਤੋਂ ਬੇਵੱਸ ਨੇ ਵੀ ਸਾਡੇ ਬਜ਼ੁਰਗਾਂ ਨੇ ਵਪਾਰ ਧਰੇ ਚਾਹੇ ਉਹਨਾਂ ਨੂੰ ਵਪਾਰ ਉਹ ਦਿੱਤਾ ਜਿਹੜਾ ਮਰੇ ਹੋ ਪਸ਼ੂ ਚੁੱਕਣ ਦਾ ਯਾਨੀ ਪਰਕਹੋਦਿਸ ਸੀਟਸ ਦੀ ਚਮੜੇ ਦੇ ਉਹਨਾਂ ਨੇ ਕਦੀ ਪੀਖ ਨਹੀਂ ਮੰਗੀ ਸਾਨੂੰ ਲੱਗਦਾ ਵੀ ਪੜ੍ਹੇ ਲਿਖੇ ਬੱਚਾ ਨੂੰ ਸਾਨੂੰ ਕਿੱਤੇ ਨਾਲ ਜੋੜਨਾ ਚਾਹੀਦਾ ਉਹਨਾਂ ਨੂੰ ਸੀ ਲੇਬਰ ਚੁੱਕ ਲਈਏ ਪੜਾਈ ਦੇ। ਜਿਵੇਂ ਕਹਿੰਦੇ ਹੁਣ ਜਿਹੜੀ ਐਮਬੀਬੀਐਸ ਕਰ ਗਈ ਨਾ ਡਾਕਟਰ ਬਣ ਗਈ। ਉਹਨੇ ਆਟਾ ਦਾਲ ਖਰੀ ਲੈਣੀ ਹੈ। ਨਾ ਉਹਨਾਂ ਨੇ ਸ਼ਗਲ ਲੈਣਾ ਤੇ ਨਾ ਆਟਾ ਦਾਲ ਲੈਣਾ। ਉਹ ਤੇ ਸ਼ਗਲ ਕੌਣ ਗਈਆਂ? ਬਿਲਕੁਲ। ਪਹਿਲਾਂ ਕੋਈ ਵੀ ਤੁਹਾਡੇ ਲੀਡਰ ਚਾਹੇ ਕੌਂਸਲਰ ਦੀ ਚੋਣ ਲੱਗ ਰਹੀ ਹੈ, ਅੰਮਲ ਦੀ ਲੜ ਰਹੀ ਹੈ, ਐਮਕੀ ਦੀ ਲੜ ਰਹੀ ਹੈ। ਜਾਂ ਸਰਪੰਚ, ਪੰਚ, ਬਲਾਕ ਸੰਪਤੀ ਕੋਈ ਵੀ ਲੜ ਰਿਹਾ। ਇਹ ਰੋ ਬੱਚੂ ਵੀ ਕਿਰਾ ਸੋਚ ਗਿਆ ਤੂੰ ਪੰਜਾਬ ਨੂੰ ਬਦਲੂ ਕਿੱਦਾਂ ਸਕਦਾ। حق ਹੈਗੇ ਨੇ ਅਧਿਕਾਰ ਹੈਗੇ ਨੇ ਫਰਜ਼ ਨਹੀਂ ਨਿਭਾਏ ਇਸ ਤਰ੍ਹਾਂ ਕਿ ਉਹ ਅਧਿਕਾਰ ਨ ਮਿਲ ਨਹੀਂ ਸਕੇ ਸ਼ੈਡਿਊਲ ਕਾਸਟ ਲੋਕਾਂ ਨੂੰ ਭਗਵਾਨ ਬਾਲਮੀਕ ਜੀ ਕਹਿੰਦੇ ਜੀ ਵੀ ਜੇ ਇੱਕ ਕਦਮ ਵੀ ਆਪਣੀ ਮੰਜ਼ਿਲ ਤੋਂ ਗਲਤ ਪਟਲਿਆ ਤੇ ਤੁਹਾਨੂੰ ਉਸਾਂ ਕਿਲੋਮੀਟਰ ਦੂਰ ਲੈ ਜੂਗਾ ਜੇ ਅੱਜ ਆਪਾਂ ਨਾ ਸੰਭਾਲਿਆ ਤੇ ਆਉਣ ਵਾਲੇ ਸਮੇਂ ਵਿੱਚ ਬੱਚੇ ਸਾਨੂੰ ਗਾਲਾਂ ਕੱਢਣਗੇ ਵੀ ਉਹ ਲੀਡਰਾਂ ਨੇ ਬੜਾ ਮੜਾ ਕੀਤਾ ਇਹਨਾਂ ਨੂੰ ਕੋਈ ਇੰਨਾ ਵਧੀਆ ਮੌਕਾ ਸੀ ਇਹਨਾਂ ਨੇ ਦੇਸ਼ ਨੂੰ ਕੀ ਬਦਲਿਆ ਔਟਾ ਦੇਰ ਦੇ ਦੀ ਜੋ ਸਕੀਮਾਂ ਦੇ ਛੋਟੀਆਂ ਛੋਟੀਆਂ ਸਕੀਮਾਂ ਦੇ ਦਿਓ ਉਹ ਪੜਨ ਨਾ ਪੜ ਸਕੂਲਾਂ ਦੇ ਵਿੱਚ ਮਾਸਟਰ ਹੈ ਨਹੀਂ ਤੇ ਜਿਹਦੇ ਹਸਪਤਾਲਾਂ ਤੇ ਦੇਖੀ ਤੇ ਡਾਕਟਰ ਹੈ ਨਹੀਂਗੇ ਇਹ ਆਖ ਖੁਸ਼ੀ ਵਾਲੀ ਗੱਲ ਆ ਵੀ ਬੱਚੇ ਪੜ ਰਹੇ ਆ ਇਹਦੇ ਵਿੱਚ ਐਮਬੀਏ ਸਿੱਨੇ ਬੱਚੇ ਕਰਦੇ ਆ ਜੇ ਬੱਚੇ ਪੜ ਗਏ ਤੇ ਆਪਾਂ ਨੂੰ ਆਟਾ ਦਾਲ ਬਚੂਗਾ ਸ਼ਗਨ ਸਕੀਮ ਬਚੂਗੀ ਅੱਛਾ ਸਭ ਤੋਂ ਪ੍ਰੂਡਰ ਤੇ ਬਚੂਗਾ ਤੇ ਪੜਾਈ ਤੇ ਜ਼ਿਆਦਾ ਜ਼ੋਰ ਦੋ ਤੁਨੂੰ ਬੰਦੇ ਕਾਕਾ ਜੀ ਵੀ ਜੇ ਬੱਚੇ ਪੜ ਗਏ ਤੇ ਅੱਤੇ ਦਾੜ ਨਾਲ ਸਾਨੂੰ ਬੂਟਾ ਪੰਦੀ ਆ ਇਹ ਪੜਾਈ ਨੂੰ ਬੂਟਾ ਮੱਟਾ ਵੀ ਪੰਦੀ ਆ ਨਾ ਪਰ ਜਿਹੜਾ ਯੂਥ ਆ ਉਹ ਵੀ ਇਹ ਵੀ ਸੋਚ ਰਹੇ ਵੀ ਅਸੀਂ ਸੀਐਮ ਕਿਉਂ ਨਹੀਂ ਬਣ ਸਕਦੇ ਇਸ ਵਾਰੀ ਬਹੁਤ ਜ਼ਿਆਦਾ ਚੇਂਜ ਹੋਣੀ ਆ ਤੁਹਾਨੂੰ 27 ਚ ਬਹੁਤ ਜ਼ਿਆਦਾ ਰੈਵਿਊਸ਼ਨ ਨਜ਼ਰ ਆਊਗਾ ਤੇ ਨਾ ਤੇ ਉਹ ਸਮਾਜ ਨੂੰ ਗਮਰਾ ਕਰਨ ਲਗੇ ਤੇ ਨਾ ਉਹ ਪੈਸੇ ਕਮਾਉਣ ਦਾ ਸੋਚ ਰਹੇ ਤੁਸੀਂ ਚੰਗੇ ਐਮਐਲਏ ਪਤਾ ਕਰੋ ਉਹ ਕਿਸੇ ਪਾਰਟੀ ਦੇ ਹੋਣ ਜੀ ਜੀ ਜਿਹੜੇ ਦੇਸ਼ ਨੂੰ ਬਦਲ ਕੇ ਰੱਖਦੇ ਜੀ ਤੇ ਉਹ ਬੱਚੇ ਤਿਆਰ ਹੋ ਰਹੇ ਆ ਉਹ ਇਸ ਵਾਰੀ ਤਿਆਰ ਹੋਏਣ ਜਾਂ ਅਗਲੀ ਵਾਰੀ ਹੋਣੇ ਆ ਇਹਨਾਂ ਨੂੰ ਰੋਕ ਨਹੀਂ ਦੇ ਸਕਦਾ ਜਿੱਦਣ ਤੁਸੀਂ ਵਪਾਰ ਤੇ ਐਜੂਕੇਸ਼ਨ ਤੇ ਤਕੜੇ ਹੋਏ ਤੁਹਾਨੂੰ ਕੋਈ ਵੀ ਲੋਕਤੰਤਵ ਇਸ ਬੇਕੂਫ ਨਹੀਂ ਬਣਾ ਸਕਦਾ ਜੀ ਪੋਲੀਟੀਸ਼ੀਅਨ ਦਾ ਸੇਵਾਦਾਰ ਬਣੂਗਾ ਜੀ ਕੰਮ ਕਰੂਗਾ ਜੀ ਉਹਨੂੰ ਪਤਾ ਹੋਊਗਾ ਵੀ ਅਵੇਰ ਮੈਨੂੰ 5 ਸਾਲ ਬਾਅਦ ਜਾਣਾ ਪੈਣਾ ਤੇ ਜਾਣ ਤੋਂ ਪਹਿਲਾਂ ਤਿਆਰੀ ਨਾਲ ਉਹ ਹੋਮਵਰਕ ਕਰਕੇ ਹੁੰਦੇ ਕੰਚੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਦੀ ਸੰਗਤ ਨੂੰ ਮੇਰੇ ਵੱਲੋਂ ਜਾਨੀ ਨਿਰਮਲ ਗੋੜਾ ਦੇ ਵੱਲੋਂ ਜੈ ਪੀ ਜੈ ਗੁਰਦੇਵ ਬਿਲਕੁਲ ਵਿਧਾਨ ਸਭਾ ਚੋਣਾਂ ਸਿਰਤੇ ਨੇ ਤੇ ਚੋਣਾਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਪੋਲੀਟੀਕਲ ਲੋਕਾਂ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਤੇ ਪਹਿਲੋਂ ਹੁਣ ਤੱਕ ਜੋ ਸਕੀਮਾਂ ਮਿਲੀਆਂ ਨੇ ਨਹੀਂ ਮਿਲੀਆਂ ਧੰਦ ਲੀਆਂ ਹੋਈਆਂ ਉਹਦੇ ਤੇ ਵੀ ਚਰਚਾ ਕਰਦੇ ਤੇ ਆਉਣ ਵਾਲਾ ਸਮਾਂ ਕਿਦਾਂ ਦਾ ਹੋਵੇ ਉਹਦੇ ਤੇ ਵੀ ਚਿੰਤਾ ਭਵਿੱਖ ਦੀ ਚਿੰਤਾ ਕਰਦੇ ਹੋਏ ਅਸੀਂ ਵਕ ਵਕ ਖਾਸ ਕਰਕੇ ਬੁੱਧੀਜੀਵੀ ਮਹਾਨ ਲੀਡਰ ਸਹਿਬਾਨਾਂ ਤੱਕ ਪਹੁੰਚ ਕਰਦੇ ਆ ਤਾਂ ਕਿ ਪੰਜਾਬ ਦਾ ਭਵਿੱਖ ਜਿਹੜਾ ਸਵਾਰਿਆ ਜਾ ਸਕੇ ਇਸ ਵੇਲੇ ਸਾਡੀ ਕੰਚੀ ਟੀਵੀ ਦੀ ਟੀਮ ਪਹੁੰਚੀ ਹੈ ਸਾਬਕਾ ਐਸ்சி ਕਮਿਸ਼ਨ ਦੇ ਚੇਅਰਮੈਨ ਮਾਨਯੋਗ ਰਜੇਸ਼ ਬਾਗਾ ਜੀ ਦੇ ਕੋਲ ਤੁਸੀਂ ਵੀ ਤੇ ਮੈਂ ਵੀ ਆਓ ਆਪਰ ਆਲ ਕੇ ਸਵਾਗਤ ਕਰੀਏ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਕਾਂਸੀ ਟੀਵੀ ਦੀ ਸਕਰੀਨ ਤੇ ਜੈਪੀਮ ਜੈ ਗੁਰਦੇਵ ਧੰਨਵਾਦ ਬਜਾ ਗੁਰਦੇਵ ਧੰਨ ਗੁਰਦੇਵ ਜੈਪੀਮ ਜੈ ਪਰਤ ਬਹੁਤ ਬਹੁਤ ਧੰਨਵਾਦ ਕਾਂਸੀ ਟੀਵੀ ਵਾਲਿਆਂ ਦਾ ਹੋਰ ਸਭ ਠੀਕ ਠਾਕ ਹੋ ਜੀ ਬਹੁਤ ਵਧੀਆ ਠੀਕ ਠਾਕ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਪਿਛਲੇ ਸਮੇਂ ਦੇ ਦੌਰਾਨ ਵਿਧਾਨ ਸਭਾ ਇਲੈਕਸ਼ਨ ਜਦੋਂ ਜਦੋਂ ਵੀ ਆਈ ਆ ਆਮ ਚੋਣਾਂ ਜਦੋਂ ਜਦੋਂ ਵੀ ਆਈਆਂ ਲੋਕਾਂ ਦੀਆਂ ਮੰਗਾਂ ਕੀ ਸੀਗੀਆਂ ਕੀ ਮੰਗਾਂ ਪੂਰੀਆਂ ਹੋਈਆਂ ਮੰਗਾਂ ਰੱਖਣੀਆਂ ਕਿਦਾਂ ਦੀਆਂ ਚਾਹੀਦੀਆਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਖਾਸ ਕਰਕੇ ਚਰਚਾ ਕਰਾਂਗੇ ਕਿ ਲੋਕਾਂ ਨੂੰ ਕਿਉਂ ਹੁਣ ਤੱਕ ਵੱਖ-ਵੱਖ ਰਾਜਨੀਤਿਕ ਲੋਕਾਂ ਦੇ ਵੱਲੋਂ ਗਰੀਬ ਹੋਰ ਗਰੀਬ ਹੋਰ ਗਰੀਬ ਮੰਗਤਿਆਂ ਵਾਂਗਰ ਬਣਾ ਦਿੱਤਾ ਗਿਆ ਕੀ ਕਰਨਾ ਹੈ ਕਿਉਂ ਨਹੀਂ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ ਗਿਆ ਖਾਸ ਕਰਕੇ ਅਸੀਂ ਚਰਚਾਵਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਇਹਦਾ ਹੱਲ ਕੱਢਣ ਦਾ ਵੀ ਕਿਉਂਕਿ ਥੋੜੇ ਸਮੇਂ ਤੱਕ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰ ਸਹਿਬਾਨਾਂ ਨੇ ਲੋਕਾਂ ਦੇ ਕੋਲ ਆਉਣਾ ਹੈ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕਿੰਦਾ ਦੇ ਸਵਾਲ ਕਿੰਦਾ ਦੇ ਜਵਾਬ ਕਿੰਦਾ ਦੇ ਵਿਚਾਰ ਹੋਣੇ ਚਾਹੀਦੇ ਨੇ ਆਸ ਕਰਦੇ ਹਾਂ ਕਿ ਅੱਜ ਦੇ ਇਹ ਵਿਚਾਰ ਸਾਡੇ ਸਾਂਝੇ ਕੀਤੇ ਹੋਏ ਬਹੁਤ ਸਾਰੇ ਲੋਕਾਂ ਦੇ ਕੰਮ ਆਉਣਗੇ ਤਾਂ ਤੁਸੀਂ ਵੀ ਆਪਣੇ ਲੀਡਰ ਸਹਿਬਾਨਾਂ ਦੇ ਨਾਲ ਬੈਠ ਕੇ ਵਿਚਾਰ ਕਰਕੇ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਭਵਿੱਖ ਦੀ ਕਾਮਨਾ ਕਰ ਸਕਦੇ ਹੋ ਆਸ ਕਰਦੇ ਹਾਂ ਤੇ ਬਗਾ ਸਭ ਦੇਖਣ ਦੇ ਵਿੱਚ ਇਹ ਆਇਆ ਕਿ ਜਿਹੜੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ 2009 ਦੇ ਵਿੱਚ ਲਾਗੂ ਹੋਈ ਸੀ ਤੁਸੀਂ ਉਹਦੇ ਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਕਿਉਂਕਿ ਅਸੀਂ ਅਕਸਰ ਮੀਡੀਆ ਦੇ ਵਿੱਚ ਦੇਖਦੇ ਸੀਗੇ ਕਿ ਤੁਸੀਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਅਪਰਾਲੇ ਕੀਤੇ ਨੇ ਉਸ ਵੇਲੇ ਸੈਮੀਨਾਰ ਲਗਾ ਕੇ ਜਾਂ ਪੈਫਲਟ ਵੰਡ ਕੇ ਜਾਂ ਉਸ ਵੇਲੇ ਜਿਹੜੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਗਿਣਤੀ ਦੀ ਜਿਹੜੀ ਗਿਣਤੀ 'ਚ ਜਿਹੜਾ ਵਾਧਾ ਹੋਇਆ ਸੀਗਾ ਉਹ ਵੀ ਵੱਡੇ ਪੱਧਰ ਤੇ ਇੱਕ ਰਿਕਾਰਡ ਸੀ ਉਹਦੇ ਲਈ ਹਲਕੀ ਫੁਲਕੀ ਪਹਿਲਾਂ ਜਾਣਕਾਰੀ ਲਵਾਂਗੇ ਕਿ ਜਦੋਂ ਤੁਸੀਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤੇ ਕੰਮ ਸ਼ੁਰੂ ਕੀਤਾ ਉਦੋਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਸੀ ਤੇ ਕਿੱਥੇ ਤੱਕ ਲੈ ਕੇ ਗਈ ਸੀ ਦੇਖੋ ਗੁੜਾ ਜੀ ਉਸ ਟਾਈਮ ਤੇ ਪਹਿਲਾਂ ਤੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਜਦੋਂ ਮੈਂ ਕਮਿਸ਼ਨ 'ਚ ਗਿਆ ਜੀ ਕਮਿਸ਼ਨ ਜਾ ਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਆਪਣੇ ਕੋਲ ਐਪਲੀਕੇਸ਼ਨ ਕਿਸ ਨੇਚਰ ਦੀਆਂ ਆਉਂਦੀਆਂ ਤੇ ਉਹ ਅਸੀਂ ਉੱਤੇ ਕੀ ਕਰਦੇ ਹਾਂ ਉਹਨੂੰ ਦੱਸਿਆ ਵੀ ਸਾਡੇ ਕੋਈ ਕੋਈ ਐਪਲੀਕੇਸ਼ਨ ਆ ਗਈ ਤੇ ਅਸੀਂ ਉਹ ਡਿਪਾਰਟਮੈਂਟ ਨਾਲ ਸੰਬੰਧਿਤ ਨੂੰ ਉੱਤੇ ਜਾਣਕਾਰੀ ਪੁੱਛਦੇ ਹਾਂ ਉਸ ਤੋਂ ਬਾਅਦ ਕਾਰਵਾਈ ਲਈ ਲਗਦੇ ਹਾਂ ਤੇ ਜ਼ਿਆਦਾਤਰ ਸਾਡੇ ਕੋਲ ਸਿਰਫ ਝਗੜੇ ਦੀ ਐਪਲੀਕੇਸ਼ਨ ਆਉਂਦੀ ਸੀ ਹੂੰ ਤੇ ਮੈਨੂੰ ਲੱਗਾ ਵੀ ਝਗੜੇ ਸਾਡੇ ਸਦੀਆਂ ਤੋਂ ਚੱਲ ਰਹੇ ਆ ਕੋਈ ਵੀ ਕੰਟਰੀ ਵਿਕਾਸ ਕੰਟਰੀ ਵੀ ਉਹ ਝਗੜਾ ਉੱਤੇ ਹੁੰਦਾ ਹੀ ਆ ਹੂੰ ਝਗੜੇ ਦਾ ਹੱਲ ਕਰਨਾ ਵੀ ਇੱਕ ਜ਼ਰੂਰੀ ਹੈ ਜੀ ਪਰੰਤੂ ਸਾਨੂੰ ਮੇਨ ਜਿਹੜਾ ਕਮਿਸ਼ਨ ਦਾ ਕੰਮ ਆ ਵੀ ਇੱਕ ਸੰਬੰਧਿਤ ਸ਼ਡਿਊਲ ਨਾਲ ਜੁੜੇ ਹੋਏ ਲੋਕ ਆ ਹੂੰ ਵੀ ਜਿਨ੍ਹਾਂ ਦਾ ਵਿਕਾਸ ਲਈ ਸਕੀਮਾਂ ਜਿਹੜੀਆਂ ਉਹ ਥੱਲੇ ਤੱਕ ਪਹੁੰਚ ਰਹੀਆਂ ਕਿ ਨਹੀਂ ਪਹੁੰਚ ਰਹੀਆਂ ਇੱਕ ਸੰਵਿਧਾਨਿਕ ਪੋਸਟ ਦਾ ਲਾਭ ਲਈਏ ਜੀ ਤੇ ਮੈਂ ਜਲੰਧਰ ਦੇ ਜਿਹੜੇ ਪੱਤਰਕਾਰ ਭਰਾ ਸੀ ਸਾਡੇ ਉਹ ਨਾਲ ਬੈਠੇ ਅਸੀਂ ਬੈਠ ਕੇ ਕਦੇ ਮੈਂ ਪੱਤਰਕਾਰੀ ਕੀਤੀ ਸੀ ਹੂੰ ਤੇ ਇਸ ਲਈ ਉਹਨਾਂ ਨੂੰ ਲੱਗਦਾ ਵੀ ਸਾਡਾ ਦੋਸਤ ਰਿਆ ਪੁਰਾਣਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਥੇ ਚਾਹੁੰਦਾ ਕੋਈ ਅਵੇਅਰਨੈਸ ਤੇ ਕੰਮ ਕਰੀਏ ਤੇ ਉਸ ਟਾਈਮ ਤੇ ਜਸਦੀਪ ਮਲੋਤਰਾ ਜੀ ਹੁੰਦੇ ਸੀ ਜਿਹਨਾਂ ਡੈਥ ਹੋ ਗਈ ਸੀ ਬਾਅਦ ਚ ਐਕਸੀਡੈਂਟ ਬਿਲਕੁਲ ਹਿੰਦੁਸਤਾਨ ਟਾਈਮਸ ਹਾਂ ਬਿਲਕੁਲ ਜਸਦੀਪਾ ਜੀ ਨੇ ਮੈਨੂੰ ਕਿਹਾ ਵੀ ਮੈਨੂੰ ਟਾਈਮ ਦੇ ਤੇ ਆਪਾਂ ਬੈਠਦੇ ਹਾਂ ਉਸ ਤੋਂ ਬਾਅਦ ਸਾਡੇ ਨਾਲ ਉਸਮ ਅਰੂੜਾ ਜਿਹੜੀ ਪੱਤਰਕਾਰ ਇਹਦਾ ਚਾਰ ਪੰਜ ਅਸੀਂ ਪੱਤਰਕਾਰ ਬੈਠੇ ਤੇ ਸਾਡੇ ਨਾਲ ਸਾਰਿਆਂ ਦੀ ਚਰਚਾ ਹੋਈ ਉੱਚ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਵੀ ਸਚਾਈ ਵੀ ਉਹ ਸਕੀਮ ਬਾਰੇ ਮੈਨੂੰ ਵੀ ਪੂਰਾ ਗਿਆਨ ਨਹੀਂ ਸੀ ਮੈਂ ਸਕੀਮ ਜਾਣਦਾ ਵੀ ਇੱਕ ਸਕੀਮ ਹੈ ਪੜ੍ਹਾਈ ਵਾਸਤੇ ਪਰੰਤੂ ਇਹ ਕਿੱਦਾਂ ਮਿਲਣੀ ਕੀ ਕਰਨਾ ਇਹਦੇ ਬਾਰੇ ਨਹੀਂ ਸੀ ਫਿਰ ਮੈਨੂੰ ਜਸਦੀਪ ਨੇ ਕਿਹਾ ਵੀ ਆਪਾਂ ਇੱਥੇ ਕੰਮ ਕਰੀਏ ਮੈਂ ਉਹ ਉਹਦਾ ਪ੍ਰਿੰਟ ਕੱਢ ਕੇ ਲੈ ਕੇ ਤੇ ਕਮਿਸ਼ਨ ਚ ਗਿਆ ਕਮਿਸ਼ਨ ਚ ਮੈਂ ਕਿਹਾ ਵੀ ਤੇ ਇੱਕ ਮੀਟਿੰਗ ਬੁਲਾਉਣੀ ਆ ਤੇ ਤੇ ਕੰਮ ਕਰਨਾ ਉਦੋਂ ਦੇਸਰਾਜ ਕਾਲੀ ਅਜੇ ਪਾਜੀ ਦਾ ਸਾਰੇ ਅਸੀਂ ਲੜ ਕੇ ਉੱਤੇ ਇੱਕ ਮਹਿਮ ਸ਼ੁਰੂ ਕੀਤੀ ਜੀ ਉਹਦੇ ਵਿੱਚ ਅਭਿਨਾਸ਼ ਪਾਜੀ ਦਾ ਬਹੁਤ ਲੋਕ ਜੁੜੇ ਸਾਧੂ ਸੰਤ ਧਾਰਮਿਕ ਤੁਹਾਡਾ ਰੋਲ ਕਾਂਸ਼ੀ ਟੀਵੀ ਵਾਲਿਆਂ ਦਾ ਰੋਲ ਬਹੁਤ ਜ਼ਿਆਦਾ ਰਿਹਾ ਕਈ ਚਰਚਾ ਮਕਰਾਈਆਂ ਕਈ ਡਾਇਲੋਗ ਹੋਏ ਕਈ ਉਹਦੇ ਵਿੱਚ ਫਿਰ ਸਕੀਮ ਨੂੰ ਬਦਲਿਆ ਵੀ ਗਿਆ ਥੋੜਾ ਜੀ ਕਿਉਂਕਿ ਬੱਚੇ ਨੂੰ ਇਸ ਸਕੀਮ ਚ ਪਹਿਲਾਂ ਪੈਸੇ ਦੇਣੇ ਪੈਂਦੇ ਸੀ ਬਾਅਦ ਚ ਵਾਪਸ ਮਿਲਦੇ ਸੀ ਅਸੀਂ ਕਿਹਾ ਜੇ ਸਰਕਾਰ ਨੇ ਪੈਸੇ ਦੇਣੇ ਆ ਤੇ ਉਹ ਬੱਚੇ ਨੂੰ ਫ੍ਰੀ ਪੜਾਓ ਕਹਦੇ ਕਿ ਬੱਚੇ ਕੋ ਪੈਸੇ ਹੈ ਹੀ ਨਹੀਂ ਜਸ ਦੇਣੇ ਸਰਕਾਰ ਨੇ ਆ ਸਰਕਾਰ ਦਾ ਪੈਸਾ ਕਦੀ ਮਰ ਨਹੀਂ ਸਕਦਾ ਲੇਟ ਹੋ ਸਕਦਾ ਹੂੰ ਅੱਛਾ ਉਹਦੇ ਵਿੱਚ ਅਸੀਂ ਕਰਵਾਉਣਾ ਸ਼ੁਰੂ ਕਰਤਾ ਬਹੁਤ ਸਾਰੇ ਕਾਲਜ ਮੇਰੇ ਕੋਲ ਆਏ ਉਸ ਟਾਈਮ ਤੇ ਇੰਬਿਪਨ ਸ਼ਰਮਾ ਜੀ ਆ ਉਹ ਇਸ ਤਰ੍ਹਾਂ ਉਹਨੇ ਸਾਥੀ ਉਹ ਟੀਮ ਸਾਰੇ ਲੈ ਕੇ ਮਿਲਣਾ ਬਟੇ ਉਹਨਾਂ ਨੇ ਮੈਨੂੰ ਕਿਹਾ ਜੀ ਸ਼ਡਿਊਲ ਕਾਸਟ ਬੱਚਿਆਂ ਦਾ ਤੁਸੀਂ ਸਾਨੂੰ ਆਰਡਰ ਕਰਦੇ ਸਾਨੂੰ ਦਿੱਲੀ ਚੰਡੀਗੜ੍ਹ ਬੁਲਾ ਕੇ ਕਹਿੰਦੇ ਵੀ ਆ ਪਰ ਕੱਲ ਜੇ ਝਗੜਾ ਹੋ ਗਿਆ ਕੋਈ ਪੰਗਾ ਪੈ ਗਿਆ ਸਾਡੇ ਤੋਂ ਕੋਈ ਝੂਠਾ ਪਰਚਾ ਦੇ ਦੋ ਮਗੇ ਝੂਠੇ ਦੇ ਪਰਚੇ ਦੀ ਤੁਹਾਡੇ ਨਾਲ ਗਰੰਟੀ ਹੈ ਉਹ ਨਹੀਂ ਹੋਣ ਦੇਵਾਂਗੇ ਪਰੰਤੂ ਜੇ ਬੱਚਿਆਂ ਨੂੰ ਤੁਸੀਂ ਤੰਗ ਪਰੇਸ਼ਾਨ ਕੀਤਾ ਫਿਰ ਅਸੀਂ ਉਹਦੇ ਲਈ ਰਾਖੀ ਲੇ ਬੈਠੇ ਹਾਂ ਹੂੰ ਉਹ ਕਹਿੰਦੇ ਠੀਕ ਹੈ ਜੀ ਉਹਨਾਂ ਨੇ ਬੱਚੇ ਐਡਮਿਸ਼ਨ ਕਰਨੀ ਸ਼ੁਰੂ ਕਰ ਦਿੱਤੇ ਫਿਰ ਸਰਕਾਰ ਪੈਸੇ ਨਾ ਦੇਵੇ ਉਹਦੇ ਲਈ ਬਹੁਤ ਲੜਾਈ ਲੜਨੀ ਪਈ ਕੋਰਟ ਚ ਕੇਸ ਗਿਆ ਸਾਡੇ ਆਰਡਰਾਂ ਨੂੰ ਲੈ ਕੇ ਅਸੀਂ ਆਰਡਰ ਕੀਤੇ ਸੀ ਉਹ ਆਰਡਰਾਂ ਨੂੰ ਇੰਪਲੀਮੈਂਟ ਕਰਾਉਣ ਲਈ ਅਸੀਂ ਲੜਾਈ ਲੜਨੀ ਪਈ ਉਹ ਜਿੱਦਾਂ ਇੰਪਲੀਮੈਂਟ ਹੋਏ ਪੈਸੇ ਮਿਲੇ ਪਰ ਸਰਕਾਰ ਤੋਂ ਉਸ ਟਾਈਮ ਤੇ ਕਾਲਜਾਂ ਨੂੰ ਵੀ ਇੱਕ ਲੱਗਾ ਵੀ ਇਹ ਪੈਸੇ ਆ ਸਕਦੇ ਆ ਗਏ ਹੂੰ ਫਿਰ ਕਾਲ ਜਾਨੇ ਵੀ ਐਡਵਰਟਾਈਜ਼ਮੈਂਟ ਰੇਡੀਓ ਤੇ ਸ਼ੁਰੂ ਕਰਤੀ ਅਖਬਾਰਾਂ ਚ ਕਰਤੀ ਇੱਕ ਇੱਕ ਸ਼ੁਰੂਆਤ ਹੋ ਗਈ ਜੀ ਫਿਰ ਕਰਦੇ ਕਰਦੇ ਜਿਹੜੇ ਕੁਝ ਹਜ਼ਾਰ ਬੱਚੇ ਸੀ ਉਹ ਅਸੀਂ ਪਹਿਲੀ ਵਾਰੀ ਪੌਣੇ 2 ਲੱਖ ਤੇ ਹੋ ਗਏ ਹੂੰ ਸਾਡੇ ਲਈ ਵੀ ਬੜੀ ਗੱਲ ਸੀ ਵੀ ਮੈਂ ਬਹੁਤ ਵੱਡੀ ਪ੍ਰਾਪਤੀ ਸੀ ਹੂੰ ਫਿਰ ਕਰਦੇ 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 3 ਲੱਖ 40 ਹਜ਼ਾਰ ਹੋ ਗਿਆ ਜੀ ਇੱਕ ਟਾਈਮ ਤੇ ਤਾਂ ਬਹੁਤ ਜ਼ਿਆਦਾ ਬੱਚੇ ਮੈਂ ਵੀ ਹੈਰਾਨ ਹੋ ਗਿਆ ਵੀ ਇੰਨੇ ਬੱਚੇ ਕਿੱਦਾਂ ਹੋ ਗਏ ਫਿਰ ਮੈਨੂੰ ਇੱਕ ਵਿਦਿਆਰਥੀ ਪਰਿਸ਼ਦ ਦੇ ਉਸ ਟਾਈਮ ਤੇ ਕੰਮ ਦੇਖਦੇ ਸੂਰਜ ਜੀ ਉਹਨਾਂ ਨੇ ਮੈਨੂੰ ਇੱਕ ਅਪਲੀਕੇਸ਼ਨ ਦਿੱਤੀ ਵੀ ਉਹਨਾਂ ਦੇ ਧਿਆਨ ਚ ਆਇਆ ਵੀ ਕਿਸੇ ਮੈਨੇਜਮੈਂਟ ਦੇ ਤਿੰਨ ਕਾਲਜ ਸੀ ਮੰਨ ਲਓ ਇੱਕ ਜਲੰਧਰ ਸੀ ਇੱਕ ਲੁਧਿਆਣਾ ਇੱਕ ਪਟਿਆਲਾ ਉਹਨਾਂ ਨੇ ਇੱਕ ਜਗ੍ਹਾ ਦੀ ਬੱਚੇ ਦੀ ਦਖਲ ਕਰਕੇ ਉਹਨੇ ਤਿੰਨ ਜਗ੍ਹਾ ਸ਼ੂ ਕਰ ਦਿੱਤਾ ਅੱਛਾ ਮੈਨੂੰ ਸੀ ਬੱਚਿਆਂ ਦਾ ਪੈਸਾ ਆਇਆ ਪੜ੍ਹਾਈ ਵਾਸਤੇ ਨਾ ਕਿ ਠੱਗੀ ਵਾਸਤੇ ਹਮ ਮੈਂ ਉਹਦੀ ਜਾਂਚ ਲਾਤੀ ਹਮ ਅਸੀਂ ਉਹਦੀ ਵਿਜੀਲੈਂਸ ਨੂੰ ਜਾਂਚ ਪੇਤੀ ਪਹਿਲੀ ਵਾਰੀ ਕਮਿਸ਼ਨ ਨੇ ਵਿਜੀਲੈਂਸ ਨੂੰ ਵੀ ਉਦੋਂ ਟਾਈਮ ਤੇ ਜਾਂਚ ਦਿੱਤੀ ਉਹ ਜਾਂਚ ਦੇ ਵਿੱਚ ਗੜਬੜ ਪਈ ਗਈ ਅਸੀਂ ਜੋ ਤੋਂ ਫਿਰ ਆਰਡਰ ਕੀਤੇ ਵੀ ਕਿਤੇ ਨੂੰ ਆਧਾਰ ਨਾਲ ਲਿੰਕ ਕਰੋ ਟੈਕਨੋਲੋਜੀ ਦਾ ਜੋਗਾ ਪਤਾ ਲੱਗੇ ਬਈ ਬੱਚਾ ਕਿੱਥੇ ਦਾਖਲ ਹੋਇਆ ਜਦੋਂ ਤਿੰਨ ਜਗ੍ਹਾ ਦਾਖਲ ਹੋ ਜੂਗਾ ਸ਼ੋ ਹੋ ਜੂਗਾ ਕੰਪਿਊਟਰ ਤੇ ਬਈ ਬੱਚਾ ਇੱਕੋ ਹੀ ਤਿੰਨ ਜਗ੍ਹਾ ਹਾਂ ਬਹੁਤ ਸਾਰੇ ਅਫਸਰਾਂ ਨੇ ਮਨ ਕਰਤਾ ਉਸ ਟਾਈਮ ਤੇ ਵੀ ਸਾਡੀ ਬਵਾਈ ਹੋਏ ਅਸੀਂ ਕਹੇ ਨੂੰ ਆਨਲਾਈਨ ਕਰਨਾ ਹੀ ਆ ਉਦੋਂ ਪੋਰਟਲ ਬਣਾਇਆ ਗਿਆ ਪੰਜਾਬ ਚ ਪਹਿਲਾ ਪੋਰਟਲ ਪੰਜਾਬ ਚ ਉਦੋਂ ਕਮਿਸ਼ਨ ਦੇ ਪ੍ਰਯਾਸਾਂ ਨਾਲ ਬਣਿਆ ਜੀ ਹੋਇਆ ਫਿਰ ਬੀ ਉਸ ਟਾਈਮ ਤੇ ਜਦੋਂ ਘਟਾਲੇ ਦਾ ਰੋਲਾ ਪੈ ਗਿਆ ਤੇ ਰਾਣੀ ਕੇ ਸਾਹਬ ਨੂੰ ਅਸਤੀਫਾ ਵੀ ਦੇਣਾ ਪਿਆ ਉਸ ਟਾਈਮ ਤੇ ਮੰਤਰੀ ਸੀ ਸਾਡੀ ਸਰਕਾਰ ਸੀ ਸਾਡੇ ਮੰਤਰੀ ਸੀ ਜੀ ਪਰ ਮੈਨੂੰ ਲੱਗਦਾ ਜੀ ਬੱਚਿਆਂ ਦੇ ਇਨਸਾਫ ਵਾਸਤੇ ਸਾਨੂੰ ਲੜਨਾ ਪੈਣਾ ਚਾਹੇ ਕੋਈ ਵੀ ਘਟਾਲੇ ਵਿਚਾਰ ਜਵੇ ਉਹਨੂੰ ਬਖਸ਼ਣਾ ਨਹੀਂ ਹੂੰ ਤੇ ਉਹ ਪੈਸੇ ਵਾਪਸ ਕਰਾਏ ਜਿਹੜੇ ਜਿਹੜੇ ਦੋਸ਼ੀ ਸੀ ਉਹਨਾਂ ਤੇ ਕਾਰਵਾਈ ਕਰਾਈ ਬੜਾ ਇੱਕ ਸੰਘਰਸ਼ ਮਈ ਰਿਹਾ ਦੌਰ ਤੇ ਮੈਂ ਸੋਦਾ ਇੱਕ ਸੰਘਰਸ਼ ਦੇ ਨਾਲ ਬੱਚਿਆਂ ਚ ਅਵੇਰਨੈਸ ਜਿਹੜੇ ਬੱਚੇ ਕਈ ਮੈਂ ਕਈ ਕਾਲਜਾਂ ਚ ਗਏ ਤੁਹਾਨੂੰ ਹੈਰਾਨਗੀ ਹੋਊਗੀ ਵੀ ਇੱਕ ਕਾਲਜ ਨੇ ਮੈਨੂੰ ਪ੍ਰੋਗਰਾਮ ਚ ਸੱਦਿਆ ਜਿਹੜੇ ਬੱਚਾ ਨੂੰ ਅਸੀਂ ਇਨਾਮ ਦੇ ਰਹੇ ਸੀ ਫਰਸਟ ਆਏ ਸੀ ਉਹ ਪੋਸਟ ਮੈਟ੍ਰਿਕ ਚੋਂ ਜਿਆਦਾ ਸੀ ਤੇ ਉਹਨਾਂ ਦੇ ਚਪਲੇ ਵੀ ਟੁੱਟੀਆਂ ਪਈਆਂ ਸੀ ਹਾਂ ਬਿਲਕੁਲ ਤੇ ਕਈ ਬੱਚਿਆਂ ਦੀਆਂ ਬਰਦੀਆਂ ਜਿਹੜੀਆਂ ਉਹ ਵਿਚਾਰੀ ਨੇ ਘਸੀਆਂ ਪਈਆਂ ਸੀ ਘਰ ਦੇ ਹਾਲਾਤ ਮਾੜੇ ਸੀ ਹਾਲਾਤ ਬਹੁਤ ਬਹੁਤ ਜਿਆਦਾ ਮਾੜੇ ਤੇ ਮੈਂ ਉੱਥੇ ਕਾਲਜ ਦੇ ਚੇਅਰਮੈਨ ਨੂੰ ਪੁੱਛਿਆ ਮੈਂ ਕਿ ਬੱਚੇ ਦੀ ਇੱਕ ਬਰਦੀ ਬਹੁਤ ਪੱਟੀ ਹੈ ਇਹ ਕਿਦਾਂ ਉਹ ਵੀ ਹੈਰਾਨ ਹੋਏ ਉਹਨਾਂ ਨੇ ਕਿਹਾ ਵੀ ਇਹ ਦੇਖੋ ਵੀ ਵਰਦੀ ਨੇ ਨਮੀ ਨਹੀਂ ਲਈ ਫਿਰ ਉਹ ਪ੍ਰਿੰਸੀਪਲ ਨੇ ਦੱਸਿਆ ਵੀ ਸਰ ਇਹਨਾਂ ਨੂੰ ਸੈਕੰਡਰ ਵਰਦੀਆਂ ਲੈ ਕੇ ਦਿੱਤੀਆਂ ਇਹ ਗਰੀਬ ਬਹੁਤ ਆ ਵਾਹ ਜੀ ਵਾਹ ਤੁਸੀਂ ਫੀਸ ਤੇ ਮਾਫ ਕਰਾਤੀ ਇਹਨਾਂ ਨੂੰ ਬੂਟ ਕਿੱਥੋਂ ਲੈ ਕੇ ਦੇਈਏ ਜੁੱਤੀ ਕਿੱਥੋਂ ਲੈ ਕੇ ਅੱਛਾ ਮੈਨੂੰ ਵੀ ਰੋਣਾ ਆਉਣਾ ਪੈਂਦਾ ਸੀ ਦੇਖ ਕੇ ਵੀ ਯਾਰ ਬੱਚੇ ਨੇ ਲੈ ਕੇ ਫਿਰ ਅਸੀਂ ਉਹਦੇ ਲਈ ਵੀ ਅਵੇਰਨੈਸ ਕਾਲਜਾਂ ਦੀ ਮਦਦ ਲਈ ਕਈ ਬੱਚਿਆਂ ਨੂੰ ਫਿਰ ਕਿਹਾ ਵੀ ਜਿਹੜਾ ਟਾਪ ਕਰੂਗਾ ਇਹਨੂੰ ਸਹੂਲਤ ਦੇਣੀ ਹੋਰ ਕਾਲਜ ਬਲੋਂ ਮਦਦ ਕਰਨੀ ਆ ਠੀਕ ਹੈ ਫਿਰ ਬੱਚੇ ਸਪੋਰਟਸ ਵਿੱਚ ਵੀ ਉਹਨਾਂ ਚੋਂ ਨਿਕਲੇ ਜੀ ਉਹ ਵੀ ਦੇਖ ਕੇ ਬੜਾ ਇੱਕ ਵਾਰੀ ਮੈਂ ਬੱਚੀਆਂ ਸੀ ਉਹਨਾਂ ਨੂੰ ਅਸੀਂ ਦੌੜਾਂ ਚ ਫਰਸਟ ਆਈਆਂ ਤੇ ਉਹ ਸਟੇਟ ਜਿੱਤ ਗਈਆਂ ਹੂੰ ਜਿੱਤ ਗਈਆਂ ਤੇ ਪਰ ਉਹਨਾਂ ਦੇ ਚਪਲਾ ਪਈਆਂ ਹੂੰ ਤੇ ਮੈਂ ਉਹਨਾਂ ਦੇ ਚੇਅਰਮੈਨ ਨੂੰ ਕਿਹਾ ਮੈਂ ਕਿਹਾ ਯਾਰ ਤੁਹਾਨੂੰ ਇੰਨਾ ਵੀ ਨਹੀਂ ਵੀ ਤੁਹਾਡੀਆਂ ਕੁੜੀਆਂ ਸਟੇਟ ਜਿੱਤੀਆਂ ਨੇ ਉਹਨੂੰ ਸ਼ੂ ਲੈਦੀ ਆ ਖੁਸ਼ੀ ਚ ਲੈ ਲਓ ਉਹਨਾਂ ਨੇ ਕਿਹਾ ਸੋਰੀ ਵੀ ਅੱਗੇ ਤੋਂ ਨਹੀਂ ਇਹ ਅੱਜ ਜਦੋਂ ਸਾਡੀਆਂ ਧੀਆਂ ਆ ਤੇ ਇਹਨਾਂ ਦੀ ਰੱਖੀ ਕਰਨੀ ਉਹ ਬਾਅਦ ਚ ਮੈਨੂੰ ਕਹਿੰਦੇ ਹੁੰਦੇ ਕਹਿੰਦੇ ਯਾਰ ਅਸੀਂ ਐਸੀਆਂ ਦੇ ਪ੍ਰਤੀ ਕੁਝ ਹੋਰ ਨਜ਼ਰੀਆ ਸੀ ਵੀ ਕਦੇ ਇੱਕ ਸਮਾਜ ਦਾ ਪੜਾ ਆ ਜੀ ਜੀ ਪਰ ਜਿੰਨੇ ਬੱਚੇ ਇਹ ਲੈ ਕੇ ਸਾਨੂੰ ਮਾਣ ਹੁੰਦਾ ਵੀ ਯਾਰ ਇਹ ਵੀ ਸਾਡਾ ਪਰਿਵਾਰ ਆ ਫਿਰ ਉਹ ਆਪਣੀਆਂ ਧੀਆ ਵਾਂਗੂ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੇ ਸੀ ਉਹਨਾਂ ਨੂੰ ਪੂਰਾ ਸਤਿਕਾਰ ਜਿੰਨੇ ਬੱਚੇ ਬੋਲਦੇ ਵਧੀਆ ਸੀ ਡਾਇਲੋਗ ਕਰਦੇ ਸਤਿਕਾਰ ਕਰਦੇ ਉਹਨਾਂ ਨੂੰ ਲੱਗਦਾ ਸਾਡਾ ਜੀਵਨ ਬਦਲ ਰਿਹਾ ਜੀ ਫਿਰ ਸਾਡੇ ਚ ਬਮੁਖ ਜਤੀਆਂ ਜਿਨ੍ਹਾਂ ਨੇ ਕਦੀ ਸਕੂਲ ਪਰਿਵਾਰਾਂ ਦੇ ਪਰਿਵਾਰ ਸਕੂਲ ਚ ਹੀ ਨਹੀਂ ਗਏ ਸ਼ਰੂਲ ਕਸਟਾਂ ਵਿੱਚ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਸੀ ਜਿਨ੍ਹਾਂ ਦੀ ਕਹਿ ਸਕਦੇ ਤੀਜੀ ਚੌਥੀ ਪੀੜੀ ਵਧੀਆ ਪੜਨ ਲੱਗ ਪਈ ਆ ਉਹ ਪੜਾਈ ਤੇ ਹੋ ਗਏ ਜਣਕੇ ਉਹਨਾਂ ਦੇ ਦਾਦਾ ਜੀ ਪੜੇ ਸੀ ਪਿਤਾ ਜੀ ਪੜ ਗਏ ਆ ਬੱਚੇ ਪੜ ਰਹੇ ਜੀ ਠੀਕ ਹੈ ਨੀ ਤੇ ਉਹਨਾਂ ਦੇ ਨਾਮ ਵੀ ਪਰਿਵਾਰਾਂ ਦੇ ਕਮਾਏ ਆ ਪਰ ਬਹੁਤ ਸਾਰੇ ਇਦਾਂ ਦੇ ਪਰਿਵਾਰ ਵੀ ਆ ਜਿਹੜੇ ਹੱਲੇ ਤੱਕ ਸਕੂਲਾਂ 'ਚ ਪਹੁੰਚੇ ਨਹੀਂ ਹੂੰ ਉਹ ਪੋਸਟ ਮੈਟ੍ਰਿਕ ਨੇ ਇੱਕ ਚਮਤਕਾਰ ਕਰਕੇ ਸਾਨੂੰ ਦਿਖਾਇਆ ਵੀ ਉਹ ਸਮਾਜ ਜਿਹੜਾ ਬੌਰੀਆ ਸਮਾਜ ਹੋ ਗਿਆ ਹੂੰ ਸੰਸੀ ਸਮਾਜ ਹੋ ਗਿਆ ਹੂੰ ਜਿਹਨ ਸਪੇਲੇ ਹੋ ਗਏ ਡੂਮ ਹੋ ਗਏ ਹੂੰ ਤੇ ਇਹ ਬਹੁਤ ਇਦਾਂ ਦੇ ਵੀ ਮੈਂ ਕਾਸਟਾਂ ਅੱਛਾ ਮੈਂ ਵੀ 39 ਕਾਸਟਾਂ ਬਾਰੇ ਮੈਨੂੰ ਪਤਾ ਸੀ ਪਰ ਉਹਨਾਂ ਚ ਜਾ ਕੇ ਉਹਨਾਂ ਦੇ ਕਲਚਰ ਨੂੰ ਦੇਖਣਾ ਉਹਨਾਂ ਨੂੰ ਇਕੱਠੇ ਕਰਨਾ ਉਹਨਾਂ ਨੂੰ ਇੱਕ ਪਲੇਟਫਾਰਮ ਬਣਾਉਣਾ ਇਹ ਪੋਸਟ ਮੈਟ੍ਰਿਕ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੂੰ ਫਿਰ ਤਾਂ ਨਾ ਕੋਈ ਹੋਰ ਗੱਲ ਚੰਗੀ ਲੱਗੂਗੀ ਵੀ ਇਹਦੇ ਵਿੱਚ ਸਟੂਡੈਂਟ ਜਿਹੜੀਆਂ ਜਿੱਥੇ ਬੰਨੀਆਂ ਉਹ ਬਹੁਤ ਰੋਲ ਅਦਾ ਕਰਨ ਲੱਪੀਆਂ ਜੀ ਇੱਕ ਮੋਗੇ ਲਾਠੀ ਚਾਰਜ ਹੋਇਆ ਇੱਕ ਬੜੀ ਹੋਇਆ ਸੀ ਲਾਠੀ ਚਾਰਜ ਨਵਾਂ ਸ਼ਹਿਰ ਹੂੰ ਜਦੋਂ ਉਹਨਾਂ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਇੱਕ ਐਸਪੀ ਉਹ ਸ਼ੂਲ ਕਾਸਟ ਲੱਗੇ ਸੀ ਤੇ ਉਹਨਾਂ ਨੇ ਬੱਚਿਆਂ ਦੇ ਜਿਹੜੇ ਨਾਮ ਲਿਖੇ ਤੇ ਉਹਦੇ ਵਿੱਚ ਕਈ ਸ਼ਰਮੇ ਸੀ, ਸੂਦ ਸੀ ਜਾਂ ਹੂਰ ਸੀ ਤੇ ਮੈਨੂੰ ਐਸਪੀ ਨੇ ਸਾਈਡ ਤੇ ਜਾ ਕੇ ਮੈਨੂੰ ਕਹਿੰਦੇ ਵੀ ਇਹ ਬੱਚੇ ਸ਼ੂਲ ਕਾਸਟ ਆ। ਮੈਂ ਕਿਹਾ ਨਹੀਂ ਪਤਾ ਨਹੀਂ। ਕਹਿੰਦਾ ਇਹਨਾਂ ਦੇ ਨਾਮ ਮੈਂ ਕਿਹਾ ਹੁਣ ਫਿਰ ਕੀ ਆ? ਕਹਿੰਦਾ ਪਰ ਇਹ ਐਸਸੀਆਂ ਲਈ ਕਿਉਂ ਲੜ ਰਹੇ? ਮੈਂ ਕਿਹਾ ਇੱਕ ਐਜੂਕੇਸ਼ਨ ਕ੍ਰਾਂਤੀ ਆ। ਹਾਂ ਬਿਲਕੁਲ। ਬਿਲਕੁਲ ਵਾਹ ਜੀ ਵਾਹ ਉਹਨਾਂ ਨੂੰ ਲੱਗ ਰਿਹਾ ਵੀ ਸਾਡੇ ਸਟੂਡੈਂਟ ਭਰਾ ਆ ਹੂੰ ਇਹ ਕਾਸਟ ਦੀ ਲੜਾਈ ਨਹੀਂ ਇਹ ਐਜੂਕੇਸ਼ਨ ਦੀ ਲੜਾਈ ਆ ਸਟੂਡੈਂਟ ਦੀ ਲੜਾਈ ਆ ਬਿਲਕੁਲ ਬਿਲਕੁਲ ਮੈਂ ਪਾਸਾਂ ਦੀ ਲੜਾਈ ਦੇਖੀ ਸੀ ਆਪਣੇ ਟਾਈਮ ਤੇ ਜਦੋਂ ਪਾਸ ਦੀ ਲੜਾਈ ਹੋਈ ਸੀ ਬਸ 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 ਬੜੀ ਵੱਡੀ ਲੜਾਈ ਮੈਂ ਵੀ ਉਦੋਂ ਸਟੂਡੈਂਟ ਲੀਡਰ ਸੀ ਜੀ ਜੀ ਬਸ ਪਾਸ ਤੋਂ ਬਾਅਦ ਇੱਕ ਪੋਸਟ ਮੈਟ੍ਰਿਕ ਲੜਾਈ ਦੇਖੀ ਮੈਂ ਸਟੂਡੈਂਟ ਦੀ ਜੀ ਜਿਹਦੇ ਲੱਖਾਂ ਪਈਆਂ ਉਹਦੇ ਸੁਧ ਹੋਣੀ ਆ ਭਾਰਤ ਮਾ ਜਨ ਬਹੁਤ ਮੁੰਡੇ ਇਦਾਂ ਦੇ ਬਿਲਕੁਲ ਵੀ ਜਿਨ੍ਹਾਂ ਨੇ ਉਦੋਂ ਉਸ ਟਾਈਮ ਤੇ ਕੰਮ ਕੀਤਾ ਤੇ ਉੱਚ ਸੂਰੇ ਭਾਰਤਵਾਜ ਦਾ ਬਹੁਤ ਵੱਡਾ ਨਾਮ ਸੀ ਸਾਡੀ ਅੰਬੈਟਿਕਾ ਦੇ ਬੰਦੇ ਸੀ ਉਹ ਸਾਨੂੰ ਅਵੇਅਰ ਕਰਦੇ ਸੀ ਅੱਛਾ ਉਹ ਸਟੂਡੈਂਟ ਨਾ ਵੀ ਫਿਰ ਭਰਾਮਾ ਤੌਰ ਤੇ ਮੈਂ ਸੋਚਦਾ ਵੀ ਇਹ ਕਿ ਕਿ ਦੇਸ਼ ਚ ਕ੍ਰਾਂਤੀ ਲਿਆਉਣੀ ਤੇ ਇੱਕ ਸਿੱਖਿਆ ਇੱਕ ਕਦੇ ਜਿਹੜੀ ਤੁਹਾਡੀ ਕਾਲ ਜਾਂਦੀਆਂ ਜਾਂ ਰਹੀਆਂ ਹੁੰਦੀਆਂ ਸਕੂਲ ਦੀਆਂ ਜਾਂ ਰਹੀਆਂ ਹੁੰਦੀਆਂ ਉਹ ਸਾਰੀ ਉਮਰ ਯਾਦ ਰੱਖਿਆ ਚਾਹੀਦੀ ਠੀਕ ਹੈ ਤੇ ਇਹਦੇ ਤੋਂ ਅੰਮਗੜ ਸਾਹਿਬ ਇਹ ਲੱਗਦਾ ਹੈ ਕਿ ਸਮਾਜ ਪੜਨਾ ਚਾਹੁੰਦਾ ਬਿਲਕੁਲ ਬਿਲਕੁਲ ਜਿਹੜਾ ਗਰੀਬ ਤੋਂ ਗਰੀਬ ਹੈ ਉਹ ਤੁਸੀਂ ਵੀ ਜਾਗਰੂਕ ਕੀਤਾ ਉਹਦੇ ਨਾਲ ਸਮਾਜ ਪੜਨਾ ਚਾਹੁੰਦਾ ਖਾਸ ਕਰਕੇ ਕਾਂਚੀ ਦੀ ਬਿੱਤੀ ਸਕ੍ਰੀਨ ਤੇ ਦੇਖ ਰਹੇ ਇਹਨੇ ਜਿੰਨੇ ਲੋਕ ਨੇ ਖਾਸ ਕਰਕੇ ਸਾਡੇ ਧਾਰਮਿਕ ਲੋਕ ਸਾਡੇ ਧਾਰਮਿਕ ادارے ਵੱਡੇ ਵੱਡੇ ਬਣ ਚੁੱਕੇ ਨੇ ਗੁਰੂ ਘਰ ਵੱਡੇ ਵੱਡੇ ਬਣ ਚੁੱਕੇ ਨੇ ਸਾਰਾ ਕੁਝ ਠੀਕ ਹੈ ਅੱਜ ਜੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਮੁੱਖ ਮੋੜ ਰਹੀਆਂ ਨੇ ਤੇ ਇੱਥੇ ਧਾਰਮਿਕ ادارے ਧਾਰਮਿਕ ਅਦਾਰਿਆਂ ਨੂੰ ਦਾਨ ਕਰਨ ਵਾਲੇ ਲੋਕ ਜੇ ਕਿਤੇ ਸਟੇਟ ਲੈਵਲ ਤੇ ਇਦਾਂ ਦੀ ਕੋਈ ਸੰਸਥਾ ਬਣਾ ਲੈਣ ਕਿ ਜਿਹੜੇ ਬੱਚੇ ਬਹੁਤ ਗਰੀਬ ਪਰਿਵਾਰਾਂ ਦੇ ਨੇ ਜਿਹੜੇ ਪੜਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਚੱਪਲਾਂ ਨਹੀਂ ਜੁੜਦੀਆਂ ਜਿਵੇਂ ਵੱਗਾ ਸਭ ਨੇ ਕਿਹਾ ਉਹ ਡਿਗਰੀਆਂ ਬੱਚੇ ਕਰਦੇ ਸੀ ਪਰ ਉਹਨਾਂ ਦੇ ਪਾਈਆਂ ਚੱਪਲਾਂ ਹੁੰਦੀਆਂ ਸੀ ਪੈਰਾਂ 'ਚ ਵਰਦੀ ਸੈਕੰਡ ਹੈਂਡ ਕਿਤੋਂ ਲੈ ਕੇ ਪਾਈ ਹੁੰਦੀ ਸੀ ਤੇ ਉਹ ਇਸ ਤਰ੍ਹਾਂ ਦੇ ਕਿੰਨੇ ਬੱਚੇ ਹੋਣਗੇ ਕ੍ਰਾਂਤੀ ਆ ਸਕਦੀ ਆ ਸਮਾਜ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਸਕਦੀ ਆ ਸਾਡੇ ਗੁਰੂ ਸਹਿਬਾਨਾਂ ਦਾ ਸੁਪਨਾ ਪੂਰਾ ਹੋ ਸਕਦਾ ਉਹਨਾਂ ਦਾ ਬੇਗਮ ਪੂਰਾ ਹੋ ਸਕਦਾ ਉਹਨਾਂ ਦਾ ਇੱਕ ਇਨਕਲਾਬ ਜਿਹੜਾ ਹੈ ਉਹ ਫੁੱਟ ਸਕਦਾ ਲਾਵਾ ਫੁੱਟ ਸਕਦਾ ਜੇਕਰ ਅਸੀਂ ਆਪਣੀ ਮਾਨਸਿਕਤਾ ਨੂੰ ਬਦਲ ਲਈਏ ਧਾਰਮਿਕ ਅਦਾਰਿਆਂ ਦੇ ਵਿੱਚ ਜੁੜੇ ਹੋਏ ਜਿੰਨੇ ਲੋਕ ਵੀ ਨੇ ਤੇ ਆਗੂ ਸਹਿਬਾਨ ਵੀ ਨੇ ਜੇ ਕਿਤੇ ਆਪਾਂ ਮਨ ਬਣਾ ਲਈਏ ਕਿ ਅਸੀਂ ਵਿਦਿਆ ਨੂੰ ਪ੍ਰਮੋਟ ਕਰਨਾ ਗੁਰੂ ਸਹਿਬਾਨਾਂ ਦੀ ਗੱਲ ਮੰਨ ਕੇ ਹੀ ਕਰ ਲਈਏ ਪਦਵੀ ਇੱਕ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਆਪਾਂ ਜੇ ਟਾਰਗੇਟ ਰੱਖ ਲਈਏ ਆਪਣੇ ਪੰਜਾਬ ਸੂਬੇ ਨੂੰ ਕੁਝ ਹਾਲ ਸੁਭਾ ਪਰ ਅੱਜ ਵੀ ਜਦੋਂ ਅਸੀਂ ਗਰਾਊਂਡ ਲੈਵਲ ਤੇ ਦੇਖਦੇ ਹਾਂ ਤੇ ਬਹੁਤ ਸਾਰੇ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਕਾਬਲੀਅਤ ਹੈ ਪਰ ਉਹਨਾਂ ਦੇ ਘਰ ਦੇ ਵਿੱਚ ਆਰਥਿਕ ਮੰਦੀ ਹੋਣ ਕਰਕੇ ਸਕੂਲ ਜਾਣ ਤੋਂ ਬੇਵੱਸ ਨੇ ਇਹ ਬਾਬਾ ਸਾਹਿਬ ਨੇ ਵੀ ਅਧਿਕਾਰ ਦਿੱਤਾ ਗੁਰੂ ਸਹਿਬਾਨਾਂ ਨੇ ਵੀ ਨਹੀਂ ਕਿਹਾ ਹੈਗਾ ਤੇ ਬੱਗਾ ਸਾਹਿਬ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਲੰਬਾ ਸਮਾਂ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਕੋਲ ਜ਼ਿੰਮੇਵਾਰੀ ਸੀਗੀ ਐਸੇ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਕਿਵੇਂ ਗੁਜ਼ਾਰਾ ਕਰਦੇ ਨੇ ਲੋਕ ਦੇਖੋ ਸਾਡੇ ਨਾ ਤਿੰਨ ਹਿੱਸਿਆਂ ਚ ਮੈਂ ਪੰਜਾਬ ਨੂੰ ਵੈਸੇ ਤਾਂ ਚਾਰ ਹਿੱਸਿਆਂ ਚ ਕਹਿ ਸਕਦਾ ਦੇ ਜੀ ਬਿਸ਼ੂ ਕਾਸਟ ਨੂੰ ਦੇਖਿਆ ਜਾ ਸਕਦਾ ਪਰ ਮੋਟਾ-ਮੋਟਾ ਤਿੰਨ ਹਿੱਸੇ ਆ ਮਾਝਾ ਮਾਲਵਾ ਦੁਆਬਾ ਜੀ ਜਿਹੜੇ ਮਲਵੇਈ ਲੋਕਾਂ ਉਹ ਜ਼ਿਆਦਾ ਸਾਡੇ ਐਗਰੀਕਲਚਰ ਤੇ ਡਿਪੈਂਡ ਆ ਉਥੇ ਇੰਡਸਟਰੀ ਜਾਂ ਕਿਹੜੇ ਹਾਲਾਤਾਂ ਦੇ ਕਾਰਨ ਨਹੀਂ ਪਹੁੰਚੀ ਹਮ ਜੱਤੀ ਕਾਰਨ ਉਹਦੇ ਬੋਛੇ ਰਾਜਨੀਤੀ ਕਾਰਨ ਵੀ ਹੋ ਸਕਦਾ ਬਹੁਤ ਵੱਡੇ ਕਈ ਅਗਲਾ ਪਰ ਦੁਆਬੇ ਵਿੱਚ ਇੰਡਸਟਰੀ ਆਉਣ ਨਾਲ ਛਿਦੂਲ ਕਸਟ ਨੂੰ ਇੱਕ ਰੋਜ਼ਗਾਰ ਦਾ ਸਾਧਨ ਮਿਲ ਗਿਆ ਉਹ ਜੇ ਖੇਤੀ ਚ ਕੰਮ ਵੀ ਕਰਦਾ ਸੀ ਪਾਰਟ ਟਾਈਮ ਕੰਮ ਕਰਨ ਤੋਂ ਬਾਅਦ ਉਹ ਇੰਡਸਟਰੀ ਚ ਲੱਗ ਗਿਆ ਉਹਨੇ ਆਪਣੇ ਜਿਹੜੇ ਇੰਡਸਟਰੀ ਚੋਂ ਪੈਸੇ ਮਿਲੇ ਬੱਚਿਆਂ ਨੂੰ ਪੜਾਈ ਤੇ ਲਾ ਲਿਆ ਮਾਲ ਵਿੱਚ ਮੈਸ ਸ਼ਬਦ ਸੁਣਦਾ ਸੀ ਸੀਰੀ ਹੂੰ ਖੇਤਾਂ ਚ ਕੰਮ ਕਰਨ ਵਾਲਾ ਜਿਹਨੂੰ ਪੱਕਾ ਇੱਕ ਵਾਰੀ ਰੱਖ ਲਿਆ ਤੇ ਰੱਖ ਲਿਆ ਤੇ ਦੁਆਬੇ ਦੇ ਵਿੱਚ ਵੀ ਪੁਰਾਣੇ ਸਮੇਂ ਦੇ ਵਿੱਚ ਇਦਾਂ ਹੀ ਸੀ ਪਰ ਜਦੋਂ ਇੰਡਸਟਰੀ ਆ ਗਈ ਉਹ ਖਤਮ ਹੋ ਗਈ ਉਹਦੋਂ ਖਤਮ ਹੋਇਆ ਹਾਂ ਮਾਲਵੇ ਚ ਵੀ ਇੱਕ ਰਫਨਰੀ ਆਈ ਹੈ ਹੁਣ ਬੀ ਇੰਡਸਟਰੀ ਉਹਲੇ ਔਰ ਇੱਕ ਇੰਡਸਟਰੀ ਨਾ ਕੁਛ ਨਹੀਂ ਬਹੁਤ ਸਾਰਾ ਲੋਕ ਉਸ ਦੇ ਵਿਅਕੋਗ ਲਮਣ ਦੀ ਲੋੜ ਆ ਔਰ ਕੰਮ ਕਰਨ ਦੀ ਲੋੜ ਆ ਕਦੇ ਜਿੰਨੀ ਦੇਰ ਅਸੀਂ ਲੋਕਾਂ ਨੂੰ ਰੋਜ਼ਗਾਰ ਨਾ ਨਹੀਂ ਜੋੜਦੇ ਹੁਣ ਨਿੱਦਰ ਕੋਈ ਹੱਲ ਨਹੀਂ ਹੋ ਸਕਦਾ ਚਾਹੇ ਤੁਸੀਂ ਚਾਈਨਾ ਦੇਖ ਲਓ ਚਾਹੇ ਅਮਰੀਕਾ ਦੇਖ ਲਓ ਚਾਹੇ ਜ਼ੋਰਬ ਦੇ ਦੇਓ ਉਹਨਾਂ ਨੇ ਆਪਣੇ ਲੋਕਾਂ ਨੂੰ ਪਰਚੁਪਣ ਦੀ ਇੰਡਸਟਰੀ ਨੂੰ ਹੀ ਵਰਤੇ ਹੂੰ ਸਾਨੂੰ ਹਾ ਇੰਡਸਟਰੀ ਕਿਹੜੀ ਲਾਉਣੀ ਆ ਉਹ ਦੇਖਣਾ ਪਊਗਾ ਕਿ ਇੱਥੇ ਐਗਰੀਕਲਚਰ ਨਾਲ ਸੰਬੰਧਤ ਇੰਡਸਟਰੀ ਲੱਗੇ ਹੂੰ ਸਾਡੇ ਸੂਬੇ ਦਾ ਨੁਕਸਾਨ ਨਾ ਕਰੀਏ ਬਿਲਕੁਲ ਪਾਣੀ ਵੀ ਬਚਾਈਏ ਅਸੀਂ ਉਹਦਾ ਦੀ ਇੰਡਸਟਰੀ ਨਾ ਲਗਾਈਏ ਜਿਹੜੀ ਸਾਡੇ ਸੂਬੇ ਨੂੰ ਸਿੱਧਾ ਨੁਕਸਾਨ ਕਰ ਦੇਵੇ ਇੱਥੇ ਵਾਤਾਵਰਨ ਨਾ ਬਦਲੇ ਇਸ ਲਈ ਅਸੀਂ ਬਹੁਤ ਤਰੱਕੀ ਕਰ ਸਕਦੇ ਫਿਰ ਸਾਡੇ ਕੋਲ ਮਾਝਾ ਸੀ ਮਾਝਾ ਬਾਰਡਰ ਦੇ ਹੋਣ ਦੇ ਕਾਰਨ ਪਾਕਿਸਤਾਨ ਨਾਲ ਲੱਗਦਾ ਸੂਬਾ ਹੁੰਦਾ ਉਹ ਲੱਗਦਾ ਸਾਡਾ ਉੱਥੇ ਦਾ ਜਿਹੜਾ ਸ਼ਡਿਊਲ ਕਾਸਟ ਆ ਉ ਉਹ ਵੀ ਖੇਤੀ ਤੇ ਡਿਪੈਂਡ ਕਰਦਾ ਜਾਂ ਮਾੜਾ ਮੋੜਾ ਦਿਹਾੜੀ ਟੱਪਾ ਕਰਕੇ ਟਾਈਮ ਨਗਾਉਂਦੇ ਆ ਹੂੰ ਤੇ ਬਾਰਡਰ ਤੇ ਤਾਂ ਇੰਨਾ ਮਾੜੇ ਹਾਲਾਤ ਆ ਮੈਂ ਉਹਨਾਂ ਛੁਰੂ ਕਸਟਾਂ ਜਿੱਥੇ ਜਾਂਦਾ ਸੀ ਅਸੀਂ ਦਰਿਆ ਪਾਰ ਕਰਕੇ ਵੀ ਮੈਂ ਗਿਆ ਮੇਰਾ ਕੋਸ਼ਿਸ਼ ਸੀ ਵੀ ਕੋਈ ਏਰੀਆ ਛੱਡਣਾ ਨਹੀਂ ਸਮਝਣਾ ਵੀ ਇਹਨਾਂ ਲੋਕਾਂ ਨੂੰ ਤੇ ਇਹਨਾਂ ਤੱਕ ਆਵਾਜ਼ ਪਹੁੰਚਾਉਣੀ ਤੇ ਇਹ ਦੇਖਿਓ ਕਿ ਹੋ ਕੀ ਰਿਹਾ ਵੀ ਸਾਡਾ ਜੀ ਮੈਂ ਜਿਹੜੀ 39 ਕਸਟਾਂ ਦੀ ਗੱਲ ਕੀਤੀ ਵੀ 39 ਕਸਟਾਂ ਚ ਪਹੁੰਚਣਾ ਦੀ ਡਾਕਟਰ ਮੈਡੀਕਾਰ ਦੀ 125ਵੀਂ ਜੰਤੀ ਆ ਗਈ ਸੀ ਅਸੀਂ ਉਹ 39 ਕਾਸਟਾ ਸੋਚਿਆ ਵੀ ਇਹਨਾਂ ਦੇ ਪ੍ਰੋਗਰਾਮ ਕਰਨੇ ਆ। ਹੂੰ ਅਸੀਂ 125 ਪ੍ਰੋਗਰਾਮ ਤੈਅ ਕਰ ਲਿਆ। ਜੀ ਉਹ ਚ ਯੂਨੀਵਰਸਟੀਆਂ ਵੀ ਰੱਖੀਆਂ 6 ਸੈਮੀਨਾਰ ਇੰਟਰਨੈਸ਼ਨਲ। ਹੂੰ ਤੇ ਬਾਕੀ ਅਸੀਂ ਡਿਸਟ੍ਰਿਕਟ ਲੈਵਲ ਦੇ 22 ਸੈਮੀਨਾਰ ਉਸ ਟਾਈਮ ਤੇ ਡਿਸਟ੍ਰਿਕਟ 22 ਸੀ ਸਾਡੇ। ਤੇ ਬਾਕੀ ਅਸੀਂ ਬਰਾਦਰੀਆਂ 'ਚ ਬੰਡੇ ਸਾਡੇ 125 ਦੀ بجائے 148 ਸੈਮੀਨਾਰ ਹੋਏ। ਹੂੰ ਜੀ ਜੀ ਤੇ ਉਹਦੇ ਵਿੱਚ ਜਿਹੜਾ ਅਸੀਂ ਡਾਇਲੌਗ ਦੇਖਿਆ ਜਾਂ ਉਹਦੇ ਵਿੱਚ ਅਸੀਂ ਇੱਕ ਪਰਵਰਤਨ ਦੇਖਿਆ ਤੇ ਸਭ ਤੋਂ ਜ਼ਿਆਦਾ ਸੀ ਸਾਡਾ ਆਪਸੀ ਡਾਇਲੌਗ ਉੱਚ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਰਿਹਾ ਉਥੇ ਸਿੱਖਿਆ ਦੇ ਸੈਮੀਨਾਰ ਹੋਏ ਅਪਰੇ ਸੈਮੀਨਾਰ ਤੁਹਾਡਾ ਵੀ ਹੋਇਆ ਉਥੇ ਅਸ਼ਾ ਮਠੰਡੇ ਇੱਕ ਬਹੁਤ ਵੱਡਾ ਸੈਮੀਨਾਰ ਉਥੇ ਕੀਤਾ ਫਿਰ ਮਲੇਰਕੋਟਲੇ ਹੋਇਆ ਸਾਡਾ ਮੋਗੇ ਹੋਇਆ ਤੇ ਫਿਰ ਡੇਰਾ ਬਾਬਾ ਨਾਨਕ ਹੋਇਆ ਠੀਕ ਨਹੀਂ ਅੰਮ੍ਰਿਤਸਰ ਦੇ ਬਾਰਡਰ 'ਚ ਹਰ ਜਗ੍ਹਾ ਵੀ ਸੈਮੀਨਾਰ ਚੱਲੇ ਐਜੂਕੇਸ਼ਨ ਤੇ ਜੀ ਪਰ ਉਹਦੇ ਵਿੱਚ ਨਿਕਲ ਕੇ ਆਉਂਦਾ ਸੀ ਵੀ ਐਜੂਕੇਸ਼ਨ ਤੋਂ ਬਾਅਦ ਕੀ ਕਰਨਾ ਹੂੰ ਬਾਬਾ ਸਾਹਿਬ ਨੇ ਕਿਹਾ ਤਬ ਪੜੋ ਲਿਖੋ ਇਕੱਠੇ ਹੋ ਸੰਘਰਸ਼ ਕਰੋ ਜੀ ਫਿਰ ਮੈਨੂੰ ਲੱਗਦਾ ਵੀ ਦੂਸਰਾ ਕੰਮ ਜਿਹੜਾ ਅੰਬੇਦਕਰ ਨੇ ਰੁਪਏ ਦੀ ਸਮੱਸਿਆ 'ਚ ਉਹਨਾਂ ਨੇ ਜਿਹੜਾ ਕਿਹਾ ਵੀ ਆ ਵੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਹੂੰ ਉਹਦੇ ਵਾਸਤੇ ਇਹਦੀ ਫਲੋਰ ਇੱਕ ਸੈਮੀਨਾਰ ਕੀਤਾ ਸੀ ਐਨਆਰ ਆਏ ਸੀ ਤੇ ਕੁਝ ਵਪਾਰੀ ਬੁਲਾਏ ਸੀ ਉੱਚ ਕਾਂਸੀ ਟੀਵੀ ਦੀ ਸਾਰੀ ਟੀਮ ਆਈ ਸੀ ਤੇ ਉਹਦੇ ਵਿੱਚ ਜਿਹੜੇ ਐਨਆਰ ਆਏ ਸੀ ਉਹ ਸਾਰੇ ਬਿਜ਼ਨਸ ਨਾਲ ਵਪਾਰ ਨਾਲ ਜੁੜੇ ਲੋਕ ਸੀ ਹੂੰ ਬੜੇ ਬੜੇ ਵਪਾਰੀ ਚੰਗੇ ਚੰਗੇ ਤੇ ਸਾਰੇ ਕੰਟਰੀਆਂ ਚੋਂ ਆਏ ਸੀ ਤੇ ਦੂਸਰਾ ਸੀ ਬੁਲਾਇਆ ਸੀ ਭਾਰਤ ਦੇ ਵਪਾਰੀ ਜਿੱਚ ਡਿੱਕੀ ਦੇ ਚੇਅਰਮੈਨ ਮਲਿੰਦ ਕਾਮਲੇ ਬਹੁਤ ਵੱਡਾ ਦਲਿਤਾਂ ਦਾ ਨਾਮ ਆ ਇੱਕ ਬ੍ਰਾਂਡ ਆ ਜਿਨ੍ਹਾਂ ਨੂੰ ਸ਼ਡਿਊਲ ਕਾਸਟਾਂ ਦੇ ਵੱਡੇ ਇੱਕ ਵਪਾਰ ਦੇ ਤੌਰ ਤੇ ਦੇਖਿਆ ਜਾਂਦਾ ਜਿਹ ਉਹ ਜਿਹੜਾ ਕਹਿੰਦਾ ਵੀ ਮੈਂ ਕਦੀ ਵੀ ਸ਼ਡਿਊਲ ਕਾਸਟ ਸੁਰੱਖਿਆ ਦਾ ਫਾਇਦਾ ਨਹੀਂ ਲਿਆ ਵਪਾਰ 'ਚ ਹਮ ਅਜੋ ਅਰਮਪਤੀ ਬੰਦੇ ਆ ਵਾਹ ਜੀ ਵਾਹ ਹਾਂ ਉਹਨਾਂ ਨੂੰ ਬਦਮਸ਼ੀਰੀ ਅਵਾਰਡ ਵੀ ਮਿਲਿਆ ਹਮ ਜਿਹਨੇ ਕਮ ਮਨਮੋਨ ਸਿੰਘ ਸਰਕਾਰ ਤੋਂ ਮਿਲਿਆ ਸੀ ਜੀ ਤੇ ਹੁਣ ਵੀ ਬਹੁਤ ਸਾਰੇ ਉਹ ਐਸ ਸੀ ਐਸਟੀ ਹੱਬ ਜਿਹੜੀ ਭਾਰਤ ਸਰਕਾਰ ਨੇ ਬਣਾਈਆ ਸ਼ਡਿਊਲ ਕਾਸਟ ਨੂੰ ਮਹਾਰਨਾ ਜੋੜਨ ਲਈ ਹਮ ਤੇ ਉਹਦੇ ਚੀਰਮੈਨ ਵੀ ਆ ਜੀ ਤੇ ਉਹਨਾਂ ਨੂੰ ਅਸੀਂ ਪੰਜਾਬ ਚ ਬੁਲਾਇਆ ਉਹਦੇ ਵਿੱਚ ਹੋਰ ਵੀ ਅਸੀਂ ਵਿਦਵਾਨ ਬੁਲਾਏ ਉਹਦੇ ਵਿੱਚ ਇਹ ਹੱਲ ਨਿਕਲ ਗਿਆ ਸੀ ਵੀ ਜੇ ਸ਼ਡਿਊਲ ਕਾਸਟ ਨੂੰ ਬਚਾਉਣਾ ਤੇ ਉਹਨੂੰ ਕਿਤੇ ਨਾ ਜੋੜਨਾ ਪਊਗਾ ਹਮ ਦੇਖੋ ਇੱਕ ਅਚਾਨਕ ਸੀ ਗੱਲ ਵੀ ਸਾਡੇ ਬਜ਼ੁਰਗਾਂ ਨੇ ਇਹ ਵਪਾਰ ਤੁਰਿਆ ਜਾਹੇ ਉਹਨਾਂ ਨੂੰ ਵਪਾਰ ਉਹ ਦਿੱਤਾ ਜਿਹੜਾ ਮਰੇ ਹੋਏ ਪਸ਼ੂ ਚੁੱਕਣ ਦਾ ਉਹ ਜੁੱਤੀਆਂ ਬਣਾਉਂਦੇ ਰਹੇ ਠੀਕ ਨਹੀਂ ਪਰ ਕਹੋਂਦੇ ਸੀਟਸ ਦੀ ਚਮੜੇ ਦੇ ਜੀ ਬਿਲਕੁਲ ਉਹਨਾਂ ਨੇ ਕਦੀ ਪੀਖ ਨਹੀਂ ਮੰਗੀ ਹੂੰ ਦੇ ਛੱਡ ਕੇ ਨਹੀਂ ਗਏ ਧਰਮ ਨਹੀਂ ਛੱਡਿਆ ਹੂੰ ਉਹਨਾਂ ਨੇ ਇੱਥੇ ਵਪਾਰ ਕਰਕੇ ਦਿਖਾਇਆ ਹੂੰ ਤੇ ਸਾਡੇ ਚੋਂ ਬੜੇ ਬੜੇ ਮਹਾਪੁਰਸ਼ ਜਿਨ੍ਹਾਂ ਨੂੰ ਅਸੀਂ ਆਪਣਾ ਰਹਿਬਰ ਗੁਰੂ ਰਵਿਦਾਸ ਜੀ ਮੰਨਦੇ ਆ ਜੀ ਜੀ ਉਹਨਾਂ ਨੇ ਮਾਣ ਨਾ ਗਿਆ ਵੀ ਮੈਂ ਇਸ ਬਰਾਦਰੀ ਦਾ ਜੀ ਕਿਉਂਕਿ ਵਪਾਰੀ ਲੋਕ ਸੀ ਬਿਲਕੁਲ ਬਿਲਕੁਲ ਮੈਂ ਹੁਣ ਵੀ ਕਹਿੰਦਾਈ ਵੀ ਟੈਕਨੋਲੋਜੀ ਬਦਲ ਗਈ ਆ ਤੇ ਸਾਨੂੰ ਟੈਕਨੋਲੋਜੀ ਦੇ ਮੁਤਾਬਕ ਕਿੱਤਾ ਵੀ ਬਦਲਣਾ ਮੈਂ ਅਸੀਂ ਕਹਿੰਦੇ ਹੁੰਦੇ ਜਿਹੜਾ ਕੰਮ ਅੱਜ ਤੋਂ 20 ਸਾਲ ਪਹਿਲਾਂ ਰੇਡੀਓ ਦਾ ਕਰਦਾ ਸੀ ਉਹ ਬਹੁਤ ਵਧੀਆ ਟੀਵੀ ਤੇ ਰੇਡੀਓ ਦੀ ਰੋਟੀ ਖਾ ਲੈਦਾ ਜੇ ਅੱਜ ਉਹ ਰੇਡੀਓ ਦੀ ਦੁਕਾਨ ਜਾਂ ਟੀਵੀ ਠੀਕ ਕਰਨ ਦੀ ਦੁਕਾਨ ਪਾ ਲਵੇ ਤੇ ਉਹਦੀ ਰੋਟੀ ਨਹੀਂ ਚੱਲਣੀ ਪਰ ਉਹ ਹੀ ਦੁਕਾਨ ਜੇ ਮੋਬਾਈਲ ਦੀ ਪਾ ਲਵੇ ਉਹ ਚੱਲੇਗਾ ਚਾਹੇ ਘਰੇ ਮੋਬਾਈਲ ਠੀਕ ਕਰਨ ਲੱਪੇ ਉਹ ਹਜ਼ਾਰ ਰੁਪਏ ਡੇਲੀ ਕਮਾ ਸਕਦਾ ਹੂੰ ਕਟੂ ਕਟਾ ਹੋ ਸਕਦਾ ਵੀ ਉਹ 5000 10000 ਰੁਪਏ ਆਮ ਜਿਹੜੇ ਮੋਬਾਈਲ ਵਾਲੇ 5 10000 ਰੁਪਏ ਕਮਾ ਲੈਂਦੇ ਆ ਤੇ ਉੱਤੇ ਲਾਗਤ ਕੋਈ ਜ਼ਿਆਦਾ ਨਹੀਂ ਆ ਹੂੰ ਤੇ ਮੋਬਾਈਲ ਦਾ ਕੰਮ ਵੀ ਤੁਹਾਨੂੰ ਸਰਕਾਰ ਬਈ મોદી ਸਰਕਾਰ ਨੇ ਤਾਂ ਇਹ ਪਲੈਨਿੰਗ ਕੀਤੀ ਵੀ ਕੁਛ ਕੀਤੇ ਜਿਹੜੇ ਛੁੱਟਡੇ ਆ ਉਹਨਾਂ ਨੇ ਉਹ ਕਹਤਾ ਵੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਸੈਂਟਰ ਬਹੁਤ ਪਲੈਨਿੰਗ ਕਰਕੇ ਚਾਲੂ ਕਰ ਦਿੱਤੇ ਆ ਜੀ ਉਹਨੂੰ ਆਨਲਾਈਨ ਵੀ ਤੇ ਦੂਸਰੀ ਤਰ੍ਹਾਂ ਵੀ ਚਾਲੂ ਕੀਤੇ ਜਾ ਰਹੇ ਉਹਦੇ ਲਈ ਐਸ ਸੀ ਐਸਟੀ ਹੱਬ ਬਹੁਤ ਵੱਡਾ ਇੱਕ ਸਾਧਨਾ ਆ ਜੀ ਅਸੀਂ ਇਹ ਸੋਚਦੇ ਹਾਂ ਵੀ ਜੇ ਇਹਨਾਂ ਨੂੰ ਵਕਕੇ ਕਿਤੇ ਨਾਲ ਜੋੜਦਾ ਮੋਬਾਈਲ ਠੀਕ ਕਰਨ ਲੱਪੇ ਉਹ ਘਰੇ ਬਹਿ ਕੇ 500 ਰੁਪਏ ਵੀ ਕਮਾਉਂਦਾ ਬਿਲਕੁਲ ਜਿਵੇਂ ਤੁਸੀਂ ਇਹ ਰੋਜ਼ਗਾਰ ਕਿਤੇ ਨਾਲ ਜੁੜੇ ਰਸਤਿਆਂ ਦੀ ਗੱਲ ਕੀਤੀ ਹੈ ਨਾਲ ਗੱਲ ਨਾਲ ਆਪਾਂ ਗੱਲ ਇਹ ਕਰ ਲਈਏ ਜਿਵੇਂ ਆਉਣ ਵਾਲਾ ਜਿਹੜਾ ਮਾਹੌਲ ਹੈ ਉਹ ਵਿਦਾਨ ਸਵਾ ਚੋਣਾਂ ਨੂੰ ਲੈ ਕੇ ਹੈ ਤੇ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਲੋਕ ਨੇ ਵੱਖ-ਵੱਖ ਪੁਰਾਣੇ ਸਮਿਆਂ ਤੋਂ ਸਾਡੇ ਬਜ਼ੁਰਗ ਜੁੜੇ ਹੋ ਸੀਗੇ ਜੀ ਸਾਡੇ ਪਾਪਾ ਜੁੜੇ ਹੋ ਸੀ ਤੇ ਅਸੀਂ ਵੀ ਉੱਥੇ ਜੁੜੇ ਸਾਡੇ ਬੱਚੇ ਵੀ ਉੱਥੇ ਜੁੜੇ ਐਦਾਂ ਦੇ ਵੀ ਪਰਿਵਾਰਵਾਦ ਚੱਲਦਾ ਆ ਰਿਹਾ ਇਹ ਸਾਰੇ ਕੁੱਝ ਨੂੰ ਤੋੜਨ ਦੇ ਵਾਸਤੇ ਇੱਕ ਨਵੀਂ ਲੀ ਪੰਜਾਬ ਨੂੰ ਦੇਣ ਦੇ ਵਾਸਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਜਾਂ ਜਿੰਨੇ ਕਾਂਚੀ ਟੀਵੀ ਤੇ ਸੁਣ ਰਹੇ ਨੇ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਵੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਅੱਛੇ ਇਨਸਾਨ ਅੱਗੇ ਲੈ ਕੇ ਆਉਣੇ ਚਾਹੀਦੇ ਤਾਂ ਕਿ ਜਿਹੜਾ ਭਵਿੱਖ ਚੰਗਾ ਹੋ ਸਕੇ ਦੇਖੋ ਲੋਕਤੰਤਰ ਦੇ ਵਿੱਚ ਜਿਹੜਾ ਵੋਟਰ ਆ ਸਭ ਤੋਂ ਵੱਡੀ ਤਾਕਤ ਆ ਜੀ ਬਾਬਾ ਸਾਹਿਬ ਬੀ ਆਰ Ambedkar ਜੀ ਨੇ ਕਿਹਾ ਸੀ ਵੀ ਪਹਿਲਾਂ ਰਾਜੇ ਦੇ ਪਰਿਵਾਰ ਚ ਰਾਜਾ ਪੈਦਾ ਹੁੰਦਾ ਸੀ ਹਮ ਹੁਣ ਉਹਨੇ ਵੈਲਿਡ ਬਾਸ ਦੇ ਰਾਹੀਂ ਪੈਦਾ ਹੋਣਾ ਜੀ ਕਿਉਂਕਿ ਉਹ ਲੋਕ ਵੋਟ ਪਾਉਣਗੇ ਜਾ ਕੇ ਫਿਰ ਰਾਜਾ ਬਣਦਾ ਤੇ ਬੰਸਲਬਦ ਰਾਜੇ ਨੂੰ ਫਿਰ ਲੋੜ ਪੈਂਦੀ ਇਹ ਨਹੀਂ ਸਾਰੀ ਉਮਰ ਲਈ ਤੂੰ ਇੱਕ ਨਹੀਂ ਬਣਾਤਾ ਨੂੰ ਹਮ ਇਹ ਲੋਕਤੰਤਰ ਦੀ ਖੂਬਸੂਰਤੀ ਆ ਹਮ ਇਸ ਦੇਸ਼ ਦੇ ਵਿੱਚ ਲੋਕਤੰਤਰ ਬਹੁਤ ਪੁਰਾਣਾ ਆ ਜਦੋਂ ਜਿਹਦਾ ਟਾਈਮ ਸੀ ਸਮਰਾਟ ਅਸ਼ੋਕ ਜੀ ਚਨਕੀ ਨੇ ਉਸ ਟਾਈਮ ਤੇ ਲੋਕਤੰਤਰ ਸਾਨੂੰ ਦਿੱਤਾ ਉਹਦੇ ਬਾਰੇ ਲਿਖਿਆ ਬਹੁਤ ਕੁਸ਼ ਗਿਆ ਬਹੁਤ ਕਿ ਕਿਸ ਤਰ੍ਹਾਂ ਦਾ ਰਾਜਾ ਹੋਣਾ ਚਾਹੀਦਾ ਲੋਕੋ ਨੂੰ ਕਿਦਾਂ ਚੁਣਨਾ ਤੇ ਅੱਜ ਜ਼ਰੂਰਤ ਆ ਗਈ ਆ ਵੀ ਸਾਨੂੰ ਵੋਟਰਾਂ ਨੂੰ ਉਹ ਚੀਜ਼ਾਂ ਸੋਚਣ ਦੀ ਹੂੰ ਵੀ ਮੈਂ ਸਰਕਾਰ ਦੇ ਟਾਈਮ 'ਚ ਵੀ ਕਹਿੰਦਾ ਹੁੰਦਾ ਸੀ ਵੀ ਆਟਾ ਦਾਲ ਜਿਹੜਾ ਵੀ ਉਹ ਜ਼ਰੂਰਤਮੰਦ ਨੂੰ ਹੀ ਮਿਲੇ ਤੇ ਬਾਕੀਆਂ ਨੂੰ ਤਖੜੇ ਕੀਤਾ ਜਾਵੇ ਵੀ ਉਹ ਆਟਾ ਦਾਲ ਨਾ ਲੈਣ ਹੂੰ ਮੈਂ ਇਹ ਵੀ ਕਈ ਵਾਰੀ ਉੱਪਰਲੀ ਕਹਿੰਦਾ ਹੁੰਦਾ ਵੀ ਜਦੋਂ ਹੁਣ 110 ਬੱਚੇ ਅਸੀਂ ਅਸੀਂ ਐਮਬੀਬੀਐਸ ਕਰੇ ਗਰੀਬ ਬੱਚਿਆਂ ਨੂੰ ਪਿਛੇ ਕੋੜਾ ਉਸ ਮੈਰੀਟਮ ਤੇ ਉੱਚਾ 78 ਕੁੜੀਆਂ ਸੀ ਜੀ ਤੇ ਮੈਂ ਕਹਿੰਦਾ ਹੁਣ ਜਿਹੜੀਆਂ ਐਮਬੀਬੀਐਸ ਕਰ ਗਈਆਂ ਡਾਕਟਰ ਬਣ ਗਈਆਂ ਨਹੀਂ ਆਟਾ ਦਾਲ ਥੋੜੀ ਲੈਣੀ ਆ ਨਾ ਉਹਨਾਂ ਨੇ ਸ਼ਗਲ ਲੈਣਾ ਤੇ ਨਾ ਆਟਾ ਦਾਲ ਲੈਣਾ ਬਿਲਕੁਲ ਉਹ ਤੇ ਸ਼ਗਲ ਪਹੁੰਚ ਗਈਆਂ ਬਿਲਕੁਲ ਉਹਨਾਂ ਨੂੰ ਕਹੀਏ ਵੀ 11000 ਰੁਪਏ ਦੇਣਾ ਤੇ ਉਹ ਦੇ ਦਿੰਗੀਆਂ ਜੀ ਐਮਬੀਬੀਐਸ ਡਾਕਟਰ ਛੋਟੀ ਗੱਲ ਨਹੀਂ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਬੱਚੀਆਂ ਸਾਡੀ ਇੰਜੀਨੀਅਰਿੰਗ ਕਰ ਗਈਆਂ ਨਰਸਿੰਗ ਕਰ ਗਈਆਂ ਜੀ ਉਹ ਕਿਸੇ ਦਾ ਭਲਾ ਕਰ ਸਕਦੇ ਉਹਨਾਂ ਨੂੰ ਆਟਾ ਦਾਲ ਦੀ ਲੋੜ ਨਹੀਂ ਹੁੰਦੀ ਜੀ ਇਸ ਲਈ ਸਾਨੂੰ ਉਹ ਪਰਿਵਾਰਾਂ ਨੂੰ ਸਹੂਲਤ ਦੇਣੀ ਚਾਹੀਦੀ ਜਿਨ੍ਹਾਂ ਨੂੰ ਲੋੜ ਹੈ ਤੇ ਦੂਜੇ ਪਰਿਵਾਰਾਂ ਨੂੰ ਖੜਾ ਕਰਨਾ ਚਾਹੀਦਾ ਹਮ ਆਉਣ ਵਾਲੇ ਸਮੇਂ 'ਚ ਜੇ ਅਸੀਂ ਇਦਾਂ ਦੇਸ਼ ਨੂੰ ਨਹੀਂ ਖੜਾ ਕਰਾਂਗੇ ਤੇ ਦੇਸ਼ ਸਾਡਾ ਤਰੱਕੀ ਨਹੀਂ ਗਰੀਬ ਕੰਟਰੀਆਂ 'ਚ ਹੀ ਨਾ ਜਾਊਗਾ ਹਮ ਇਸ ਲਈ ਲੋਕਤੰਤਰ ਮਜ਼ਬੂਤ ਕਰਨਾ ਲੋਕਤੰਤਰ 'ਚ ਵੋਟਾਂ ਦੇ ਬਾਰੇ ਜਗਾਉਣਾ ਹਮ ਤੁਹਾਨੂੰ ਹੈਰਾਨਗੀ ਹੋਊਗੀ ਕਿ ਮੈਂ ਐਸੀ ਕਮਿਸ਼ਨ ਦੇ ਨਾਤੇ ਮੈਂ ਜਿਹੜਾ ਸਾਡਾ ਕਮਿਸ਼ਨ ਸੀ ਚੋਣ ਕਮਿਸ਼ਨ ਇਹਦੇ ਨਾਲ ਮੈਂ ਡਾਇਲੌਗ ਕਰਦਾ ਰਿਹਾ ਜੀ ਬਲਕਿ ਨਿਦਾਮ ਤੌਰ ਤੇ ਐਸੀ ਕਮਿਸ਼ਨ ਦਾ ਮੈਂ ਤੁਹਾਨੂੰ ਦੱਸਿਆ ਵੀ ਹੁੰਦਾ ਸੀ ਵੀ ਝਗੜਿਆਂ ਤੱਕ ਦੇਖਣਾ ਜੀ ਜੀ ਪਰ ਮੈਨੂੰ ਲੱਗਦਾ ਨਹੀਂ ਯਾਰ ਲੋਕਤੰਤਰ ਹੈ ਲੋਕਤੰਤਰ ਚ ਇਹਨਾਂ ਨੂੰ ਪੁੱਛੀ ਵੀ ਤੁਹਾਡਾ ਕੀ ਪਲੈਨਿੰਗ ਹੈ ਸਾਡੀ ਕੀ ਪਲੈਨਿੰਗ ਹੈ ਬਿਲਕੁਲ ਅਸੀਂ ਉਹਦੇ ਲਈ ਫਿਰ ਲੈਟਰ ਲਿਖਦੇ ਸੀ ਵੀ ਉਹਨਾਂ ਨੂੰ ਕਹਿੰਦੇ ਸੀ ਵੀ ਇਹ ਚਾਹ ਕਰੋ ਹੂੰ ਅਸੀਂ ਸ਼ਰਾਬ ਵੀ ਸਾਨੂੰ ਪਤਾ ਲੱਗਦਾ ਵੀ ਸ਼ਡਿਊਲ ਕਾਸਟਾਂ ਦੇ ਮਹੱਲਿਆਂ ਚ ਕਿਉਂਕਿ ਇੱਕ ਬਸਤੀਆਂ ਬੜੀਆਂ ਹੁੰਦੀਆਂ ਵੀ ਇਸ ਏਰੀਆ ਚ ਬਸਤੀਆਂ ਤੇ ਉੱਥੇ ਸ਼ਰਾਬ ਪਚਾਓ ਪਚਾ ਦਿਓ ਤਾਂ ਗੁੰਮਰਾ ਕਰਕੇ ਵੋਟਾਂ ਲੈ ਲਓ ਹਾਂ ਜਾਂ ਪੈਸਾ ਦਿਓ ਆਟਾ ਦੇ ਦਿਓ ਫਲਾਣਾ ਦੇ ਦਿਓ ਇਹ ਤਾਂ ਬਹੁਤ ਚੱ ਅਸੀਂ ਸਖਤੀ ਕਰਨ ਦੀ ਗੱਲ ਕੀਤੀ ਉੱਥੇ ਲੋਕਾਂ ਨਾਲ ਡਾਇਲੋਗ ਸੈਮੀਨਾਰ ਚੂਣਾ ਦੇ ਵਿੱਚ ਮੈਂ ਜਾ ਕੇ ਬੋਲਦਾ ਰਿਹਾ ਸਕੂਲਾਂ 'ਚ ਉੱਥੇ ਪਰਿਵਾਰਾਂ ਨੂੰ ਬੁਲਾਉਂਦੇ ਸੀ ਉਹਨਾਂ ਦੇ ਮਦਰ ਫਾਦਰ ਨੂੰ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਲੋਕਤੰਤਰ ਬਚਾਉਣ ਲਈ ਤੁਸੀਂ ਇਹ ਵੀਰ ਹੋ। ਪਹਿਲਾਂ ਕੋਈ ਵੀ ਤੁਹਾਡੇ ਲੀਡਰ ਚਾਹੇ ਕਾਉਂਸਲਰ ਦੀ ਇਲੈਕਸ਼ਨ ਲੜ ਰਿਹਾ ਐ ਐਮਐਲਏ ਦੀ ਲੜ ਰਿਹਾ ਐ ਐਮਪੀ ਦੀ ਲੜ ਰਿਹਾ ਜਾਂ ਸਰਪੰਚ ਪੰਚ ਬਲੌਕ ਸੰਪਤੀ ਕੋਈ ਵੀ ਲੜ ਰਿਹਾ ਤੁਸੀਂ ਉਹਨੂੰ ਪੁੱਛੋ ਵੀ ਤੇਰਾ ਸੋਚ ਕੀ ਆ ਤੂੰ ਪੰਜਾਬ ਨੂੰ ਬਦਲੂ ਕਿੱਦਾਂ ਸਕਦਾ ਬਿਲਕੁਲ ਜੇ ਤੁਹਾਨੂੰ ਲੱਗਦਾ ਚੰਗਾ ਉਹਦੇ ਨਾਲ ਝਗੜਾ ਨਾ ਕਰੋ ਫਿਰ ਸੋਚ ਆਪਣੀ ਵਿਚਾਰ ਨਾਲ ਵੋਟ ਪਾਓ ਬਿਲਕੁਲ ਕਦੇ ਲੋਕਤੰਤਰ ਵਿੱਚ ਝਗੜੇ ਦੀ ਕਿਤੇ ਜਗ੍ਹਾ ਹੀ ਨਹੀਂ ਆ ਹਮ ਲੋਕਤੰਤਰ ਜੇ ਜਦੋਂ ਰਾਜੇ ਸੀ ਨਾ ਰਾਜੇ ਬਣਦੇ ਕਰਪਾਨਾ ਨਾ ਲੜ ਕੇ ਰਾਜ ਜੁੱਧ ਲੜ ਕੇ ਹਾਂ ਜੁੱਧ ਲੜ ਕੇ ਹਮ ਉਦੋਂ ਵੀ ਜਿਹੜੀ ਜਨਤਾ ਜੁੱਧ ਲੜਦੀ ਸੀ ਉਹਨਾਂ ਚੋਂ ਸਿਪਾਹੀ ਜਾਂਦੇ ਸੀ ਲੜਨ ਹਮ ਹੁਣ ਵੀ ਜਿਹੜੇ ਜਨਤਾ ਉਹ ਸਿਪਾਹੀ ਆ ਉਹ ਪਰ ਵੋਟ ਪਾਉਣ ਜਾਂਦੀ ਆ ਵੋਟ ਪਾਉਣ ਜਾਂਦੀ ਆ ਬਿਲਕੁਲ ਕਰਪਾਨ ਦੀ ਲੋੜ ਨਹੀਂ ਹੁਣ ਬਟਨ ਦੀ ਲੋੜ ਬਟਨ ਦੀ ਲੋੜ ਬਿਲਕੁਲ ਤੇ ਹੁਣ ਮੈਂ ਕਹਿੰਦਾ ਵੀ ਤੁਸੀਂ ਜਿਹੜਾ ਤੁਹਾਡੇ ਕੋਲ ਲੀਡਰ ਆਉਂਦਾ ਉਹ ਨਾਲ ਬਹਿਸ ਦੀ ਬਿਜਾਓ ਨਾਲ ਡਾਇਲੌਗ ਕਰੋ ਉਹਦਾ ਵਿਚਾਰ ਦੇਖੋ ਜਿੰਨਾ ਤੁਹਾਨੂੰ ਲੱਗਦਾ ਵੀ ਉਹ ਸਮਝਦਾਰਾ ਜਾਂ ਉਹ ਲੱਗਦਾ ਵੀ ਇਹ ਲੋਕਤੰਤਰ ਚ ਵਧੀਆ ਬਣਾ ਸਕਦਾ ਉਹਨੂੰ ਵੋਟ ਪਾ ਦਿਓ ਬਸ ਇੰਨੀ ਕੀ ਲੜਾਈ ਹੈ ਤੇ ਦੂਸਰਾ ਜਿੰਨੀ ਦੇ ਅਵੇਅਰਨੈਸ ਨਹੀਂ ਹੁੰਦੀ ਉਹ ਨਿੱਧਰ ਦੇਸ਼ ਨੂੰ ਨਹੀਂ ਬਦਲਿਆ ਜਾ ਸਕਦਾ ਬਾਬਾ ਸਾਹਿਬ ਖੁਦ ਕਹਿੰਦੇ ਵੀ ਮੈਨੂੰ ਬੱਚੇ ਜਿਹੜੇ ਡਿਗਰੀ ਵਾਲੇ ਨਹੀਂ ਚਾਹੀਦੇ ਗਿਆਨਵਾਨਤਾ ਚਾਹੀਦੇ ਹੈ ਕੀ ਬਾਤ ਹੂੰ డిగ్రీ ਦੇ ਨਾਲ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਰਾਜਨੀਤਿਕ ਮੌਕੇ ਮਿਲੇ ਇੱਥੇ ਕਿਤੇ ਨਾ ਕਿਤੇ ਕਮੀ ਲੱਗਦੀ ਹੈ ਤੇ ਲਈ ਕੀ ਕਹਿਣਾ ਚਾਹੂੰਗਾ ਇੱਕ ਸੰਵਿਧਾਨ ਚ ਹੈ ਰਾਈਟ ਟੂ ਐਜੂਕੇਸ਼ਨ ਐਕਟ ਜੀ ਬੇ ਹਰੇਕ ਵਿਅਕਤੀ ਦਾ ਰਾਈਟ ਹੈ ਬੇ ਉਹਨੂੰ ਐਜੂਕੇਸ਼ਨ ਮਿਲੇ ਜੀ ਮੈਂ ਇਹਨੂੰ ਜੋੜਦਾ ਹੁੰਦਾ ਹਾਂ ਕਿ ਉਹ ਅੱਗੇ ਬੇ ਉਹਨੂੰ ਰਾਈਟ ਐਜੂਕੇਸ਼ਨ ਵੀ ਮਿਲੇ ਜੀ ਜੀ ਜੇ ਕਿਸੇ ਵਿਅਕਤੀ ਨੂੰ ਤੁਸੀਂ ਗਲਤ ਐਜੂਕੇਸ਼ਨ ਦੇ ਦੋ ਤੇ ਤਮ ਹੀ ਉਹਦਾ ਕੰਮ ਖਰਾਬ ਹੋ ਜਾਣਾ ਹੂੰ ਭਗਵਾਨ ਵਾਲਮੀਕ ਜੀ ਕਹਿੰਦੇ ਸੀ ਵੀ ਜੇ ਇੱਕ ਕਦਮ ਵੀ ਆਪਣੀ ਮੰਜ਼ਲ ਤੋਂ ਗਲਤ ਪਟ ਲਿਆ ਤੇ ਤੁਹਾਨੂੰ ਕੋਸਾ ਕਿਲੋਮੀਟਰ ਦੂਰ ਲੈ ਜਾਊਗਾ ਹੂੰ ਉਤੋਂ ਫੇਰ ਮੁੜ ਕੇ ਆਉਣਾ ਪਊ ਹੂੰ ਹੂੰ ਉਹ ਗਲਤ ਦਿਸ਼ਾ ਵੱਲ ਜਾਣਾ ਗਲਤ ਗਿਆਨ ਪ੍ਰਾਪਤ ਕਰਨਾ ਉਹ ਕਿੰਬਰੀ ਨੁਕਸਾਨ ਕਰਦਾ ਜਿਹੜੀ ਗੱਲ ਸਾਡੇ ਅਧਿਕਾਰਾਂ ਦੀ ਆ ਤੇ ਨਾਲ ਸਾਡੇ ਫਰਜ਼ਾਂ ਦੀ ਆ ਡਿਊਟੀ ਆ ਜਿੱਥੇ ਕਹਿੰਦੇ ਸਾਡਾ ਰਾਈਟ ਇਸ ਨਾਲ ਸਾਡੀ ਡਿਊਟੀ ਵੀ ਆ ਬਹੁਤ سارے ਲੀਡਰ ਕਹਿੰਦੇ ਸਾਡਾ ਅਧਿਕਾਰ ਆ ਜੀ ਸਾਨੂੰ ਇਹ ਮਿਲਣਾ ਚਾਹੀਦਾ ਪਰ ਉਹ ਡਿਊਟੀ ਵੀ ਉਹਨਾਂ ਦੀ ਬਿਲਕੁਲ ਡਿਊਟੀ ਉਹਨਾਂ ਦੇ ਸਮਾਜ ਨੂੰ ਸੇਵਾ ਦੇਣਾ ਹੂੰ ਉਸ ਆਪਣੀ ਡਿਊਟੀ ਦਾ ਤੇ ਗੱਲ ਨਹੀਂ ਕਰਦਾ ਕੋਈ ਚਾਹੇ ਸ਼ਹਿਰ ਕਾਸਟ ਲੀਡਰ ਚਾਹੇ ਕੋਈ ਦੂਜਾ ਜਨਰਲ ਲੀਡਰ ਉਹ ਆਪਣੇ ਅਧਿਕਾਰ ਦੀ ਗੱਲ ਬੱਤ ਬੱਤ ਕਰਦਾ ਵੀ ਮੈਨੂੰ ਇਹ ਮਿਲਣਾ ਚਾਹੀਦਾ ਜੀ ਮੈਨੂੰ ਕਿਉਂ ਨਹੀਂ ਮਿਲਦਾ ਮੈਨੂੰ ਗੱਡੀ ਟੁੱਟੀ ਗਈ ਉਹ ਜੀ ਮੈਨੂੰ ਬੁਲਟ ਪਰੂ ਗੱਡੀ ਗਈ ਨਹੀਂ ਜੀ ਮੈਨੂੰ ਆ ਫਲਾਨਾ ਨਹੀਂ ਪਰ ਉਹ ਉਹਨੀ ਡਿਊਟੀ ਪੀ ਕਰਦਾ ਮੈਂ ਬਹੁਤ ਸਾਰੇ ਮਲਾਜਮਾਂ ਨੇ ਵੀ ਗੱਲ ਕਰਦਾਂਗੇ ਵੀ ਜਿੰਨੀ ਪਰਮਾਤਮਾ ਤੁਹਾਨੂੰ ਤਨਖਾਹ ਦਿੰਦਾ ਜਾਂ ਜਿੰਨੀ ਲੀਡਰ ਨੂੰ ਤਨਖਾਹ ਦਿੰਦਾ ਕੀ ਆਪਾਂ ਉਹਨਾਂ ਕੰਮ ਕਰਦੇ ਹਾਂ ਹਮ ਹਮ ਸਰਕਾਰੀ ਤੌਰ ਤੇ ਸਾਨੂੰ ਬਹੁਤ ਵਧੀਆ ਮਾਨ ਸਤਕਾਰ ਜੀ ਮਿਲਣਾ ਚਾਹੀਦਾ ਮੇਰੇ ਪੱਖ ਹਜੇ ਮਿਲਣਾ ਚਾਹੀਦਾ ਹੋਰ ਮਿਲਣਾ ਚਾਹੀਦਾ ਪਰ ਉਹ ਅਸੀਂ ਪੇ ਵੀ ਕਰੀਏ ਹਮ ਉਹ ਸਾਡੀ ਡਿਊਟੀ ਆ ਅਸੀਂ ਡਿਊਟੀ ਤੋਂ ਸਾਰੇ ਦੌੜ ਰਹੇ ਹਾਂ ਕਈ ਵਾਰੀ ਮੈਂ ਕਹਿੰਦਾ ਵੀ ਤੁਸੀਂ ਅੰਦੋਲਨ ਕਰਨਾ ਅੰਦੋਲਨ ਦੇ ਵਿੱਚ ਤੁਹਾਡਾ ਅਧਿਕਾਰ ਹੈ ਅੰਦੋਲਨ ਕਰੋ ਲੋਕਤੰਤਰ ਕਹਿੰਦਾ ਪਰ ਅੰਦੋਲਨ ਨੂੰ ਤੁਸੀਂ ਕਿਰਪਾਣਾ ਕੱਢ ਲਓ ਉਹ ਤੁਹਾਡਾ ਡਿਊਟੀ ਨਹੀਂ ਆ ਬਿਲਕੁਲ ਉਹ ਅੰਦੋਲਨ ਨੂੰ ਡਿਊਟੀ ਦੇ ਮੁਤਾਬਕ ਚਲਾਉਣਾ ਵੀ ਆ ਹੂੰ ਇਸੇ ਤਰ੍ਹਾਂ ਪਰਿਵਾਰ ਤੁਸੀਂ ਆ ਪੜ ਲੱਗ ਗਏ ਤੁਸੀਂ ਪਰ ਜੇ दारू ਪੀ ਕੇ ਘਰ ਆਈ ਜੰਦੇ ਆ ਬਾਬਾ ਸਾਹਿਬ ਦਾ ਜਨਮ ਦਿਨ ਮਨਾਈ ਜੰਦੇ ਆ ਬੜੀ ਉੱਤੇ ਪੈਸੇ ਹੀ ਖਰਚ ਰਹੇ ਆ ਪਰ ਬੱਚਿਆਂ ਤੇ ਜੋਰ ਨਹੀਂ ਦੇ ਰਹੇ ਆਨ ਗਵੜ ਚ ਜੋਰ ਨਹੀਂ ਦੇ ਰਹੇ ਪੜਾਈ ਤੇ ਹੂੰ ਤੇ ਅੰਬੇਡਕਰ ਦਾ ਮਿਸ਼ਨ ਨਹੀਂ ਆ ਹੂੰ ਮੈਂ ਬਹੁਤ سارے ਬਾਬਾ ਸਾਹਿਬ ਦੇ ਪ੍ਰੋਗਰਾਮਾਂ ਜਾਂਦਾ ਬਹੁਤ ਮਿਹਨਤ ਬੱਚੇ ਕਰਦੇ ਬਹੁਤ ਚੰਗਾ ਲੱਗਦਾ ਪਰ ਕਈ ਵਾਰੀ ਕਿਤੇ ਕਿਤੇ ਦੁੱਖ ਵੀ ਹੁੰਦਾ ਜਿੱਥੇ दारू ਪੀ ਕੇ ਜਨਮ ਦਿਨ ਮਨਾਇ ਜਾਂਦੇ ਰਾਤ ਨੂੰ ਸਪੀਕਰ ਲਾਇਆ ਵਧੀਆ ਪ੍ਰੋਗਰਾਮ ਨਹੀਂ ਸੰਗੀਤ ਮੇਰਾ ਭਾਸ਼ਣ ਕਰਾਉਂਦੇ ਪਰ ਮੈਨੂੰ ਚਿੰਤਾ ਵੀ ਹੁੰਦੀ ਸੀ ਵੀ ਇਹ ਅਸੀਂ ਡਿਊਟੀ ਪੂਰੀ ਤਨ ਨਹੀਂ ਕਰਦੇ ਫਿਰ ਬਾਅਦ ਵਿੱਚ ਮੈਂ ਉਹਨਾਂ ਨੂੰ ਫਿਰ ਸਦਾ ਹੀ ਬੈਠਦਾ ਸੀ ਉਹਨਾਂ ਨਾਲ ਗੱਲ ਕਰਦਾ ਵੀ ਯਾਰ ਠੀਕ ਆ ਤੁਹਾਡਾ ਇਹ ਆਪਣਾ ਵਿਸ਼ਾ ਹੈ ਪਰੰਤੂ ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜਾ ਆਪਣਾ ਬੱਚਿਆਂ ਦਾ ਪ੍ਰੋਜੈਕਟ ਆ ਉੱਤੇ ਆਪਾਂ ਛੱਡ ਦਿੱਤਾ ਕੱਲਾ ਆਪਾਂ ਸਿਰਫ ਸਪੀਕਰ ਲਾ ਕੇ ਗਾਲਾਂ ਕੱਢਣ ਵਾਲਾ ਕੰਮ ਰੱਖ ਲਿਆ ਬਿੱਤਾ ਸਾਡੇ ਛਾਪੇ ਬੰਨੇ ਜਾਂਦੇ ਸੀ ਅੱਜ ਅੱਜ ਕਿੱਥੇ ਆ ਪਕੜੇ ਜੇ ਅੱਜ ਆਪਾਂ ਨਾ ਸੰਭਾਲਿਆ ਤੇ ਆਉਣ ਵਾਲੇ ਸਮੇਂ ਸੱਚ ਬੱਚੇ ਸਾਨੂੰ ਗਾਲਾਂ ਕੱਢਣਗੇ ਬਿਲਕੁਲ ਕੱਢਣਗੇ ਵੀ ਉਹ ਲੀਡਰਾਂ ਨੇ ਬੜਾ ਮੜਾ ਕੀਤਾ ਇਹਨਾਂ ਨੂੰ ਕੋਈ ਨਾ ਵਧੀਆ ਮੌਕਾ ਸੀ ਇਹਨਾਂ ਨੇ ਦੇਸ਼ ਨੂੰ ਕੀ ਬਦਲਿਆ ਮੈਂ ਹਮੇਸ਼ਾ ਕਹਿੰਦਾ ਹਾਂ ਦੀ ਇੱਕ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਰਹਿ ਗਿਆ ਤੇ ਉਹ ਬੱਚੇ ਦਾ ਨੁਕਸਾਨ ਹੈਗਾ ਦੇਸ਼ ਦਾ ਵੀ ਹੈ। ਦੇਸ਼ ਦਾ ਵੀ। ਕੀ ਪਤਾ ਉਹ ਹੀ ਅਬਦੁਲ ਕਲਾਮ ਬਣਦਾ ਦੂਜਾ। ਹਮ। ਇਹ ਵੀ ਅਬਦੁਲ ਕਲਾਮ ਵੀ ਗਰੀਬ ਪਰਵਰਚੋਂ ਨਿਕਲੇ। ਬਿਲਕੁਲ। ਠੀਕ ਨਹੀਂ। ਉਹ ਬਾਬਾ ਸਾਹਿਬ ਅੰਬੇਡਕਰ ਬਣਦਾ। ਹਮ। ਉਹ ਕੋਈ ਵੱਡਾ ਰਾਈਟਰ ਬਣਦਾ, ਵੱਡਾ ਸਪੋਰਟਸਮੈਨ ਬਣਦਾ। ਇਸ ਲਈ ਕੋਈ ਵੀ ਬੱਚੇ ਨੂੰ ਸਾਨੂੰ ਪੜ੍ਹਾਈ ਤੋਂ, ਉਹਦੀਆਂ ਸਹੂਲਤਾਂ ਤੋਂ ਬੰਨ੍ਹ ਕੇ ਰੱਖਣ ਦੀ ਵੀ ਹੈ ਆਪਣੀ ਡਿਊਟੀ ਸਮਝਦੇ ਹੋਏ। ਉਹਦੇ ਰੱਖੀ ਕਰਨੀ ਚਾਹੀਦੀ ਹੈ ਬਿਲਕੁਲ ਰੱਖੀ ਕਰਨੀ ਚਾਹੀਦੀ ਹੈ ਬਗਾ ਸਾਹਿਬ ਤੁਸੀਂ ਪੰਜਾਬ ਦੀ ਜਿਹੜੀ ਬੀਤੇ ਸਮੇਂ 10 ਸਾਲ ਜਿਹੜੀ ਸਰਕਾਰ ਲੰਘ ਕੇ ਗਈ ਹੈ ਉਹਦੇ ਬਿਲਕੁਲ ਤੁਸੀਂ ਨੇੜੇ ਰਹਿਣ ਦਾ ਮੌਕਾ ਮਿਲਿਆ ਸਰਕਾਰਾਂ ਦੀ ਮਾਨਸਿਕਤਾ ਕੀ ਹੈਗੀ ਆ ਕਿ ਦੇਸ਼ ਦਾ ਜਿਹੜੇ ਬੱਚੇ ਹੈਗੇ ਨੇ ਪਵਿੱਖ ਜਿਹੜਾ ਹੈਗਾ ਉਹਨਾਂ ਨੂੰ ਚੰਗਾ ਐਜੂਕੇਸ਼ਨ ਦੇ ਕੇ ਚੰਗਾ ਤੰਦਰੁਸਤ ਰੱਖ ਕੇ ਵਧੀਆ ਬਣਾ ਕੇ ਇਹਨਾਂ ਨੂੰ ਦੇਸ਼ ਦੀ ਤਰੱਕੀ ਇਹਨਾਂ ਦੇ ਸਿਰ ਤੇ ਸੱਟ ਨਹੀਂ ਇਦਾਂ ਦੀ ਮਾਨਸਿਕਤਾ ਹੈਗੀ ਆ ਜਾਂ ਕਿ ਜਿਵੇਂ ਹੋ ਹੀ ਰਿਹਾ ਹੈਗਾ ਵੀ ਲੋਕਾਂ ਨੂੰ ਨੀਲੇ ਕਾਡਾਂ ਦੇ ਉਟਾਦੇ ਦੇ ਲ ਦੇ ਦਿਓ ਸਕੀਮਾ ਦੇ ਛੋਟੀਆਂ ਛੋਟੀਆਂ ਸਕੀਮਾ ਦੇ ਦਿਓ ਉਹ ਪੜਨ ਨਾ ਪੜ ਸਕੂਲਾਂ ਦੇ ਵਿੱਚ ਮਾਸਟਰ ਹੈ ਨਹੀਂ ਤੇ ਜਿਹੜੇ ਹਸਪਤਾਲਾਂ ਚ ਦਿੱਖੀ ਤੇ ਡਾਕਟਰ ਹੈ ਨਹੀਂਗੇ ਬੇਰਜ਼ਗਾਰੀ ਦਾ ਸੰਤਾਪ ਹੰਡਾਇਆ ਰਹੇ ਨੇ ਬੱਚੇ ਤੇ ਬੱਚੇ ਜਿਹੜੇ ਨੇ ਉਹ ਇਹ ਨਸ਼ਿਆਂ ਵੱਲ ਬਿਕਤਨ ਕਿਤੇ ਵੱਧ ਰਹੇ ਨੇ ਕੀ ਕਰਨ ਲੱਗਦਾ ਤੁਹਾਨੂੰ ਇਹਦੇ ਲਈ ਕੀ ਤੁਹਾਡੀ رائے ਆ ਦੇਖੋ ਅਸੀਂ ਕਮਿਸ਼ਨ ਦੀ ਫਿਰ ਮੈਂ ਗੱਲ ਕਰਦਾ ਵੀ ਜਦੋਂ ਐਸੀ ਕਮਿਸ਼ਨ ਚ ਅਸੀਂ ਪਹਿਲੀ ਵਾਰੀ ਅਸੀਂ ਇਹ ਸ਼ਡਿਊਲ ਕਾਸਟ ਐਮਐਲਏ ਇਕੱਠੇ ਕੀਤੇ ਹਮ ਸਾਰੀਆਂ ਪਾਰਟੀਆਂ ਜੀ ਉਹਨਾਂ ਨੂੰ ਇਕੱਠੇ ਕਰਕੇ ਮੈਂ ਉਹਨਾਂ ਨੂੰ ਕਿਹਾ ਵੀ ਕਦੀ ਤੁਸੀਂ ਸੋਚਿਆ ਵੀ ਅੱਜ ਮੇਰਾ ਹਲਕਾ ਇੱਥੇ ਆ ਤੇ 5 ਸਾਲ ਬਾਅਦ ਇੱਥੇ ਜਾਣਾ ਚਾਹੀਦਾ ਇੱਥੇ ਜਾਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਐਸੇ ਐਂਗਲ ਨਾਲ ਨਹੀਂ ਸੋਚਿਆ ਵੀ ਇੱਥੇ ਕੰਮ ਕਰਾਂਗੇ ਅਸੀਂ ਇਹ ਜ਼ਰੂਰਤ ਹੈ ਮੈਂ ਕਮਿਸ਼ਨ ਦੇ ਨਾਤੇ ਵੀ ਕਿ ਟਾਰਗੇਟ ਫਿਕਸ ਕੀਤੇ ਸੀ ਵੀ ਆਹ ਕੰਮ ਕਰਨੇ ਚਾਹੀਦੇ ਠੀਕ ਨਹੀਂ ਜਿੱਦਾਂ ਐਫਆਈਆਰ 'ਚ ਜਾਤ ਲਿਖੀ ਜਾਂਦੀ ਸੀ ਅਸੀਂ ਕਿ ਬੰਦ ਕੀਤੀ ਜਾਵੇ ਜਿੱਥੇ ਜ਼ਰੂਰਤ ਉੱਥੇ ਲਿਖੋ ਜਿੱਥੇ ਐਸੇ ਇਕੱਟ ਲੱਗਣਾ ਹਰ ਜਗ੍ਹਾ ਤੁਸੀਂ ਤਾਂ ਪਹਿਲੇ ਦੱਸ ਦਿੰਦੇ ਮੰਨ ਲਓ ਇਨਕੁਆਇਰੀ ਕਰਨ ਵਾਲਾ ਕੋਈ ਹੋਰ ਕਾਸਟ ਦਾ ਉਹਨੂੰ ਲੱਗਦਾ ਵੀ ਡੀਐਸਪੀ ਨੂੰ ਵੀ ਥੱਲੇ ਹੋਰ ਆ ਤੇ ਉਹ ਉਜਾਦੇ ਮੁਤਾਬਕ ਫੈਸਲੇ ਕਰਦੇ ਆ ਹੂੰ ਠੀਕ ਉੱਥੇ ਵੀ ਬਿਤ ਕਰਾਉਂਦਾ ਕੀ ਫਿਰ ਅਸੀਂ ਸ਼ਮਸ਼ਾਨ ਘਾਟਾ ਦੀ ਸਰਕਾਰ ਨੂੰ ਕਿਵੇਂ ਵੇਕ ਕਰਨ ਦੀ ਪਲੈਨਿੰਗ ਕਰੂ ਤੇ ਆਰਡਰ ਕੀਤੇ ਇਹ ਤਾਂ ਕੇ ਪਲੈਨਿੰਗ ਆ ਮੇਰੀ ਆਪਣੀਆਂ ਸੀ ਵੀ ਅਸੀਂ ਆ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਐਸੇ ਵੀ ਰਿਕਾਰਡ ਚਾ ਮੈਂ ਕਿਤਾਬ ਚ ਵੀ ਗੱਲਾਂ ਬਹੁਤ ਲਿਖੀਆਂ ਦੂਸਰੀ ਕਿਤਾਬ ਵੀ ਮੈਂ ਲਿਖ ਰਿਹਾ ਹਾਂ ਉੱਥੇ ਆਉਣਗੀਆਂ ਇਸੀ ਤਰ੍ਹਾਂ ਅਸੀਂ ਰਾਜਨੀਤੀ ਚ ਬਹੁਤ ਸਾਰੇ ਲੀਡਰਾਂ ਨੂੰ ਮਿਲਦੇ ਇੱਕ ਬਹੁਤ ਵੱਡੇ ਲੀਡਰ ਸੀ ਉਸ ਟਾਈਮ ਤੇ ਸੱਤਾ ਚ ਸੀ ਬਹੁਤ ਪਾਵਰ ਸੀ ਉਹਨਾਂ ਕੋ ਤੇ ਮੈਂ ਉਹਨਾਂ ਕੋ ਗਿਆ ਮੈਂ ਕਿਹਾ ਜੀ ਅੰਕਲ ਵੀ ਬਈ ਆਹ ਖੁਸ਼ੀ ਵਾਲੀ ਗੱਲ ਆ ਵੀ ਬੱਚੇ ਪੜ ਰਹੇ ਆ ਉਹਦੇ ਵਿੱਚ ਐਮਬੀਏ ਐਸ ਇੰਨੇ ਬੱਚੇ ਕਰਦੇ ਆ ਜੇ ਬੱਚੇ ਪੜ ਗਏ ਤੇ ਆਪਾਂ ਨੂੰ ਆਟਾ ਦਾਲ ਬਚੂਗਾ ਸ਼ਗਨ ਸਕੀਮ ਬਚੂਗੀ ਅੱਛਾ ਸਾਡੇ ਕਰੋੜਾ ਰੁਪਏ ਬਚੂਗਾ ਤੂੰ ਪੜਾਈ ਤੇ ਜ਼ਿਆਦਾ ਜ਼ੋਰ ਦੋ ਮੈਨੂੰ ਉਹਦੇ ਕਾਕਾ ਜੀ ਬਈ ਜੇ ਬੱਚੇ ਪੜ ਗਏ ਤੇ ਆਟੇ ਦਾਣੇ ਸਾਨੂੰ ਬੂਟਾ ਪੈਂਦੀ ਆ ਇਹ ਪੜ੍ਹਾਈ ਨਾ ਬੂਟਾ ਬੱਟਾ ਨਹੀਂ ਪੈਂਦੀ ਹੁੰਦੀ ਆ ਅੱਛਾ ਮੈਂ ਬੜਾ ਹਾਂ ਮੈਂ ਕਹਿੰਦਾ ਇਹ ਸੋਚ ਸਿਰਫ ਬੂਟਾ ਲਈ ਆਟਾ ਦਾਲ ਦੇ ਰਹੇ ਆ ਪਰ ਆਟੇ ਦਾਲ ਦੇ ਮੈਂ ਪੱਖੇ ਸੀ ਪਰ ਮੈਂ ਕਹਿੰਦਾ ਜਿਹਨੂੰ ਲੋੜ ਆ ਉਹਨੂੰ ਮਿਲਣੀ ਚਾਹੀਦੀ ਬੂਟਾ ਲਈ ਨਹੀਂ ਹਾਂ ਪੜ੍ਹਾਈ ਵੀ ਇੱਕ ਜ਼ਰੂਰਤ ਆ ਬਹੁਤ ਜ਼ਿਆਦਾ ਮੈਂ ਤੇ ਕਹਿੰਦਾ ਜੀ ਤੁਸੀਂ ਕਿਸੇ ਬੱਚੇ ਨੂੰ ਸਿੱਖਿਆ ਦੇ ਦਿੱਤੀ ਤੁਸੀਂ ਪੈਸਾ ਦੇ ਦਿਓ ਪੈਸਾ ਖਰਚ ਸਕਦਾ ਹੋ ਸਕਦਾ ਕੋਈ ਬੱਚਾ ਪੈਸਾ ਡਬਲ ਕਰ ਲਵੇ ਪਰ ਕੋਈ ਹੋ ਸਕਦਾ ਖਰਚੇ ਲੱਗੇ ਖਤਮ ਕਰ ਦੇਵੇ ਹਾਂ ਜਿਹੜਾ बिजनेਸਮੈਨ ਕੋਈ ਬਚਾ ਨਿਕਲੂਗਾ ਉਹ ਤੇ ਪੈਸੇ ਨੂੰ ਡਬਲ ਕਰ ਦੂਗਾ ਬਿਜ਼ਨਸ ਬਣਾ ਕੇ ਜੇ ਕਿਸ ਨੂੰ ਨਹੀਂ ਪਤਾ ਵਿਚਾਰਾ ਆਪਣੇ ਐਸ਼ੂ ਰਾਮ ਚ ਖਤਮ ਕਰ ਲੂਗਾ ਤੇ ਇਸੇ ਤਰ੍ਹਾਂ ਜੇ ਗਿਆਨ ਦੇ ਦੋਗੇ ਗਿਆਨ ਜਿੰਨਾ ਖਰਚੂਗਾ ਬਦਲੀ ਜਾਣਾ ਹਮ ਇੱਕ এডਿਕੇਸ਼ਨ ਹੀ ਹੋ ਜੀ ਨਾ ਇਹਨੂੰ ਜੰਗ ਲੱਗਣਾ ਬਿਲਕੁਲ ਬਿਲਕੁਲ ਨਾ ਇਹ ਘਟਣੀ ਆ ਨਾ ਚੋਰੀ ਹੋ ਸਕਦੀ ਹਮ ਬਾਕੀ ਜਿਹੜਾ ਚੋਰੀ ਕੀਤੀਆਂ ਜਾ ਸਕਦੀਆਂ ਜੰਗ ਲੱਗ ਸਕਦੀਆਂ ਖਤਮ ਹੋ ਸਕਦੀਆਂ ਇਹ ਵੱਧ ਹੀ ਆ ਜੀ ਜੀ ਇਸ ਲਈ ਮੈਂ এডਿਕੇਸ਼ਨ ਦੇ ਪੱਖ ਪੱਖੋਂ ਸੀ ਵੀ এডਿਕੇਸ਼ਨ ਪਰੰਤੂ ਉਹ ਕੀ ਕਹਦੇ ਵੀ এডਿਕੇਸ਼ਨ ਨਾਲ ਵੀ ਵੋਟਾਂ ਨਹੀਂ ਪੈਂਦੀਆਂ ਤੇ ਛੱਡ ਦੇ ਵਿਸ਼ੇ ਹਮ ਆਟਾ ਦਾਲ ਵੀ ਇਸ ਲਈ ਨਹੀਂ ਦੇ ਰਹੇ ਵੀ ਉਹ ਲੋਕਾਂ ਦਾ ਭਲਾ ਆ ਉਹ ਇਸ ਲਈ ਦੇ ਰਹੇ ਸੀ ਵੀ ਵੋਟਾਂ ਪੱਕੀਆਂ ਵੋਟਾਂ ਪੱਕੀਆਂ ਵੀ ਵੋਟਾਂ ਸਿਰਫ ਆਟਾ ਦਾਲ ਚਾਹੀਦਾ ਹੁੰਦਾ ਤਾਂ ਇਨਫਰਨ ਕੀ ਹੋਊਗੀ ਵੀ ਹੁਣ ਵੀ ਜੇ ਤੁ ਰਾਸ਼ਨ ਆਉਂਦਾ ਆ ਬਈ ਹੁਣ ਜੇ ਕਰੋਨਾ ਦੇ ਕਾਰਨ ਆਇਆ ਤੇ ਬਹੁਤ ਹਮਤ ਇਹ ਸ਼ਿਕਾਇਤਾਈ ਵੀ ਉਹਨਾਂ ਨੇ ਆਪਣੇ ਬੂਟਰਾਂ ਨੂੰ ਹੀ ਦਿੱਤਾ ਦਿੱਤਾ ਤੁਸੀਂ ਮੀਡੀਆ ਤੇ ਦਿਖਾਇਆ ਅੱਛਾ ਕਈਆਂ ਥਾਂ ਤੇ ਪਿਆ ਪਿਆ ਉਹਨਾਂ ਦਾ ਖਰਾਬ ਹੋ ਗਿਆ ਮੀਡੀਆ ਚ ਆਇਆ ਪੱਟੇ ਵੀ ਲੱਪਣਾ ਪਿਆ ਦਿੱਤਾ ਕਿਸੇ ਨੂੰ ਨਹੀਂ ਦਿੱਤਾ ਹੀ ਨਹੀਂ ਕਿਰਨ ਵੋਟਾਂ ਦੀ ਲੜਾਈ ਹੈ ਨਾ ਉਹ ਭੱਲੇ ਦੀ ਤਾਂ ਲੜਾਈ ਨਹੀਂ ਹੈ ਹੂੰ ਭੁੱਖੇ ਨੂੰ ਕੁਝ ਮਿਲ ਜਾਵੇ ਨਾਮ ਮਿਲ ਜਾਵੇ ਉਹਨਾਂ ਨੂੰ ਉਹਦਾ ਨਹੀਂ ਟੈਨਸ਼ਨ ਉਹਨਾਂ ਨੂੰ ਵੋਟਰ ਨੂੰ ਮਿਲੇ ਬਿਲਕੁਲ ਵੋਟਰ ਨੂੰ ਮਿਲੇ ਇੱਕ ਦੋ ਥਾਂ ਤੇ ਸ਼ਿਕਾਇਤਾਂ ਇਦਾਂੀਆਂ ਵੀ ਉਹ ਕਾਉਂਸਲਰ ਦੇ ਘਰ ਨਹੀਂ ਭੇਜਤਾ ਆਟਾ ਦਾਲ ਤੇ ਪਤਾ ਲੱਗਾ ਵੀ ਕਾਉਂਸਲਰ ਦੇ ਨਹੀਂ ਜਿਹੜਾ ਕਾਉਂਸਲਰ ਲੜਨਾ ਚਾਹੁੰਦਾ ਇਲੈਕਸ਼ਨ ਉਹਦੇ ਘਰ ਭੇਜਣਾ ਸੀ ਜੇ ਇਲੈਕਸ਼ਨ ਲਾਣੀ ਸੀ ਜੀ ਜੀ ਉਹਦੇ ਘਰ ਉਹਨਾਂ ਨੇ 200 ਬੈਗ ਭੇਜਤਾ ਤੇ ਉਹਨੇ 50 ਬੈਗ ਬੰਡ ਵੀ ਦਿੱਤੇ ਹਾਂ ਤੇ ਜਦੋਂ ਉਹਦੇ ਘਰ ਆਫੀਸਰ ਪਹੁੰਚਦੇ ਵੀ ਪਾਜੀ ਤੁਹਾਡੇ ਗਲਤੀ ਨਾ ਗਏ ਦੂਜੇ ਪਾਸੇ ਭੇਜਣਾ ਉਹਨੇ ਬੰਡੇ ਹੋ ਸੀ ਉਹ ਕਹਿੰਦਾ 50 ਬੰਨਦੇ ਕਹਿੰਦੇ ਚਲੋ ਸਾਡੇ ਨਾਲ ਉਹਨਾਂ ਦੇ ਘਰਾਂ ਚੋਂ ਲੈ ਲੈਂਦੇ ਉਹਨਾਂ ਦੇ ਘਰ ਦੇ ਨੂੰ ਕਿਹਾ ਵੀ ਉਹਦੇ ਘਰੋਂ ਚੁੱਕ ਲੈ ਵਾਪਸ ਇਹ ਨਹੀਂ ਕਿ ਵੀ ਦੇ ਦਿੱਤਾ ਦੇ ਦਿੱਤਾ ਦੇ ਦਿੱਤਾ ਦੇ ਦਿੱਤਾ ਰਾਜਨੀਤੀ ਕਿੰਨੀ ਛੋਟੀ ਆ ਵੀ ਉਹ ਤੋਂ ਵਾਪਸ ਲੈ ਕੇ ਉਹਨੂੰ ਕਿਹਾ ਵੀ ਤੂੰ ਕਾਂਗਰਸੀ ਘਰੋਂ ਲੈ ਨਹੀਂ ਉਹਨੂੰ ਬੋਟਾ ਪਾਉਣੀ ਆ ਹਾਂ ਯਾਨਕਿ ਉਹ ਪੋਖਰੀ ਲੜਾਈ ਨਹੀਂ ਆ ਮੈਂ ਕਿਹਾ ਨਾ ਨਹੀਂ ਵੀ ਜੇ ਕਿਸੇ ਭੁੱਖੇ ਬੱਚੇ ਨੂੰ ਪੜ੍ਹਾਉਂਗੇ ਉਹ ਨੂੰ ਕਹਿੰਗੇ ਦੋ ਦੁਣੀ ਉਹਨੇ ਕਿਹਾ ਚਾਰ ਰੋਟੀਆਂ ਹਾਂ ਉਹਦੇ ਲਈ ਰੋਟੀ ਵੀ ਜ਼ਰੂਰੀ ਹੈ ਰੋਟੀ ਜ਼ਰੂਰੀ ਬਿਲਕੁਲ 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 ਇਹ ਰੋਟੀ ਇਸ ਲਈ ਦੇ ਰਹੀ ਵੀ ਉਹਨੂੰ ਬੋਟਾਂ ਯਾਦ ਕਰਾਉਂਦੇ ਆ ਇਸ ਗੱਲ ਦਾ ਬਹੁਤ ਅਸੀਂ ਸੋਚਦੇ ਨੇ ਗੱਲ ਤਾਂ ਬਿਠੀਕ ਆ ਤੁਸੀਂ ਰਾਜਨੀਤੀ ਕੇ ਲੋਕਤੰਤਰ ਉਹ ਚ ਰਾਜਨੀਤੀ ਕਰਨੀ ਆ ਕਰਨੀ ਚਾਹੀਦੀ ਆ ਪਰੰਤੂ ਉਹ ਰਾਜਨੀਤੀ ਵਿੱਚ ਭਲਾ ਵੀ ਸੋਚੋ ਵੀ ਯਾਰ ਇਹਨੂੰ ਖੜਾ ਵੀ ਕਰਨਾ ਹੂੰ ਇਸ ਪਰਿਵਾਰ ਨੂੰ ਕਿੱਦਾਂ ਅੱਗੇ ਬਤਾਉਣਾ ਇਹ ਬੱਚੇ ਆ ਬੱਚਿਆਂ ਨੂੰ ਐਜੂਕੇਸ਼ਨ ਕਿੱਦਾਂ ਮਿਲਣੀ ਆ ਹੂੰ ਤੇ ਮੈਂ ਤੇ ਇਸ ਗੱਲ ਤੇ ਵੀ ਉਦੋਂ ਸਰਕਾਰ ਨੂੰ ਦੇਖਿਆ ਵੀ ਜਿਹੜੇ ਗਰੀਬ ਬੱਚੇ ਨਾ ਜਿਹੜੇ ਸਕੂਲਾਂ ਚ ਪੜਦੇ ਉਹਨਾਂ ਨੂੰ ਵਰਦੀਆਂ ਮਿਲਦੀਆਂ ਜਿਹੜੇ ਸਰਕਾਰੀ ਸਕੂਲਾਂ ਚ ਬੱਚੇ ਆ ਜ਼ਿਆਦਾਤਰ ਸ਼ਡਿਊਲ ਕਾਸਟ ਆ ਜੀ ਤੇ ਜਾਂ ਜੂਪੀ ਬਿਹਾਰ ਦੇ ਬੱਚੇ ਆ ਤੇ ਜੇ ਗਰੀਬ ਜਨਰਲ ਕੋਈ ਪੜਦਾ ਤੇ ਉਹ ਜਿਹੜਾ ਪ੍ਰਾਈਵੇਟ ਜਾ ਹੀ ਨਹੀਂ ਸਕਦਾ ਜੀ ਐਸੀਵੀ ਅੱਜਕੱਲ ਤੇ ਉਹੀ ਪੜਾਉਣ ਲੱਪੇ ਜਿਹਦਾ ਬੱਚਾ ਪ੍ਰਾਈਵੇਟ ਨਹੀਂ ਪੜਾ ਸਕਦਾ ਉਹ ਸਰਕਾਰੀ ਚ ਲੰਦਾ ਬਿਲਕੁਲ ਨਹੀਂ ਤਾਂ ਸਾਰੇ ਪ੍ਰਾਈਵੇਟ ਵੱਲ દોੜ ਪਏ ਆ ਹੂੰ ਉਹ ਮੈਂ ਇੱਕ ਸਕੂਲ ਚ ਗਿਆ ਅੰਮ੍ਰਿਤਸਰ ਗਮਟਾਲੇ ਪਿੰਡ ਚ ਉੱਥੇ ਇੱਕ ਬੱਚਾ ਦੇਖਿਆ ਬਹੁਤ ਵਧੀਆ ਗਾਉਂਦਾ ਸੀ ਤੇ ਉਹ ਗੀਤ ਕਰ ਰਿਹਾ ਤੇ ਉਹਦੇ ਵਰਦੀ ਫੱਟੀ ਪਈ ਸੀ ਹੂੰ ਤੇ ਮੈਂ ਪ੍ਰਿੰਸੀਪਲ ਨੂੰ ਪੁੱਛਿਆ ਵੀ ਇਹਦੀ ਵਰਦੀ ਫੱਟੀ ਆ ਉਹਨੇ ਵੀ ਇਹੀ ਕਿਹਾ ਸੀ ਕਿੰਦਾ ਸਰ ਵੀ ਇਹ ਬੱਚਾ ਜਨਰਲ ਆ ਇਹਦੀ ਵਰਦੀ ਆਉਂਦੀ ਨਹੀਂ ਅਸੀਂ ਐਸੀ ਬੱਚਿਆਂ ਦੀ ਵਰਦੀਆਂ ਕੋਈ ਜਨਰਲ ਬੱਚੇ ਨਹੀਂ ਦਿੰਦੇ ਦੋ ਚਾਰ ਬੱਚੇ ਜੀ 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 ਮੈਂ ਸਰਕਾਰ ਤੋਂ ਉੱਤੇ ਵੀ ਲਿਖਿਆ ਸੀ ਵੀ ਸਾਨੂੰ ਮਿਲਦਾ ਸਾਨੂੰ ਖੁਸ਼ੀ ਆ ਜੇ ਕਿਸੇ ਦੂਜੇ ਗਰੀਬ ਨੂੰ ਮਿਲਦਾ ਸਾਨੂੰ ਕੀ ਤਰਾਜ ਇਹਨੂੰ ਵੀ ਦੇ ਦਿਓ ਮਿਲਣਾ ਚਾਹੀਦਾ ਜੇ 2-4% ਉਹ ਲੈਜ ਵੀ ਤੇ ਇਹਦੇ ਵਿੱਚ ਕੀ ਨੁਕਸਾਨ ਕੀ ਸਾਡਾ ਜੀ 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 ਸਾਨੂੰ ਮਿਲੇ ਸਾਨੂੰ ਟਾਈਮ ਨਾ ਮਿਲੇ ਅਸੀਂ ਮੈਂ ਤੇ ਕਮਿਸ਼ਨ ਚ ਇਹ ਬਹੁਤ ਉਦਬਾਉਂਡ ਕਰਦਾ ਨਹੀਂ ਵੀ ਕਿਤਾਬਾਂ ਤੁਹਾਨੂੰ ਹਰਾਨ ਕੀਤੀ ਕਿ ਵੀ ਕਿਤਾਬਾਂ ਦਸੰਬਰ ਚ ਦਿੰਦੇ ਸੀ ਹਾਂਜੀ ਬਿਲਕੁਲ ਜਦ ਕਿ ਮਾਰਚ ਵਿੱਚ ਮੈਂ ਨਹੀਂ ਸੀ ਇਸ ਪ੍ਰੈਸ ਅਸੀਂ ਅਸੀਂ ਉੱਥੇ ਕਈ ਅਫਸਰਾਂ ਨੇ ਉਹ ਤੋਂ ਕਾਰਵਾਈ ਕੀਤੀ ਜੀ ਉਦੋਂ ਬੜਾ ਚਰਚਾ ਬਣੀ ਸੀ ਵੀ ਕਮਿਸ਼ਨ ਬਹੁਤ ਸ਼ਕਤੀ ਨਾਲ ਕੰਮ ਕਰ ਰਿਹਾ ਪਰ ਸਾਨੂੰ ਸ਼ਕਤੀ ਦਾ ਮਤਲਬ ਨਹੀਂ ਸੀ ਸਾਨੂੰ ਮੈਨੂੰ ਲੱਗਦਾ ਇਹ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਜੀ ਅਸੀਂ ਔਰਮਲਟੀ ਕੋਦੋ ਵੀ ਬੱਚਿਆਂ ਨੂੰ ਕਿਤਾਬਾਂ ਬੂਟਾ ਲਈ ਦੇਣੀ ਆ ਦਿਖਾ ਕੇ ਉਥੇ ਐਮਐਲਏ ਦੀ ਕੀ ਜ਼ਰੂਰਤ ਹਮ ਹਮ ਵੀ ਜਣੇ ਕਿ ਉਹ ਤੇ ਬੱਚੇ ਦਾ ਸਿੱਧਾ-ਸਿੱਧਾ ਇੱਕ ਇੱਕ ਗਿਆਨ ਨਾਲ ਲਿੰਕ ਹੋ ਰਿਹਾ ਉਹਨੂੰ ਕੈਮ ਨਾ ਕਰਾਓ ਬਿਲਕੁਲ ਬਿਲਕੁਲ ਇਸ ਗੱਲ ਤੇ ਮੈਂ ਬਹੁਤ ਮੈਂ ਇੱਕ ਹੋਰ ਸੀ ਕਿ ਤਬੀ ਸਰਕਾਰੀ ਸਕੂਲਾਂ ਜਾ ਕੇ ਚੈੱਕ ਕਰਨਾ ਮੇਰਾ ਆਈਦਨ ਕੋਈ ਨਾ ਕੋਈ ਸਕੂਲ ਚ ਗੀੜਾ ਜਰੂਰ ਹੁੰਦਾ ਸੀ ਜਰੂਰ ਹੁੰਦਾ ਸੀ ਠੀਕ ਹੈ ਉਹ ਤਾਂ ਰੱਖਦਾ ਸੀ ਵੀ ਬੱਚਿਆਂ ਨੂੰ ਲੱਗੇ ਸਾਨੂੰ ਵੀ ਕੋਈ ਚੈੱਕ ਕਰਨ ਵਾਲਾ ਹੈਗਾ ਹਾਂ ਫਿਰ ਬੱਚਿਆਂ ਦੇ ਅਧਿਆਪਕ ਸਟਾਫ ਉਹਨਾਂ ਨੂੰ ਸਾਰਨ ਫਿਕਰ ਰਹਿੰਦਾ ਸੀ ਵੀ ਉਹਨੇ ਕੋ ਪੁੱਛ ਲੈਣਾ ਕਿ ਹਾਂ ਫਿਰ ਬੱਚਿਆਂ ਨੂੰ ਮੈਂ ਕਹਿੰਦਾ ਸੀ ਵੀ ਤੁਸੀਂ ਇਕੱਲੇ ਸਕਾਲਰਸ਼ਿਪ ਤੇ ਡਿਪੈਂਡ ਨਹੀਂ ਕਰਨਾ ਤੁਸੀਂ ਮੈਰਿਟ ਚ ਆਉਣਾ ਤੁਹਾਨੂੰ ਹਰਾਨੂ ਮੈਂ ਐਮਬੀਬੀਐਸ ਬੱਚਾ ਨਾ ਬੈਠਾ ਸਾਰੇ ਨਾ ਸੱਦ ਕੇ ਤੇ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਕਿਹਾ ਤੁਹਾਡੀ ਫੀਸ ਦੀ ਲੜਾਈ ਅਸੀਂ ਲੜ ਰਹੇ ਹਾਂ ਨੰਬਰਾਂ ਦੀ ਲੜਾਈ ਤੁਸੀਂ ਲੜਨੀ ਹੈ ਵਾਹ ਜੀ ਵਾਹ ਜੀ ਉਹਦੇ ਵਿੱਚੋਂ 48 ਬੱਚੇ ਟੌਪ ਕਰ ਗਏ ਜੀ ਜੀ ਤੇ ਉਹ ਸਾਰਿਆਂ ਨੇ ਮੈਨੂੰ ਕਿਹਾ ਕਹਿੰਦੇ ਸਰ ਤੁਸੀਂ ਸਾਨੂੰ ਕਿਹਾ ਸੀ ਤੇ ਅਸੀਂ ਲੜਾਈ ਲੜੀ ਆ ਜੀ 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 ਤੇ ਮੈਂ ਸੋਦੇ ਵੀ ਕਿਉਂ ਨਹੀਂ ਟੌਪ ਕਰ ਸਕਦੇ ਹਮ ਬਿਲਕੁਲ ਕਰਨਗੇ ਕਰਨਗੇ ਜਦੋਂ ਮੌਕਾ ਮਿਲੂਗਾ ਬੱਚੇ ਤਾਂ ਸਾਰੇ ਇੱਕ ਰੱਬ ਦਾ ਰੂਪ ਆ ਸਰਫੀ ਨੂੰ ਮੌਕਾ ਮਿਲਣ ਦੀ ਲੋੜ ਆ ਇਹਨਾਂ ਨੂੰ ਅੱਗੇ ਵਧਾਉਣੇ ਦੀ ਲੋੜ ਆ ਇਸ ਵਾਸਤੇ ਮੈਂ ਹਮੇਸ਼ਾ ਸਮਾਜਿਕ ਜਿਹੇ ਬੰਦਿਆਂ ਤੇ ਤੁਹਾਡੇ ਚੈਨਲ ਦਾ ਵੀ ਵਾਕਿਆ ਸਾਰਿਆਂ ਦਾ ਧੰਨਵਾਦ ਹਮੇਸ਼ਾ ਕੀਤਾ ਵੀ ਤੁਸੀਂ ਉਸ ਇੱਕ ਵਧੀਆ ਕੌਜ਼ ਦੇ ਵਿੱਚ ਵਧੀਆ ਕੰਮ ਦੇ ਵਿੱਚ ਜਿਹੜਾ ਸਾਥ ਦਿੱਤਾ ਸਮਾਜ ਦਾ ਬਿਲਕੁਲ ਬਹੁਤ ਵੱਡਾ ਸੀ ਉਹ 'ਚ ਮੇਰੇ ਹੱਥ ਵੀ ਕੋਈ ਸੇਵਾ ਲੱਗੀ ਆ ਤੇ ਸਾਨੂੰ ਖੁਸ਼ੀ ਹੁੰਦੀ ਆ ਪਰ ਅੱਜ ਵੀ ਆਪਾਂ ਜੇ ਭਲਾ ਕਰਨਾ ਤੇ ਸਾਨੂੰ ਉਹੀ ਕੰਮ ਕਰਨਾ ਪੈਣਾ ਸਮਾਜ ਨੂੰ ਬਦਲਣ ਲਈ ਵੀ ਸਾਨੂੰ ਵੋਟਾਂ ਲਈ ਇਕੱਲਾ ਕੰਮ ਨਹੀਂ ਕਰਨਾ ਪਊਗਾ ਉਹ ਕੰਮ ਠੀਕ ਹੈ ਉਹਦਾ ਬੋਟ ਰੈਂਕ ਦਾ ਲਾਭ ਹੋਊਗਾ ਕਦੀ ਨਾ ਕਦੀ ਉਹ ਹੋਵੇ ਨਾ ਹੋਵੇ ਪਰ ਸਮਾਜ ਬਦਲੀ ਹੈ ਹੂੰ ਇਹ ਮੈਂ ਤੁਹਾਨੂੰ ਪੱਕਾ ਕਹਿੰਦਾ ਵੀ ਇਸ ਇਲੈਕਸ਼ਨ ਚ ਸ਼ਰੂਲ ਕਾਸਟ ਬਹੁਤ ਵੱਡੀ ਭੂਮਿਕਾ ਨਿਭਾਉਣਗੇ ਜੀ ਕਿਉਂਕਿ ਪੰਜਾਬ ਇੱਕ ਭਾਰਤ ਦਾ ਉਹ ਸੂਬਾ ਆ ਜਿੱਥੇ ਸਭ ਤੋਂ ਜ਼ਿਆਦਾ ਸ਼ਰੂਲ ਕਾਸਟਾਂ ਦੀ ਗਿਣਤੀ ਆ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕਿਸੇ ਨੇ ਕਿਹਾ ਵੀ ਅਸੀਂ ਡਿਪਟੀ ਸੀਐਮ ਬਣਾਵਾਂਗੇ ਕਿਸੇ ਨੇ ਕਿਹਾ ਅਸੀਂ ਦੋ ਡਿਪਟੀ ਸੀਐਮ ਬਣਾਵਾਂਗੇ ਤੇ ਕੋਈ ਹੋ ਸਕਦਾ ਵੀ ਇਸ ਸਰਕਾਰ ਚ ਡਿਪਟੀ ਸੀਐਮ ਬਣਾ ਦੇਵੇ ਔਰ ਜਿਹੜਾ ਯੂਥ ਆ ਉਹ ਵੀ ਇਹ ਵੀ ਸੋਚ ਰਹੇ ਵੀ ਅਸੀਂ ਸੀਐਮ ਕਿਉਂ ਨਹੀਂ ਬਣ ਸਕਦੇ ਹੂੰ ਵੀ ਕੀ ਅਸੀਂ ਲਾਇਕ ਨਹੀਂ ਇਸ ਲਾਇਕ ਵੀ ਸਾਨੂੰ ਡਿਪਟੀ ਸੀਐਮ ਦਾ ਚਾਂਸ ਆ ਜੀ ਜੀ ਇਹਦਾ ਮਤਲਬ ਵੀ ਵੀ ਇਹ ਇੱਕ ਬਰ ਕੋਲ ਪੱਕਾ ਸੀਐਮ ਬਣ ਦੋ ਨੰਬਰ ਤੇ ਕਿਉਂ ਹਾਂ ਹੂੰ ਕਿਉਂਕਿ ਇਹ ਬੜੀ ਮੈਨਸ ਕੀ ਸਟੂਡੈਂਟ ਗੱਲ ਕਰਦੇ ਵੀ ਭਾਜੀ ਵੀ ਸਾਨੂੰ ਵੀ ਇਹ ਕੀ ਸੋਚਦੇ ਵੀ ਅਸੀਂ ਲਾਇਕ ਨਹੀਂ ਅਸੀਂ ਵੀ ਸੀਐਮ ਪਦ ਅਸੀਂ ਚਲਾ ਸਕਦੇ ਹਾਂ ਜ਼ਿੰਮੇਵਾਰੀ ਨਿਭਾ ਸਕਦੇ ਹਾਂ ਵੀ ਸਾਡੇ ਆਉਣ ਵਾਲੀ ਜਨਰੇਸ਼ਨ ਸੀਐਮ ਦਾ ਸੁਪਨਾ ਨਹੀਂ ਲੈ ਸਕਦੀ ਇਹ ਬਾਕੀ ਸਵਾਲ ਬਹੁਤ ਵੱਡੇ ਵੱਡੇ ਆ ਉਹ ਖੜੇ ਹੋ ਰਹੇ ਸਮਾਜ ਦੇ ਅੱਗੇ ਤੇ ਮੈਨੂੰ ਲੱਗਦਾ ਵੀ ਬੱਚਿਆਂ ਨੇ ਜਾਂ ਜਿਹੜੇ ਯੰਗ ਜਨਰੇਸ਼ਨ ਆ ਜਾਂ ਸਾਡੇ ਐਨਆਰਆਈ ਭਰਾ ਆ ਇਹ ਇਹ ਵੀ ਇਸ ਗੱਲ ਤੇ ਬੜੇ ਚਿੰਤਿਤ ਆ ਕਦੇ ਕਈ ਐਨਆਰੀਆਂ ਨਾਲ ਬਹੁਤ ਮੇਰੇ ਨਾਲ ਪਿਆਰ ਆ ਤੇ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਯਾਰ ਸਾਨੂੰ ਡਿਪਟੀ ਸੀਐਮ ਜਦੋਂ ਕਹਿੰਦੇ ਆ ਸਾਨੂੰ ਇਹ ਲੱਗਦਾ ਵੀ ਸਾਨੂੰ ਇਹ ਨਹੀਂ ਸਮਝਦੇ ਹਾਂ ਸਾਨੂੰ ਬੋਣਾ ਕਰ ਰਹੇ ਆ ਜੀ ਬੀ ਹਰੇਕ ਭਾਰਤੀ ਦਾ ਅਧਿਕਾਰ ਹੈ ਉਹ ਕਿਸੇ ਪੋਸਟ ਤੇ ਜਾ ਸਕਦਾ ਬਾਬਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਸੀਐਮ ਵੀ ਬਣ ਸਕਦਾ ਮੰਤਰੀ ਵੀ ਬਣ ਸਕਦਾ ਸਰਪੰਚ ਵੀ ਬਣ ਸਕਦਾ ਹੁਣ ਤੇ ਮਹਿਲਾ ਵੀ ਬਣ ਸਕਦੀ ਹੈ ਹੂੰ ਇਸ ਦੇਸ਼ ਦੇ ਵਿੱਚ ਮਹਿਲਾ ਨੂੰ ਬਰਾਬਰ ਦਾ ਅਧਿਕਾਰ ਹੈ ਹੂੰ ਤੇ ਸ਼ਡਿਊਲ ਕਾਸਟ ਨੂੰ ਬਰਾਬਰ ਦਾ ਅਧਿਕਾਰ ਹੈ ਬੈਕਵਰਡ ਨੂੰ ਵੀ ਹੈ ਇਹ ਕਹਿਣਾ ਵੀ ਉਹ ਅੰਬੇਡਕਰ ਹੀ ਬਣੇ ਇਸ ਗੱਲ ਨਾਲ ਤੇ ਮੈਂ ਸਹਿਮਤ ਹਾਂ ਜੀ ਇੱਕ ਚੰਗਾ ਨਾਗਰਿਕ ਬਣੇ ਇਸ ਗੱਲ ਨਾਲ ਸਹਿਮਤ ਹਾਂ ਪਰੰਤੂ ਡਿਪਟੀ ਸੀਐਮ ਹੀ ਬਣੇ ਇਹਦਾ ਮੈਮੀ ਚਿੰਤਾ ਜੀ ਵੀ ਇਹਦਾ ਮਤਲਬ ਇਹ ਕਹਿੰਦੇ ਵੀ ਚਲੋ ਅਸੀਂ ਉਹਨੂੰ ਵਧੀਆ ਪਾਵਰ ਚ ਦਵਾਗੇ ਅਸੀਂ ਸਮਾਜ ਦਾ ਪਲਾ ਕਰਨ ਵਿੱਚ ਅਸੀਂ ਆਖੋ ਆਦਮ ਬਣ ਗਰੀਆਂ ਇਹ ਤੇ ਗੰਦ ਮੰਨੀ ਜਾ ਸਕਦੀ ਹੈ ਪਰੰਤੂ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਉਸ ਗੱਲ ਤੇ ਚਿੰਤਾ ਹੁੰਦੀ ਪਰ ਜਿਹੜਾ ਯੂਥ ਆ ਉਹ ਬਹੁਤ ਸੋਚ ਸਮਝ ਕੇ ਵੋਟ ਇਸਵਰੀ ਪਾਊਗਾ ਹੂੰ ਇਸਵਰੀ ਬਹੁਤ ਜ਼ਿਆਦਾ ਚੇਂਜ ਹੋਣੀ ਹੈ ਹਾਂ ਤੁਹਾਨੂੰ 27 ਚ ਬਹੁਤ ਜ਼ਿਆਦਾ ਰੈਵਿਊਲੂਸ਼ਨ ਨਜ਼ਰ ਆਊਗਾ ਜੀ ਮੈਂ ਐਡਵਾਂਸ ਚ ਕਹਿ ਰਹੇ ਹਾਂ ਗੱਲ ਹੱਲੇ 22 ਆ ਬਾਈਲੇ ਵੀ 4-5 ਮਹੀਨੇ ਪਿਆ ਚੋਣ ਜਦੋਂ ਹਰ ਵਾਰੀ ਦਸੰਬਰ ਚ ਲੱਗ ਜਾਂਦਾ ਪਹਿਲੇ ਹਫਤੇ ਲੱਗੇ ਜਾਂ ਆਖਰ ਵਿੱਚ ਲੱਗੇ ਉਸ ਤੋਂ ਬਾਅਦ ਬੋਟਾ ਆ ਯਾਨਕਿ ਸਾਡੇ ਕੋਲ 6 ਮਹੀਨੇ ਲਗਭਗ ਕਹਿ ਸਕਦੇ ਆ ਟੋਟਲ ਬੋਟਾ ਤੱਕ ਜੀ ਪਰੰਤੂ ਮੈਂ 5 ਸਾਲ ਆਉਣ ਵਾਲੇ ਕਹਿ ਰਿਹਾ ਜੀ 27 ਚ ਕੋਈ ਵੀ ਰੁਕ ਨਹੀਂ ਸਕਦਾ ਉਹ ਬੱਚਿਆਂ ਨੂੰ ਬਹੁਤ ਨਵੇਂ ਚਿਹਰੇ ਅਸੀਂ ਸੋਚ ਰਹੇ ਜਿਹੜੇ ਵੀ ਉਹਨਾਂ ਨੇ ਰਾਜਨੀਤੀ ਕਰਨੀ ਕਰਨੀ ਬੱਚਿਆਂ ਨੇ ਹੂੰ ਤੇ ਇੰਟੈਲੀਜੈਂਟ ਦਾ ਕਹਿ ਸਕਦੇ ਵੀ ਉਹ ਬੱਚੇ ਕੁੜੀਆਂ ਮੁੰਡੇ ਇੰਨੇ ਲਾਇਕ ਆ ਜਿਹੜੇ ਐਮਬੀਏ ਵੀਐਸ ਕਰ ਗਏ ਤੇ ਨਾ ਤੇ ਉਹ ਸਮਾਜ ਨੂੰ ਗਮਰਾ ਕਰਨਗੇ ਤੇ ਨਾ ਉਹ ਪੈਸੇ ਕਮਾਉਣ ਦਾ ਸੋਚ ਰਹੇ ਆ ਹੂੰ ਜਿਨ੍ਹਾਂ ਨੂੰ ਤੁਸੀਂ ਸੋਚ ਨਹੀਂ ਸਕਦੇ ਵੀ ਫ੍ਰੀ ਚ ਐਜੂਕੇਸ਼ਨ ਮਿਲ ਗਈ ਆ ਗਿਆਨ ਮਿਲ ਗਿਆ ਠੀਕ ਨਹੀਂ ਜਿਹਨੂੰ ਕਹਿੰਦੇ ਨੇ ਵੀ ਘੁਰੋ ਵਿਦਾਸ ਜੀ ਨੇ ਵੀ ਉਹ ਕੱਪੜੇ ਧੋਣ ਵਾਲੀ ਸੀ ਉਹਨੇ ਨਾਮ ਉਹਨੇ ਉਹ ਦੂਸਰੇ ਨੇ ਉਹਨਾਂ ਨੂੰ ਦਿੱਤਾ ਉਹਨਾਂ ਨੇ ਨਾਮ ਕੋਈ ਸੇ ਰਾਜੀ ਨੇ ਸ਼ਾਇਦ ਵੀ ਉਹਨੇ ਤੋਤੀ ਤੇ ਡੋਲ ਲਿਆ ਹਾਂ ਤੇ ਉਹ ਜਿਹੜੇ ਧੋਬਣ ਸੀ ਤੇ ਉਹਨੇ ਜੋ ਚੂਸ ਕੇ ਤੇ ਉਹਨੂੰ ਗਿਆਨ ਹੋ ਗਿਆ ਜਿਹਨੂੰ ਮੁਕਤ ਚ ਗਿਆਨ ਮਿਲ ਗਿਆ ਜੀ ਉਹਨੂੰ ਤੇ ਰੱਬ ਮਿਲ ਗਿਆ ਜੀ ਠੀਕ ਹੈ ਨਹੀਂ ਜੀ ਤੇ ਉਹ ਦੂਬਾਦੂ ਗੁਰੂ ਜੀ ਤੋਂ ਜਾਂਦਾ ਕਹਿੰਦਾ ਮੈਨੂੰ ਵੀ ਗਿਆਨ ਦੇ ਦੋ ਤੇ ਉਹ ਕਹਿੰਦੇ ਟਾਈਮ ਸੀ ਲੰਘ ਗਿਆ ਹੁਣ ਵੀ ਮੈਂ ਕਹਿੰਦਾ ਜਿਹੜਾ ਐਜੂਕੇਸ਼ਨ ਲੈ ਗਏ ਬੱਚੇ ਜੀ ਜਿਨ੍ਹਾਂ ਨੇ ਦਵਾਤੀ ਆ ਉਹਨਾਂ ਦਾ ਭਲਾ ਆ ਬਹੁਤ ਵੱਡਾ ਤੇ ਉਹ ਗਿਆਨ ਜਿਹੜਾ ਉਹਨਾਂ ਨੂੰ ਹੁਣ ਕੋਈ ਚੀਜ਼ ਦੀ ਲੋੜ ਨਹੀਂ ਆ ਜੀ ਜੀ ਹੁਣ ਉਹ ਉਹ ਸਮਝਦੇ ਆ ਸਾਡਾ ਰਸਤਾ ਕੀ ਆ ਕਿਆ ਬਾਤ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਾਡਾ ਭਵਿੱਖ ਹੈ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਹੱਥ ਦੇ ਵਿੱਚ ਵਾਗਡੋਰਾ ਆਉਣ ਵਾਲੇ ਇਹ ਰਸਤੇ ਦੀ ਤੇ ਪੰਜਾਬ ਦਾ ਜਿਹੜਾ ਜਿਹੜਾ ਪੰਜਾਬ ਦਾ ਭਾਰ ਕਹ ਲਈਏ ਕਿ ਉਹ ਇਹ ਸਾਡੇ ਜਿਹੜੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਇਹਨਾਂ ਦੇ ਮੋਢਿਆਂ ਤੇ ਆ ਲੈ ਕੇ ਕਿੱਧਰ ਨੂੰ ਜਾਣਾ ਇਹਨਾਂ ਦੇ ਹੱਥ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਚਾਰੇ ਸੀ ਤੁਸੀਂ ਬਿਲਕੁਲ ਮੈਂ ਕਹਿੰਦਾ ਵੀ ਉਹ ਬੱਚਿਆ ਨੇ ਜਦੋਂ ਕਰਨਾ ਹੋਣਾ ਵੀ ਉਹ ਕਈ ਮੈਂ ਉਹਨਾਂ ਚ ਜਾ ਕੇ ਦੇਖਦਾ ਵੀ ਵਾਕਈ ਬਕੀਆਂ ਦੇ ਪਰਿਵਾਰਾਂ ਚ ਮੈਂ ਬਹੁਤ ਗਿਆ ਜੀ ਜੀ ਤੇ ਉਹ ਉਹਨਾਂ ਦੇ ਫਾਦਰ ਰੱਦ ਦਿਹਾੜੀ ਕਰਦੇ ਆ ਜੀ ਜੀ ਠੀਕ ਨਹੀਂ ਉਹਨਾਂ ਦਾ ਬੇਟਾ ਬੇਟੀ ਉਹ ਪੜਾਈ ਕਰਦੇ ਆ ਬਹੁਤ ਵਧੀਆ ਜੀ ਤੇ ਉਹ ਲੜਾਈ ਵੀ ਲੜ ਰਹੇ ਨਾਲ ਬੱਚਾ ਉਹ ਧਰਨੇ ਤੇ ਵੀ ਜਾ ਰਿਹਾ ਜੀ ਬਿਲਕੁਲ ਪੋਸਟ ਮੈਟ੍ਰਿਕ ਦੇ ਧਰਨੇਆਂ ਚ ਤੁਹਾਨੂੰ ਕਈ ਮਿਲਣਗੇ ਮੈਂ ਤੇ ਬਹੁਤ ਮੈਂ ਬਿਛੇ ਜਲੰਧਰ ਅਚਾਨਕ ਧਰਨਾ ਲੱਗਾ ਜੀ ਤੇ ਮੈਨੂੰ ਪਤਾ ਲੱਗਾ ਮੈਂ ਵੀ ਜਾ ਕੇ ਬੈਠ ਗਿਆ ਬਲਕਿ ਮੈਨੂੰ ਕੋਈ ਆਫੀਸਰ ਨੇ ਕਹੇ ਤੁਸੀਂ ਸਾਬਕਾ ਚੇਅਰਮੈਨ ਹੋ ਤੁਸੀਂ ਧਰਨੇ 'ਚ ਕਹਤੇ ਹਨ ਪਰ ਮੈਨੂੰ ਲੱਗਾ ਨਹੀਂ ਇਹ ਲੜਾਈ ਸਾਡੀ ਆ ਆ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਅਸੇੜਾ ਇੱਕ ਘਰਾਉ ਸੀ ਸੀਐਮ ਦੀ ਕੁੱਟੀ ਦਾ ਉਹ ਪੋਸਟ ਮੈਟ੍ਰਿਕ ਨੂੰ ਲੱਗਦੀ ਉਹ ਚ ਸਟੂਡੈਂਟ ਬਹੁਤ ਆਏ ਜੀ ਬਿਨਾ ਬੁਲਾਏ ਆਏ ਜੀ ਤੇ ਮੈਂ ਉਹਨਾਂ ਨੂੰ ਕਹੇ ਤੇ ਅਸੀਂ ਰਾਜ ਮੈਂ ਕਿਹਾ ਰਾਜਨੀਤਿਕ ਪਾਰਟੀ ਦਾ ਲੀਡਰ ਨਾ ਸੁਭਾਅਕ ਅਸੀਂ ਰਾਜਨੀਤੀ ਦੇ ਤੌਰ ਤੇ ਕਰਨਾ ਸੀ ਤੇ ਮੈਂ ਉਹਨਾਂ ਨੂੰ ਕਹੇ ਤੁਸੀਂ ਉਹ ਕਹਿੰਦੇ ਇਹ ਲੜਾਈ ਸਮਾਜ ਦੀ ਲੜਾਈ ਹੈ ਸਰ ਹਾਂ ਜੀ ਮੈਨੂੰ ਉੱਤੇ ਖੁਸ਼ੀ ਹੋਈ ਮੈਂ ਕਿਹਾ ਤਾਂ ਮਤਲਬ ਸਮਾਜ ਜਾਗਣ ਲੱਗ ਪਿਆ ਜੀਰਾ ਸਪਨਾ ਸੀ ਕਹਿੰਦੇ ਨਾ ਵੀ ਸਾਡੇ ਰਹਿਬਰਾਂ ਦਾ ਸਪਨਾ ਆ ਉਹ ਸੁਪਨੇ ਵੱਲ ਐਜੂਕੇਸ਼ਨ ਹੀ ਲੈ ਕੇ ਜਾ ਸਕਦੀ ਆ ਜੀ ਜੀ ਮੈਂ ਕੀ ਕਹ ਰਹੀ ਕਹਿੰਦਾ ਨਾ ਕਿ ਕਾਂਸ਼ੀ ਰਾਮ ਜੀ ਦਾ ਸੁਪਨਾ ਜ਼ਰੂਰੀ ਨਹੀਂ ਇੱਕ ਪਾਰਟੀ ਪੂਰਾ ਕਰ ਸਕਦੀ ਆ ਗੁਰੂ ਵਿਦਾਸ ਜੀ ਦਾ ਸੁਪਨਾ ਜ਼ਰੂਰੀ ਨਹੀਂ ਇੱਕ ਪਾਰਟੀ ਕਰ ਸਕਦੀ ਕੋਈ ਵੀ ਵਿਅਕਤੀ ਇੱਕ ਐਮਐਲਏ ਵੀ ਕਰ ਸਕਦਾ ਜੀ ਤੁਸੀਂ ਚੰਗੇ ਐਮਐਲਏ ਪਤਾ ਕਰੋ ਉਹ ਕਿਸੇ ਪਾਰਟੀ ਦੇ ਹੋਣ ਜੀ ਜੀ ਜਿਹੜੇ ਦੇਸ਼ ਨੂੰ ਬਦਲ ਕੇ ਰੱਖ ਦੇਣ ਜੀ ਤੇ ਉਹ ਬੱਚੇ ਤਿਆਰ ਹੋ ਰਹੇ ਆ ਉਹ ਇਸ ਵਾਰੀ ਤਿਆਰ ਹੋ ਜਾਣ ਜਾਂ ਅਗਲੀ ਵਾਰੀ ਹੁਣ ਹੋਣੇ ਆ ਉਹਨਾਂ ਨੂੰ ਰੋਕ ਨਹੀਂ ਪੀ ਸਕਦਾ ਇਹ ਗੁਰਾਜੀ ਤੈਆ ਤੇ ਇਹ ਇੱਕ ਸਮਝ ਲਓ ਆਪਾਂ ਸਾਰੇ ਦਾ ਜੀਵਨ ਦਾ ਉਹ ਚਾਹੇ ਅਸੀਂ ਸਾਰੇ ਐਨਆਰਈ ਸੀ ਜਾਂ ਤੁਸੀਂ ਸੀ ਬਹੁਤ ਸਾਰੇ ਲੋਕਾਂ ਨੇ ਇਸ ਚ ਯੋਗਦਾਨ ਪਾਇਆ ਜੀ ਜਦੋਂ ਕੋਈ ਚੰਗਾ ਕੰਮ ਹੁੰਦਾ ਨਾ ਕਹਿੰਦੇ ਵੀ ਇੱਕ ਜੰਗਲ ਚ ਅੱਗ ਲੱਗ ਗਈ ਤੇ ਸਾਰੇ ਅੱਗ ਬੁਝਾਉਣ ਚ ਲੱਗੇ ਇੱਕ ਚਿੜੀ ਵੀ ਲੱਗ ਪਈ ਉਹ ਪਾਣੀ ਦਰਿਆ ਚ ਭਰ ਕੇ ਚੁੰਜਣਾ ਸੱਢਦੀ ਸੀ ਤੇ ਉਹਨੂੰ ਸਾਰੇ ਪੰਛੀਆਂ ਨੇ ਕਿਹਾ ਵੀ ਇਹ ਦਿਨਾਂ ਅੱਗ ਬੁਝਣੀ ਹੈ ਉਹਨੇ ਕਿਹਾ ਵੀ ਅੱਗ ਬੁਜੇ ਨਾ ਬੁਜੇ ਪਰ ਮੇਰਾ ਇਤਿਹਾਸ ਵਿੱਚ ਇਹ ਨਾਮ ਆ ਵੀ ਮੈਂ ਅੱਗ ਬੁਝਾਉਣ ਵਾਲਿਆਂ ਚ ਸੀ ਅੱਗ ਲਾਉਣ ਵਾਲਿਆਂ ਚ ਨਹੀਂ ਸੀ ਜੀ ਜੀ ਜਿੰਨੇ ਵੀ ਲੋਕਾਂ ਨੇ ਕੰਮ ਕੀਤਾ ਇਹਦੇ ਵਿੱਚ ਉਹ ਚਾਹੇ ਇੱਕ ਬੱਚਾ ਪੜਾਇਆ ਕਿਸੇ ਨੇ ਕਿਸੇ ਨੂੰ ਪੰਪਫਲੈਟ ਹੀ ਦਿੱਤਾ ਜਾਂ ਕਿਸੇ ਨੇ ਅਵੇਅਰਨੈਸ ਦਿੱਤੀ ਵਾ ਸਕੀਮ ਆ ਦਾ ਫਾਇਦਾ ਲੈ ਲਓ ਜਾਂ ਕਿਸੇ ਨੇ ਸਾਨੂੰ ਐਪਲੀਕੇਸ਼ਨ ਭੇਜੀ ਤੀ ਜਾਂ ਕਿਸੇ ਬੱਚੇ ਨੇ ਜਾ ਕੇ ਕਾਲਜ ਦਾਖਲ ਕਰਾਤਾ ਮੈਨੂੰ ਲੱਗਦਾ ਉਹਦੀ ਇੱਕ ਬੂੰਦ ਵੀ ਉਹ ਬੱਚੇ ਨੂੰ ਗਿਆਨ ਦਿਮਾਉਣ ਚ ਬਹੁਤ ਵੱਡਾ ਯੋਗਦਾਨ ਆ ਉਹਦਾ ਇਤਿਹਾਸ ਦੇ ਵਿੱਚ ਜਿਹੜਾ ਨਾਮ ਲਿਖਿਆ ਗਿਆ ਬਿਲਕੁਲ ਜੀ ਲਿਖਿਆ ਤੁਹਾਡੇ ਚੈਨਲ ਦਾ ਵੀ ਨਾਮ ਆ ਬਾਕੀ ਅਖਬਾਰਾਂ ਦਾ ਵੀ ਨਾਮ ਆ ਬਾਕੀ ਜਥੇਬੰਦੀਆਂ ਦਾ ਨਾਮ ਆ ਉਹਦੇ ਵਿੱਚ ਬਹੁਤ ਵੱਡਾ ਇੱਕ ਉਦੋਂ ਕਹਿ ਸਕਦਾ ਇੱਕ ਸੰਘਰਸ਼ ਵਿੱਚ ਇੱਕ ਸੰਘਰਸ਼ ਦੀ ਕਿਤਾਬ ਆ ਜਿਹੜੀ ਉਹ ਲਿਖ ਹੋ ਰਹੀ ਹੈ ਕੁਦਰਤ ਬਦਲ ਉਹ ਕੁਦਰਤ ਦੇ ਵਿੱਚ ਤੁਹਾਡਾ ਜਿਹੜਾ ਬਲੀਦਾਨ ਆ ਸਾਰਿਆਂ ਦਾ ਉਹ ਆਉਣ ਵਾਲੀ ਜਨਰੇਸ਼ਨ ਨੂੰ ਮਿੰਨਾ ਮਿੰਨਾ ਤੇ ਉਹ ਸਾਡੀ ਸਾਰਿਆਂ ਦੀ ਡਿਊਟੀ ਹੋਰ ਬਣਦੀ ਹੈ ਬਸ ਅਸੀਂ ਅਵੇਅਰ ਕਰੀਏ ਉਹਨਾਂ ਨੂੰ ਇੰਨਾ ਕੁ ਸੁਚੇਤ ਕਰ ਦਈਏ ਕਿ ਉਹ ਸਮਝਣ ਵੀ ਇਹ ਵਿਅਕਤੀ ਜਿਹੜੇ ਆ ਵੀ ਇਹ ਭਲਾ ਕਰ ਸਕਦੇ ਆ ਜੀ ਜੀ ਅਸੀਂ ਭਾਬੂ ਕਨ ਹੋਈਏ ਵੀ ਇਹ ਕੌਣ ਆ ਕੀ ਆ ਕਿਹੜੀ ਬਰਾਦਰੀ ਦਾ ਕੀ ਉਹ ਮੈਨੂੰ ਲੱਗਦਾ ਜੇ ਅਸੀਂ ਇਸ ਚੱਕਰਾਂ ਚ ਫਸ ਗਏ ਫਿਰ ਉਹਦੀ ਗੁਰੂ ਰਵਿਦਾਸ ਜੀ ਦਾ ਸੁਪਨਾ ਜਾਂ ਉਹਨਾਂ ਦਾ ਬੇਗਮਪੁਰਾ ਨਹੀਂ ਬਣਾ ਪਾਣਾ ਜਾਂ 바ਵਾ ਸਾਹਿਬ ਦਾ ਉਹ ਭਾਰਤ ਨਹੀਂ ਬਣਾ ਪਾਣਾ ਜੇ ਅਸੀਂ ਇਦਾਂ ਲੜਾਈ ਵੀ ਜਿੰਨੇ ਐਮਐਲਏ ਮੈਂ ਜਦੋਂ ਕਮਿਸ਼ਨ ਚ ਗਿਆ ਉਹ ਆਟੇਦਾਲ ਦੀ ਅੰਦਰ ਰੌਲਾ ਪਾਉਂਦੇ ਸੀ ਸਾਡੇ ਦਲਿਤ ਉਹਨਾਂ ਨੂੰ ਸ਼ੁਰੂ ਕਾਸਟ ਐਮਐਲਏ ਲੱਗਦਾ ਸੀ ਵੀ ਮੇਰੇ ਏਰੀਆ ਚ ਆਟੇਦਾਲ ਦੇ ਘੜ ਘਟ ਬਣੇ ਆ ਉਹਨੂੰ ਵੋਟ ਮਿਲਦਾ ਸੀ ਵੋਟੇ ਉਹ ਸੱਤੇ ਆ ਤੇ ਮੈਂ ਉਹਦੋਂ ਸੋਚਿਆ ਵੀ ਇਹਨਾਂ ਨੂੰ ਇੰਨਾ ਕਿ ਮਜਬੂਰ ਕਰ ਦੇਣਾ ਵੀ ਇਹ ਪੋਸਟ ਮੈਟਰੀ ਤੇ ਨਾਲਾ ਪਾਉਣਾ ਜੀ ਸਾਡੇ ਕੋ ਬੱਚੇ ਹੋਣੇ ਮੈਂ ਕਹਿੰਦਾ ਮੈਂ ਤੇਰੀ ਫੀਸ ਕਰਾ ਦੂੰਗਾ ਕੋਈ ਗੱਲ ਨਹੀਂ ਤੂੰ ਐਮਐਲਏ ਨੂੰ ਜ਼ਰੂਰ ਮਿਲ ਕਿੰਨਾ ਹੈਰਾਨ ਹੋਈ ਹੁਣ ਇਹ ਤੁਹਾਨੂੰ ਬੱਚਿਆਂ ਨੂੰ ਸਾਡੇ ਇੰਨੇ ਭੋਲੇ ਸੀ ਉਹਨਾਂ ਨੂੰ ਐਮਐਲਏ ਦਾ ਨਹੀਂ ਪਤਾ ਹੁੰਦਾ ਹਲਕੇ ਦਾ ਕੋਣਾ ਐਮਐਲਏ ਅੱਜ ਵੀ ਤੁਸੀਂ ਇਹ ਬੱਚਿਆਂ ਨੂੰ ਕੁਛ ਲੋਸ ਹਵਾਵੇ ਕਹਿੰਦਾ ਹਾਂਜੀ ਹਾਂਜੀ ਸਿੱਧੇ ਆ ਸਿੱਧੇ ਕਿੰਨਾਂ ਨੂੰ ਡੀਸੀ ਦਫ਼ਤਰ ਨਹੀਂ ਪਤਾ ਹੁੰਦਾ ਜੀ ਜੀ ਅਸੀਂ ਐਸਸੀ ਸਰਟੀਫਿਕੇਟ ਐਸੀ ਸਰਟੀਫਿਕੇਟ ਦੀ ਬੜੀ ਵੱਡੀ ਲੜਾਈ ਸੀ ਜੀ ਉਹ ਬਹੁਤ ਸਾਨੂੰ ਦੇਖਣਾ ਪੈਂਦਾ ਸੀ ਸੌਖਿਆਂ ਕੀਤਾ ਹਾਂ ਨਵੀਂ ਸ਼ਹਿਰ ਚ ਇੱਕ ਵਾਰੀ ਮੈਂ ਰੀਡ ਮਾਰਤੀ ਉੱਥੇ ਉਹ ਪੰਗਾ ਪੈ ਗਿਆ ਸੀ ਉਹ ਵੀ ਮੈਨੂੰ ਮੀਡੀਆ ਨੇ ਪੱਤਰਕਰ ਸਭ ਤੋਂ ਜ਼ਿਆਦਾ ਇੱਥੇ ਜੀ ਯੋਗਦਾਨ ਮੀਡੀਆ ਦਾ ਰਿਹਾ ਪੱਤਰਕਾਰੀ ਦਾ ਜੀ ਵੀ ਜਿਹੜਾ ਮੇਰੇ ਨਾਲ ਬਹੁਤ ਜ਼ਿਆਦਾ ਜੁੜ ਕੇ ਚੱਲੇ ਤੇ ਕਈ ਵਾਰੀ ਕਿੰਜ ਨੂੰ ਤੇ ਲੱਗਦਾ ਕਮਿਸ਼ਨ ਚ ਅਸੀਂ ਆਂ ਕਈ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਚੇਅਰਮੈਨ ਆ ਬਿਲਕੁਲ ਤੇ ਇਸ ਗੱਲ ਦਾ ਮੈਨੂੰ ਵੀ ਮਾਨ ਮਹਿਸੂਸ ਮੈਨੂੰ ਕਹਿੰਜੀ ਆਫੀਸਰਾਂ ਨੇ ਕਹਣਾ ਕਹਿੰਦਾ ਚੇਅਰਮੈਨ ਤੂੰ ਆ ਜਾਂ ਇਹ ਆ ਮੈਂ ਕਹਿੰਦਾ ਇਹੀ ਆ ਦਬਕਾ ਸਾਰੇ ਮਾਰਦੇ ਸੀ ਹਾਂ ਚੰਗੀ ਇੱਕ ਚੰਗਾ ਮੈਸੇਜ ਹੀ ਨਾ ਜੀ ਜੀ ਤੇ ਉਦੋਂ ਉਦੋਂ ਦੌਰਾਨ ਅਸੀਂ ਜਦੋਂ ਲੜਾਈ ਲੜਦੇ ਬੱਚਿਆਂ ਨੂੰ ਫਿਰ ਅਸੀਂ ਦੱਸਣਾ ਕਿ ਬੱਚਿਆਂ ਨੂੰ ਜਦੋਂ ਐਮਐਲਏ ਕੁਛ ਨਾ ਮਿਲਣਾ ਤੁਹਾਡਾ ਐਮਐਲਏ ਨਿਕਣੇ ਨਹੀਂ ਮੇਰੇ ਕੋਲ ਮੁੱਖ ਮੰਤਰੀ ਕੋਣਾ ਜਿਹੜਾ ਨਿੰਦਰ ਮੋਦੀ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਸੀ ਨਹੀਂ ਪਤਾ ਸੀ ਪਰ ਮੈਂ ਚਾਹੁੰਦਾ ਸੀ ਇਹਨਾਂ ਨੂੰ ਇੰਨਾ ਗਿਆਨ ਬਤਾ ਬਣਾ ਦਈਏ ਇਹਨਾਂ ਨੂੰ ਐਮਐਲਏ ਪਤਾ ਕੀ ਐ ਐਮਐਲਏ ਹਾਂ ਐਮਪੀ ਬਾਰੇ ਪਤਾ ਕਰੀ ਅੱਜ ਬੱਚਿਆਂ ਨੂੰ ਪਤਾ ਵੀ ਅਸੀਂ ਐਮਪੀ ਦਾ ਘਰੋਂ ਕਿੱਥੇ ਕਹਿੰਦਾ ਐਮਐਲਏ ਦਾ ਕਿੱਥੇ ਕਹਿੰਦਾ ਇਹ ਹੀ ਇੱਕ ਪ੍ਰਾਪਤੀ ਸੀ ਸਾਡੀ ਬਿਲਕੁਲ ਬਿਲਕੁਲ ਉਹ ਜਦੋਂ ਕਰਨ ਲੱਗੇ ਫਿਰ ਅਵੇਰ ਹੋਏ ਜਾਗੇ ਮੈਂ ਕਿਹਾ ਯਾਰ ਇਹ ਗਰੀਬਾਂ ਦੇ ਬੱਚੇ ਆ ਇਹਨਾਂ ਨੂੰ ਪਤਾ ਲੱਗੇ ਵੀ ਐਮਐਲਏ ਕੀ ਚੀਜ਼ ਆ ਵਾਹ ਜੀ ਵਾਹ ਸਾਡੇ ਬਹੁਤ ਬੜੇ ਮਿਸਤਰੀਆਂ ਦਾ ਕੰਮ ਬੜਾ ਫੇਮਸ ਰਿਹਾ ਅੱਜ ਵੀ ਬੱਚਿਆਂ ਨੂੰ ਅਸੀਂ ਟੈਕਨੀਕਲ ਐਜੂਕੇਸ਼ਨ ਨਾਲ ਜੋੜੀਏ ਕਿੰਨਾ ਮੁਕੀ ਐਜੂਕੇਸ਼ਨ ਨਾਲ ਜੋੜੀਏ ਉਹਦੇ ਵਾਸਤੇ ਇੱਕ ਮਹਿਮ ਚਲਾਉਣ ਦੀ ਲੋੜ ਆ ਜਿੱਦਾਂ ਆਪਾਂ ਐਜੂਕੇਸ਼ਨ ਦੀ ਚਲਾਈ ਆ ਮੇਰਾ ਮੈਸੇਜ ਜਿੰਨੇ ਐਨਆਰਆਈ ਭਰਾ ਆ ਉਹ ਸਾਰੇ ਇਹਦੇ ਤੇ ਕੰਮ ਕਰਨ ਕੰਮ ਕਰਕੇ ਤੇ ਅਸੀਂ ਕੁਝ ਸਮਾਜ ਨੂੰ ਕੱਢ ਕੇ ਦੇ ਦਈਏ ਹੁਣ ਅਗਲੀ ਲੜਾਈ ਸਾਡੀ ਐਜੂਕੇਸ਼ਨ ਤੋਂ ਬਾਅਦ ਕਿੱਤਾ ਹੋਣੀ ਚਾਹੀਦੀ ਜੀ ਬਿਲਕੁਲ ਕਦੇ ਦੁਨੀਆ ਪੂਰੀ ਚ ਗੁਰਾ ਸਾਹਿਬ ਵੀ ਜਿਹੜਾ ਸਰਕਾਰੀ ਨੌਕਰੀ ਘਟ ਰਹੀਆਂ ਜੋ ਦੁਨੀਆ ਚ ਘਟਣ ਗਈਆਂ ਤੇ ਭਾਰਤ ਚ ਘਟਣ ਗਈਆਂ ਭਾਰਤ ਚ ਘਟਣ ਗਈਆਂ ਤੁਹਾਡੇ ਸੂਬੇ ਚ ਘਟਣ ਗਈਆਂ ਉਹਦਾ ਹੱਲ ਵੀ ਤੁਹਾਡੇ ਕੋਲ ਆ ਬਿਲਕੁਲ ਉਹਦਾ ਹੱਲ ਇਹੀ ਆ ਵੀ ਤੁਸੀਂ ਵਪਾਰ ਚ ਜੀ ਪਹੁੰਚ ਜਾਓ ਜੀ ਜੀ ਤੇ ਅਸੀਂ ਤਾਂ ਪਹਿਲਾਂ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਬਿਲਕੁਲ ਕੰਮ ਕਰਨਾ ਇਸ ਵਾਸਤੇ ਸਾਨੂੰ ਉਹਦਾ ਰੂਪ ਬਦਲਣ ਦੀ ਲੋੜ ਆ ਬਿਉਸਟੈਂਸਿਆ ਕੰਮ ਕਰਦੇ ਹੁਣ ਕੰਮ ਬਦਲਣ ਦੀ ਲੋੜ ਹੈ ਜੀ ਕੰਮ ਬਦਲ ਕੇ ਅਸੀਂ ਆਪਣੇ ਪਰਿਵਾਰ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਹਾਂ ਜਿੱਦਣ ਤੁਸੀਂ ਵਪਾਰ ਤੇ ਐਜੂਕੇਸ਼ਨ ਤੇ ਤਖੜੇ ਹੋਏ ਤਾਨੂੰ ਕੋਈ ਵੀ ਲੋਕਤੰਤਰ ਅਸੀਂ ਬੇਕੂਫ ਨਹੀਂ ਬਣਾ ਸਕਦਾ ਜੀ ਪੋਲੀਟਿਸ਼ੀਅਨ ਤੁਹਾਡਾ ਸੇਵਾਦਾਰ ਬਣੂਗਾ ਜੀ ਕੰਮ ਕਰੂਗਾ ਜੀ ਉਹਨੂੰ ਪਤਾ ਹੋਊਗਾ ਵੀ ਅਵੇਰ ਆ ਮੈਨੂੰ 5 ਸਾਲ ਬਾਅਦ ਜਾਣਾ ਪੈਣਾ ਜੀ ਤੇ ਜਾਣ ਤੋਂ ਪਹਿਲਾਂ ਤਿਆਰੀ ਨਾਲ ਉਹ ਹੋਮਵਰਕ ਕਰਕੇ ਆਊਗਾ ਜੀ 5 ਸਾਲ ਵੀ ਜੁੜਿਆ ਰਹੇਗਾ ਤੇ ਜੇ ਉਹਨੂੰ ਲੱਗਾ ਵੀ ਇਹਨਾਂ ਨੂੰ ਮੈਂ ਪੈਸੇ ਦੇ ਕੇ ਜਾਂ ਰਾਸ਼ਨ ਦੇ ਕੇ ਜਾਂ ਸ਼ਰਾਬ ਦੇ ਕੇ ਬੂਟਾ ਲੈਣੀ ਆ ਵਾਜੀਆ ਫਿਰ ਤੁਹਾਡਾ ਭਲਾ ਨਹੀਂ ਹੋ ਸਕਦਾ ਉਹ ਅਵੇਅਰ ਕਰਨ ਲਈ ਲੋਕਾਂ ਨੂੰ ਕੀਤਾ ਤੇ ਐਜੂਕੇਸ਼ਨ ਦੋ ਚੀਜ਼ਾਂ ਨਾਲ ਦੇਸ਼ ਨੂੰ ਤੁਸੀਂ ਜਾਤ ਮੁਕਤ ਵੀ ਕਰ ਸਕਦੇ ਆ ਦੇਸ਼ ਨੂੰ ਜਿਹੜੀਆਂ ਲਾਂਹ ਤਾਂ ਸਾਡੇ ਉਹ ਮੁਕਤ ਕਰ ਸਕਦੇ ਆ ਤੇ ਦੇਸ਼ ਨੂੰ ਖੜਾ ਵੀ ਕਰ ਸਕਦੇ ਆ ਹੂੰ ਦੇਸ਼ ਨੂੰ ਬਹੁਤ ਵਿਕਸਿਤ ਕੰਟਰੀਆਂ ਚ ਤੇ ਹੈ ਹੀਆਂ ਸੀ ਪਰ ਇਹਨੂੰ ਵਿਕਸਿਤ ਬਣਾ ਸਕਦੇ ਆ ਜੀ ਜੀ ਮੈਨੂੰ ਲੱਗਦਾ ਸੀ ਉਧਰ ਨੂੰ ਜਾਵਾਂਗੇ ਇਹ ਆਸੇ ਰੱਖਣੀ ਚਾਹੀਦੀ ਆ ਆਸ ਹੈਗੀ ਆ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜੇ ਬੀਗਮ ਪੁਰਾ ਕਿਹਾ ਤੇ ਮੈਨੂੰ ਪੂਰਾ ਬਣੂਗਾ ਬਿਲਕੁਲ ਜੀ ਬਿਗੰਪੁਰਾ ਜਰੂਰ ਬਣੇਗਾ ਤੇ ਬਗਾ ਸਾਹਿਬ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ ਬਰੀਕੀ ਦੇ ਨਾਲ ਆ ਜਾਣਕਾਰੀ ਦਿੱਤੀ ਆਸ ਕਰਦੇ ਆ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਇੱਕ ਇੱਕ ਗਲਤੀ ਪੈਰਾ ਵੀ ਦੇਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜੈ ਗੁਰਦੇਵ ਜੈਪਾਲ ਜੈ ਗੁਰਦੇਵ ਤੁਨ ਗੁਰਦੇਵ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਹੈ ਜੀ ਆਸ ਕਰਕੇ ਜਿਵੇਂ ਕਿ ਚੋਣਾ ਬਿਲਕੁਲ ਨੇੜੇ ਨੇ ਆਸ ਕਰਦੇ ਆ ਕਿ ਇਹ ਜਿਹੜੇ ਤੁਸੀਂ ਬਣਾਉਣੇ ਨੇ ਐਮ.ਐਲ.ਏ ਤੁਸੀਂ ਬਣਾਉਣੇ ਨੇ ਬਾਬਾ ਸਾਹਿਬੀ ਮਰਾਉ ਡਾਕਟਰ ਅੰਬੇਦਕਰ ਜੀ ਦੀ ਕਿਰਪਾ ਬਹੁਤ ਵੱਡਾ ਹੱਕ ਅਧਿਕਾਰ ਦਿੰਦਾ ਹੈ ਕਿ 5 ਸਾਲ ਬਾਅਦ ਉਹਨਾਂ ਲੋਕਾਂ ਨੇ ਤੁਹਾਡੇ ਕੋਲ ਆਉਣਾ ਹੁੰਦਾ ਜਿਹੜੇ ਤੁਹਾਡੇ ਵੱਲੋਂ 5 ਸਾਲ ਪਹਿਲਾਂ ਰਾਜੇ ਬਣਾਏ ਹੁੰਦੇ ਤੇ ਉਹ ਰਾਜ ਗੱਦੀਆਂ ਦਾ ਨਿਗ ਮਾਨਦੇ ਨੇ ਰਾਜੇ ਬਣ ਕੇ ਉਹ ਤੁਸੀਂ ਉਹਨਾਂ ਕੋਲ ਝਿਜਕਦੇ ਹੋ ਜਾਂਦੇ ਨਹੀਂ ਐ ਪਰੇਸ਼ਾਨ ਹੁੰਦੇ ਹੋ ਸੰਗਦੇ ਹੋ ਚਰਮਾਉਂਦੇ ਹੋ ਜਾਂ ਉਹਨਾਂ ਦੇ ਬਾਹਰ ਘਰਾਂ ਦੇ ਇੰਨੇ ਗਨਮੈਨ ਖੜੇ ਹੁੰਦੇ ਤੁਹਾਨੂੰ ਉੱਥੇ ਐਂਟਰ ਦਾਖਲ ਹੋਣਾ ਬੜਾ ਔਖਾ ਹੋ ਜਾਂਦਾ ਹੁਣ ਸਮਾਂ ਇਹ ਹੈ ਕਿ ਉਹਨਾਂ ਨੇ ਤੁਹਾਡੇ ਕੋਲ ਆਉਣਾ ਆਸ ਇਹ ਕਰਦੇ ਆ ਕਿ ਤੁਹਾਡਾ ਉਹਨਾਂ ਲੀਡਰਾਂ ਦੇ ਨਾਲ ਬਣਨ ਵਾਲੇ ਐਮਐਲਏ ਜਾਂ ਅਫੀਸਰ ਸਹਿਬਾਨਾਂ ਦੇ ਨਾਲ ਰਿਸ਼ਤਾ ਇੰਨਾ ਪੱਕਾ ਹੋਣਾ ਚਾਹੀਦਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਸਾਡੇ ਸੇਵਾਦਾਰ ਨੇ ਇਨਾਂ ਨੂੰ ਅਸੀਂ ਤਨਖਾਹ ਦੇਣੀ ਹੈ ਤਨਖਾਹ ਦੇ ਨਾਲ ਇਹਨਾਂ ਨੇ ਸਾਡੇ ਹੀ ਕੰਮ ਕਰਨੇ ਨੇ ਇਦਾਂ ਹੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਤੁਹਾਡੀ ਤਨਖਾਹ ਦੇ ਨਾਲ ਤੁਹਾਡੀ ਸੇਵਾ ਕਰਦੇ ਨੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਤਾਲਮੇਲ ਹਰ ਸਮੱਸਿਆ ਦਾ ਹੱਲ ਇੱਕਠੇ ਬੈਠ ਕੇ ਕਰੋਗੇ ਨਾ ਕਿ ਇਹ ਲੀਡਰਾਂ ਮਗਰ ਲਾ ਕੇ ਆਸ ਕਰੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਧਰਮ ਦੇ ਮਜ਼ਾਰੇ ਵੀ ਘਟਣਗੇ ਕਿਉਂਕਿ ਜਦੋਂ ਸਾਨੂੰ ਇਹ ਪਤਾ ਲੱਗ ਜਾਏਗਾ ਕਿਹੜੀ ਗੱਲ ਕਿਹੜੀ ਸਮੱਸਿਆ ਦਾ ਹੱਲ ਕਿਸ ਅਫਸਰ ਜਾਂ ਕਿਸ ਜ਼ਿੰਮੇਵਾਰ ਨੇ ਕਰਨਾ ਤੇ ਉਦੋਂ ਅਸੀਂ ਉਹਨਾਂ ਸਮੱਸਿਆ ਦਾ ਹੱਲ ਵੀ ਬਹੁਤ ਸੌਖਿਆਂ ਤਰੀਕੇ ਨਾਲ ਕਰਾਂਗੇ ਬਹੁਤ ਤੁਹਾਡਾ ਧੰਨਵਾਦ ਜੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੀ ਤਰ੍ਹਾਂ ਹੋਰ ਖਾਸ ਬੁੱਧੀਜੀਵੀ ਵਿਅਕਤੀ ਦੇ ਨਾਲ ਤੁਹਾਡਾ ਮੈਂ ਰੂਬਰੂ ਕਰਾਂਗਾ ਤਦ ਤੱਕ ਲਈ ਦਿਓ ਮੈਨੂੰ ਇਜਾਜ਼ਤ ਬਹੁਤ ਬਹੁਤ ਤੁਹਾਡਾ ਧੰਨਵਾਦ ਜੈ ਪੀ ਜੈ ਗੁਰਦੇਵ ਨਮੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਕਾਂਚੀ TV ਨਾਲ ਹੀ ਦਫਾਓ ਘੰਟੀ ਦਾ ਬਟਨ